ਖਬਰੇ ਰੋਟੀ ਵੇਲਿਆ ਮੁੰਡਾ ਕਿੱਥੇ ਟੁਰ ਜਾਂਦਾ। ਮੈਂ ਲੋਕਾਂ ਦੇ ਕੰਮ ਛੱਡ ਕੇ ਇਹਨੂੰ ਰੋਟੀ ਖਵਾਉਣ ਆਉਂਦੀ ਆ, ਪਰ ਇਹ ਘਰ ਹੀ ਨਹੀਂ ਹੁੰਦਾ। ਤੂੰ ਸਾਡੇ ਘਰ ਚ ਕੀ ਪਿਲਾਣਾ ਗੱਲ? ਮਾਂ ਨੂੰ ਆਖ ਪੁੱਤਰ, ਹਾਏ ਹਾਏ, ਖਬਰੇ ਰੱਬ ਨੇ ਪੁੱਤਰ ਵੀ ਕੀ ਚੀਜ਼ਾਂ ਬਣਾਈਆਂ ਨੇ। ਨੀ ਤਾਜੀਏ, ਮਰ ਜਾਣੀਏ, ਸਾਰਾ ਦਿਨ ਬਿਆਹ ਕਮੇਟੀ ਦੀਆਂ ਰੋਟੀਆਂ ਪਕਾਉਂਦੀ ਰਹਿੰਦੀ ਹੈ, ਜਾ ਕੇ ਵੀਰ ਨੂੰ ਲੱਭ ਕੇ ਲਿਆ। ਖਬਰੇ ਮੇਰਾ ਗਾਮੂ ਅਜੇ ਤੱਕ ਕਿਉਂ ਨਹੀਂ ਆਇਆ? ਸਾਨੂੰ ਕੀ ਪਤਾ ਹੋਵੇ, ਸਾਨੂੰ ਤੇ ਆਪ ਭੁੱਖ ਲੱਗੀ ਹੋਈ ਹੈ, ਸਾਨੂੰ ਤੇ ਰੋਟੀ ਦੇ। ਹਾਂ ਮੌਤ ਜੋਗੀ ਏ, ਜਿੰਨਾ ਚਿਕਰ ਮੇਰਾ ਗਾਮੂ ਨਾ ਆਇਆ ਮੈਂ ਆਪ ਰੋਟੀ ਨਹੀਂ ਖਾਣੀ, ਜਾ ਉਹਨੂੰ ਲੱਭ ਕੇ ਲਿਆ। ਹਾਏ ਲੰਮੀਆਂ, ਅਸੀਂ ਵੀ ਪੁੱਤਰ ਆਉਂਦੇ ਤੇ ਸਾਨੂੰ ਵੀ ਫਟਾਫਟ ਰੋਟੀ ਮਿਲ ਜਾਣੀ ਸੀ ਨਾ। ਦਫਾ ਹੋਣੀ ਹੈ, ਅੱਜ ਤੱਕ ਇੱਥੇ ਹੀ ਖਲੋਤੀਆਂ ਹੋਈਆਂ। ਅਸਾਂ ਕੋਈ ਨਹੀਂ ਜਾਣਾ ਗਾਮੂ ਕੜਾਮੂ, ਆਹ ਪਤਾ ਨਹੀਂ ਕਿੱਥੇ ਤੁਰ ਜਾਂਦੇ, ਨਾਲ ਸਾਨੂੰ ਵੀ ਭੁੱਖਿਆ ਮਾਰਦਾ ਹੈ। ਐਸਾ ਮਾਰਾਂ ਜੀਲੇ, ਐਸਾ ਮਾਰਾਂ ਕਿ ਖਰੋੜ ਦੀ ਚਿੰਨ ਬਣ ਦਿਆਂਗਾ। ਓਏ ਮਾਰਾਂਗਾ ਤਾਂ ਗੱਲ ਕਰੀ, ਲੈ ਫਿਰ ਇਹ ਗਈ ਹੱਥ ਚੁੱਕ, ਇਹ ਹੀ ਉੱਡੇਗਾ। ਓਏ ਨਾਲ ਦੇ ਨਾਲ ਵੱਜਿਆ ਇੱਕ ਡੰਡ ਵੀ ਸੁੱਟ, ਇਹਨੂੰ ਹੀ ਚੁੱਕ, ਸਾਡੇ ਕੋਲ ਵੀ ਅਖੀਰੀ ਸੀ। ਕਿਉਂ ਫਿਰ ਘਰ ਆ ਤਾਂ ਸਾਰੇ ਹੀ ਸਾਡੇ ਨੇ। ਉਹ ਪਹਿਲੇ ਸੁੱਟ ਤੇ ਸਹੀ, ਐਵੇਂ ਹੀ ਸਾਡੇ ਨੇ। ਇਹਨੂੰ ਲਾ, ਪਹਿਲੇ ਨਹੀਂ ਸੀ ਜਾਂਦਾ ਤਾਂ ਲੈ ਫਿਰ ਜਾ ਮਾਂ ਕੋਲ ਨਾਲ ਗੱਲ ਕਰ, ਨਹੀਂ ਤੇ ਲੱਪੜ ਜਾਵਾਂਗਾ ਜੀ। ਓਏ ਅਸੀਂ ਤੇਰੇ ਨਾਲ ਪਹਿਲੇ ਲੱਪੜ ਦਈਏ, ਫਿਰ ਤੇਰੀ ਮੰਗਤੀ ਜੀ ਮਾਂ ਨੇ ਮਿੰਤਾ ਕਰਨ ਆ ਜਾਣਾ। ਓਏ ਫੇਰ ਕਹਿਗਾ ਮੇਰੀ ਮਾਂ ਨੂੰ ਮੰਗਤੀ। ਓਏ ਮੈਨੂੰ ਥੱਪੜ ਮਾਰੀ। ਤੁਹਾਡੇ ਗੁਆਂਢੀ ਮੁੰਡੇ ਨੇ ਜੀਲੇ ਨੂੰ ਸੂਹਾ ਮਾਰ ਦਿੱਤਾ। ਗਾਮੂ ਇਹ ਕੀ ਕੀਤਾ ਜੀ ਬਦਬਖਤਾ, ਤੇਰੀ ਮਾਂ ਗਰੀਬ ਨਹੀਂ ਤੇ ਖਾ ਸਕਦੀ। ਵੇ ਸੱਤਿਆ, ਰੋਟੀ ਕੋਲੋ ਭਰਾ ਭਰਾ ਰਹਿੰਦੇ, ਕਿਧਰੇ ਉਹ ਨਾ ਹੋਵੇ ਰੋਟੀ ਭਰਾ ਭਰਾ ਹੋ ਜਾਏ। ਮਾਂ ਮੈਨੂੰ ਬੜੀ ਭੁੱਖ ਲੱਗੀ ਹੋਈ ਹੈ, ਨੀ ਭਰਾ ਮਾਰਾ ਉਤਰੀਏ, ਮੇਰਾ ਤੇ ਆਪਣਾ ਕਲੇਜਾ ਕੱਟਣ ਡਿਆ ਹੋਇਆ ਈ। ਅੱਛਾ ਅਸੀਂ ਚੱਲਦੇ ਹਾਂ ਨਾ ਸ਼ੇਖ ਹੋਣਾ ਕੋਲ, ਚੱਲ ਕੇ ਸ਼ਿਕਾਇਤ ਲਾਂਦੇ ਆ, ਗਾਮੂ ਨਾ ਆਵੇ ਮਾਂ ਤਾਂ ਰੋਟੀ ਨਹੀਂ ਦਿੰਦੀ। ਸਭ ਖੈਰ ਕਰੇ, ਗਾਮੂ ਉੜਿਆ ਹੁਣ ਤੇ ਆ ਜਾ ਪਾਈਆ। ਮਾਂ ਦਾ ਦਿਲ ਵੀ ਰੱਬ ਨੇ ਕੀ ਸੋਚ ਕੇ ਬਣਾਇਆ ਸੀ, ਪੁੱਤਰ ਅੱਖਾਂ ਤੋਂ ਓਹਲੇ ਹੋ ਜਾਏ ਡੁੱਬਦਾ ਹੀ ਜਾਂਦਾ ਹੈ। ਮਾਮੂ ਮੇਰੀ ਮਾਂ ਤੇ ਤੂੰ ਜਿਵੇਂ ਰਹਿੰਦੀ ਦੁਨੀਆ ਤਿਕਰ, ਮਾਂ
ਮਾਂ ਸਦਕੇ ਘਬਰਾਈ ਹੋਈ ਤਾਂ ਮੈਂ ਸਾਂ, ਪਰ ਤੇਰੇ ਸਾਹ ਕਿਉਂ ਉਖੜੇ ਨੇ? ਮਾਂ ਮੁੰਡਾ ਜੀ ਵਿਆਹ ਕਹਿੰਦਾ ਕੰਮ? ਮੈਂ ਤੇ ਨਹੀਂ ਕਹਿੰਦਾ ਮਾਂ, ਲੋਕੀ ਕਹਿੰਦੇ ਨੇ ਜੀਲਾ ਮਰ ਗਿਆ। ਜੀਲਾ ਮਰ ਗਿਆ? ਮਰ ਤੇ ਮੈਂ ਗਈ ਆ, ਜੀਵਣ ਚੋ ਗਿਆ। ਮੈਂ ਤੇ ਉਸੇ ਵੇਲੇ ਦੀ ਪਈ ਸੋਚਦੀ ਸੋਚਦੀ ਅੱਜ ਮੇਰੇ ਕਲੇਜੇ ਵਿੱਚ ਸੂਏ ਕਿਉਂ ਚੁੱਭਣ ਲੱਗ ਪਿਆ। ਉਹ ਆਪੇ ਸੂਏ ਤੇ ਡਿੱਗ ਪਿਆ ਸੀ ਮਾਂ, ਮੈਨੂੰ ਤੇਰੀ ਸੌ ਮਾਂ, ਮੈਂ ਉਹਨੂੰ ਮਾਰਿਆ ਨਹੀਂ। ਮੈਂ ਕਦੋਂ ਕਹਿੰਦੀ ਆ ਤੂੰ ਉਹਨੂੰ ਮਾਰਿਆ? ਤੂੰ ਤੇ ਸੂਆ ਮਾਂ ਦੇ ਕਲੇਜੇ ਵਿੱਚ ਮਾਰਿਆ। ਭੈਣ ਸਾਹ ਲਿਆ ਸ਼ੇਰ ਜੀ, ਗਾਮੂ ਨੇ ਮੇਰੇ ਕਲੇਜੇ ਵਿੱਚ ਸੂਆ ਮਾਰ ਦਿੱਤਾ ਜੀ। ਮਾਂ ਪੁਲਿਸ ਮਾਂ, ਮਾਂ ਜਿਉਂਦੀ ਹੈ ਤੇ ਮਾਂ ਦੇ ਜਿਉਂਦੀਆਂ ਮਾਂ ਵੀ ਪੁੱਤਰ ਨੂੰ ਆਸਰੀ ਪਾ ਸਕਦੀ। ਥਾਣੇਦਾਰ ਜੀ, ਇਹ ਬਿਲਕੁਲ ਬੇਕਸੂਰ ਜੀ, ਜੀਲਾ ਦੇ ਆਪ ਸੁਬਾ ਲੈ ਕੇ ਆਇਆ ਸੀ। ਪਰ ਮਰ ਹੋ ਗਿਆ ਈ ਮਾਈ। ਸ਼ੇਖ ਜੀ, ਮੇਰੇ ਪੁੱਤਰ ਨੂੰ ਬਚਾ ਲਓ ਸ਼ੇਖ ਜੀ। ਥਾਣੇਦਾਰ ਜੀ, ਇਹ ਲੋਹੇ ਦੀਆਂ ਹੱਥਕੜੀਆਂ ਮੈਨੂੰ ਲਾਓ, ਮੇਰੇ ਗਾਮੂ ਦੇ ਪੂਰੀਆਂ ਨਹੀਂ ਆਉਂਦੀਆਂ ਤੇ ਮੇਰੀਆਂ ਬਾਹਾਂ ਦਾ ਨਾਪ ਦਿੱਤਾ। ਰੋਨੀ ਕਿਉਂ ਹੈ ਮਾਈ? ਉਹ ਵੀ ਤਾਂ ਕਿਸੇ ਮਾਂ ਦਾ ਹੀ ਪੁੱਤਰ ਸੀ ਨਾ ਜਿਹੜਾ ਮਰ ਗਿਆ। ਉਹਨੇ ਮੈਨੂੰ ਮਾਂ ਦੀ ਗੱਲ ਕਿਉਂ ਕੱਢੀ ਸੀ? ਚਲੋ ਲੈ ਚੱਲੋ ਇਹਨੂੰ। ਜੇ ਮਾਂ ਦੇ ਬਹੁਤੇ ਸਕਿਆ, ਉਹਨੇ ਮਾਂ ਦੀ ਗੱਲ ਹੀ ਕੱਢੀ ਸੀ ਨਾ, ਇਹ ਤੇ ਨਹੀਂ ਸੀ ਆਖਿਆ ਕਿ ਮਾਂ ਦੀ ਜਾਨ। ਭੈਣ ਸਾਲਿਆ, ਮੈਂ ਤੇਰੇ ਪੁੱਤਰ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ, ਤੂੰ ਜੀ ਹੌਲਾ ਨਾ ਕਰ ਭੈਣ। ਭੈਣ ਤਾਜੀ ਪੁੱਤਰ, ਮੇਰੀ ਮਾਂ ਨੂੰ ਨਾ ਦੱਸਣਾ ਸ਼ੇਖ ਜੀ। ਨਹੀਂ ਦੱਸਦਾ ਬੱਚੂ, ਮੈਂ ਹੁਣ ਤੁਹਾਡੇ ਘਰੇ ਆ ਕੇ ਰੋਟੀ ਖਾ ਲਿਆ ਕਰਨੀ। ਜੇ ਗਾਮੂ ਨਾ ਆਵੇ ਤੇ ਮਾਂ ਨਾਲ ਰੋਟੀ ਨਹੀਂ ਹੋ ਜਾਂਦੀ। ਤੇ ਜੇ ਮਾਂ ਹੀ ਨਾ ਆਵੇ ਪੁੱਤਰ ਤੇ ਫੇਰ? ਗਾਮੂ ਦੇ ਪਿੱਛੇ ਗਈ ਹੋਣੀ। ਹਾਂ, ਉਸੇ ਦੇ ਪਿੱਛੇ ਤੁਰ ਗਈ। ਤੁਸੀਂ ਬੰਦੇ ਕਿਉਂ ਸ਼ੇਖ ਜੀ? ਮੈਂ ਤੈਨੂੰ ਕਿਹਾ ਸੀ ਨਾ ਪੁੱਤਰ, ਤੂੰ ਮੇਰੀ ਧੀ ਬਣ ਜਾ। ਆਹੋ, ਹੁਣ ਤੇ ਮੈਂ ਬਣ ਗਈ ਹਾਂ। ਤੁਸੀਂ ਕਹਿੰਦੇ ਤੇ ਮੈਂ ਆਪਾਂ ਵੀ ਆਖ ਦਿਆ ਕਰਾਂਗੀ। ਮੇਰੀ ਭੋਲੀ ਧੀ ਹੈ ਬੱਚੂ, ਖਬਰੇ ਮਾਂ ਵੀ ਮੈਨੂੰ ਹੀ ਆਖਣਾ ਪਏਗਾ। ਮਾਂ ਪੁੱਤਰ ਪਿੱਛੇ ਤੁਰ ਗਈ ਹੈ ਤੇ ਧੀ ਰੋਟੀ ਪਿੱਛੇ ਆ ਗਈ। ਨੀ ਇਹੋ ਜਿਹੀ ਮਾਵਾਂ ਮਰਨ ਨਾ ਤੇ ਹੋਰ ਕੀ ਕਰਨ? ਪਤਾ ਹੀ ਨਾ, ਅੱਜ ਤੱਕ ਕਿਸੇ ਪੀਰ ਕੋਲ ਜਾ ਕੇ ਮਾਵਾਂ ਨੇ ਧੀਆਂ ਨੀ ਮੰਗੀਆਂ, ਪੁੱਤਰ ਹੀ ਮੰਗੇ ਨੇ। ਮਾਸੀ, ਫਿਰ ਧੀਆਂ ਜਾਂਦੀਆਂ ਕਿਉਂ ਨੇ? ਇਹਨਾਂ ਵੀ ਦੇਣਾ ਧੀਏ, ਤੂੰ ਜੇ ਛੋਟੀਆਂ ਤੈਨੂੰ ਨੀ ਪਤਾ। ਪਤਾ ਕਿਉਂ ਨੀ? ਐਸੀ ਕਰਕੇ ਤੇ ਮੇਰੀ ਮਾਂ ਮੈਂ ਰੋਟੀ ਨਹੀਂ ਦਿੰਦੀ ਸੀ, ਪੁੱਤਰ ਨੂੰ ਡੇਕਦੀ ਸੀ, ਪੁੱਤਰ ਨੇ ਜਾਨ ਕੱਢ ਦਿੱਤੀ ਸੀ, ਹੁਣ ਖਬਰੇ ਕਿੰਨੂੰ ਡੇਕਦੀ ਪਈ ਹੈ। ਘਬਰਾਈ ਨਾ ਪੁੱਤਰ, ਜਿੰਨਾ ਚਿਰ ਤੂੰ ਜੇਲ੍ਹ ਚ ਰਹੇਗਾ ਮੈਂ ਤੈਨੂੰ ਆ ਕੇ ਮਿਲਦਾ ਰਹਾਂਗਾ।
ਮੈਨੂੰ ਇਹ 14 ਸਾਲ ਦੀ ਸਜ਼ਾ ਦਾ ਤੇ ਕੋਈ ਫਿਕਰ ਨਹੀਂ ਸ਼ੇਖ ਸਾਹਿਬ, ਪਰ ਮੇਰੀ ਭੈਣ ਦਾ ਇਹ ਜਾਨ ਵਿੱਚ ਕੋਈ ਨਹੀਂ ਜਾਏਗਾ। ਖੁਦਾ ਦੇ ਵਾਸਤੇ ਉਹਦਾ ਖਿਆਲ ਰੱਖਣਾ। ਗਾਮੂ, ਮੈਂ ਬੇ ਔਲਾਦ ਸਾਂ ਪੁੱਤਰਾ, ਇੱਕ ਪੁੱਤਰ ਤੇ ਇੱਕ ਧੀ, ਤੂੰ ਤੇ ਮੇਰੇ ਕੋਲ ਨਹੀਂ ਰਹਿਣਾ, ਪਰ ਉਹਨੂੰ ਮੈਂ ਇਨਸ਼ਾਅੱਲਾ ਰੱਜ ਕੇ ਪੜਾਵਾਂਗਾ ਤੇ ਕਿਸੇ ਬੜੀ ਚੰਗੀ ਥਾਂ ਉਹਦਾ ਵਿਆਹ ਕਰਾਂਗਾ। ਖੁਦਾ ਤੁਹਾਡਾ ਬਹੁਤ ਬਹੁਤ ਭਲਾ ਕਰੇ ਸ਼ੇਖ ਸਾਹਿਬ। ਗਾਮੂ, ਮੁਕੱਦਰਾਂ ਦੀ ਖੇਡ ਹੁੰਦੀ ਹੈ ਯਾਰ। ਤੂੰ ਇਹ ਦੇਖ ਲੈ ਵੀ ਅਸੀਂ ਮਰਨ ਵਾਲੀ ਨਾਲ ਕੀਤਾ ਹੋਇਆ ਵਾਅਦਾ ਨਹੀਂ ਤੋੜਿਆ। ਉਹਨੂੰ ਇਹ ਕਿਹਾ ਸੀ ਕਿ ਤੇਰੇ ਬਾਅਦ ਕੋਈ ਦੂਸਰੀ ਔਰਤ ਨਹੀਂ ਰਹਿਣ ਦੇਣਾ। ਜਵਾਨ ਹੋ ਗਈ ਤੇ ਮਕਾਨ ਵੇਚ ਕੇ ਸ਼ਹਿਰੋਂ ਬਾਹਰ ਕਿਸੇ ਚੰਗੀ ਜਿਹੀ ਆਬਾਦੀ ਵਿੱਚ ਬੜਾ ਸੋਹਣਾ ਬੰਗਲਾ ਬਣਾ ਕੇ ਦਿਆਂਗਾ ਆਪਣੀ ਧੀ ਰਾਣੀ ਨੂੰ, ਤੇ ਨਾਲੇ ਇਹਨੂੰ ਮੈਂ ਵਿਆਹਾਂਗਾ ਵੀ ਕਿਸੇ ਵੱਡੇ ਸਾਰੇ ਘਰ ਵਿੱਚ। ਮਾਸ਼ਾਅੱਲਾ। ਵਾਲੇਕੁਮ ਅਸਲਾਮ, ਬਿਸਮਿਲਿਆਂ। ਲੋ ਜੀ, ਸਾਡਾ ਪੁੱਤਰ ਆ ਗਿਆ। ਅੱਪਾ ਜੀ, ਤੁਸੀਂ ਮੈਂ ਸਕੂਲ ਕਿਉਂ ਨਹੀਂ ਲੈਣਾ? ਓ ਬਈ, ਮਾਫੀ ਦੇ ਦੇ ਪੁੱਤਰਾ, ਇੱਕ ਮਹਿਮਾਨ ਆ ਗਿਆ ਸਾਨੂੰ, ਜ਼ਰਾ ਇਹਨਾਂ ਨਾਲ ਗੱਲਾਂ ਕਰਦਾ ਰਿਹਾ। ਅੱਛਾ ਸ਼ੇਰ ਜੀ, ਮੈਂ ਹੁਣ ਚੱਲਦਾ। ਆਹੋ ਯਾਰ, ਤੇਰੀ ਹੁਣ ਵਾਰੀ ਵੀ ਨਹੀਂ ਸੀ ਆਉਣੀ। ਅੱਛਾ, ਅਸਲਾਮ ਵਾਲੇਕੁਮ ਅਸਲਾਮ। ਦੇਖ ਲੈ, ਤੈਨੂੰ ਉਡੀਕਦੇ ਆਇਆ, ਅਸੀਂ ਆਪ ਵੀ ਖਾਣਾ ਨਹੀਂ ਖਾਧਾ। ਤੇ ਨਾਲੇ ਪੁੱਤਰੇ, ਅੱਜ ਗਾਮੂ ਦਾ ਖੱਤ ਫੇਰ ਆਇਆ ਸੀ, ਉਹਨੇ ਲਿਖਿਆ ਕਿ ਮੇਰੀ ਤਾਜ ਬੀਬੀ ਨੂੰ ਕਹੋ ਹੁਣ ਗੁੱਸਾ ਜਾਣ ਵੀ ਦੇਵੇ ਤੇ ਇਦੋਂ ਪਹਿਲੇ ਮੈਨੂੰ ਆ ਕੇ ਮਿਲੇ ਜ਼ਰੂਰ। ਅੱਪਾ ਜੀ, ਤੁਸੀਂ ਮੈਨੂੰ ਉਹਦਾ ਖੱਤ ਸੁਣਾਉਣਾ ਛੱਡਿਆ ਕਿ ਨਹੀਂ? ਮੈਂ ਇੱਕ ਵਾਰੀ ਜੋ ਕਹਿ ਬੈਠੀ, ਮੈਨੂੰ ਨਹੀਂ ਮਿਲਣਾ, ਨਹੀਂ ਮਿਲਣਾ, ਨਹੀਂ ਮਿਲਣਾ। ਨਹੀਂ ਬੱਚੂ, ਉਹ ਤੇਰਾ ਵੀਰ ਹੈ। ਪਰ ਵੀਰ ਭੈਣਾ ਜੀ, ਇਹ ਮਾਵਾਂ ਤੈਨੂੰ ਨਾ ਮਾਰ ਦਿੰਦੇ। ਉਹ ਤੇ ਤਕਦੀਰੀ ਐਸਾ ਹੋ ਗਿਆ ਸੀ ਪੁੱਤਰ, ਉਹਦੇ ਚ ਉਸ ਵਿਚਾਰੇ ਦਾ ਕੀ ਕਸੂਰ ਹੈ? ਚੀਲਾ ਵੀ ਤੇ ਉਹਦੇ ਕੋਲੋਂ ਤਕਦੀਰੀ ਮਰ ਗਿਆ ਸੀ ਨਾ, ਫਿਰ ਉਹਦੀ ਸਜ਼ਾ ਨੂੰ ਕਿਉਂ ਮਿਲੀ ਹੈ? ਮੇਰਿਆ ਸਿਆਣਿਆ ਪੁੱਤਰਾ, ਤੇਰੇ ਨਾਲ ਤੇ ਬਈ ਬਹਿਸ ਨਹੀਂ ਕਰਨੀ ਚਾਹੀਦੀ। ਅੱਛਾ, ਮੈਂ ਉਹਨੂੰ ਆਪੇ ਮਿਲ ਕੇ ਸਮਝਾ ਦਿਆਂਗਾ। ਜਾ ਤੂੰ ਰੋਟੀ ਖਾ। ਸੁੱਖ ਪਾਉਂਦੇ ਨੇ ਮਾਮਾ ਗੁੱਸੇ ਤੇ ਰੱਬ ਰੁੱਸੇ ਤਾਂ ਠੁਕਰਾਏ ਜਾਂਦੇ ਨੇ ਮਾਮਾ ਨੂੰ ਤੜਫਾਵਣ ਵਾਲੇ ਆਪ ਕਦੋਂ ਸੁੱਖ ਪਾਉਂਦੇ ਨੇ ਬੰਦੇ ਅਜੇ ਘਰ ਚਾਨਾ ਏ ਤੂੰ ਫਿਰ ਜਾਵਣ ਦਿਨ ਤੇਰੇ ਮਾਂ ਤੂੰ ਮਾਫੀ ਮੰਗ ਮੂਰਖਾ
आख लग जा मेरे ओ नदी ना मन्नी जेड़े पैड़ी मस्ते लांदे ने हो मावन तड़पावन वाले आप कदों सुख पांदे ने जिस पुत्र दे दुखों यारो मर जांदी ए मां ओदे सिर ते फेर ने आंदी रहमत वाली छां अपने भी नहीं बनदे अपने दर दर ठोकर खांदे ने ओ मावां नूं तड़पावण वाले आप कदों सुख पांदे ने इस दुनिया नूं दस फकीरा अल्लाह दा इंसाफ मां जे माफी ना देवे ते रब नी करदा माफ जिन्नी देर वो जिंदा रहंदे ओ ना चिर पछतांदे ने ओ मावां नूं तड़पावण वाले आप कदों सुख पांदे ने मावां गुस्से ते रब रुस्से तां ठुकराए जांदे ने मावां नूं तड़पावण वाले आप कदों सुख पांदे ने मावां नूं तड़पावण वाले आप कदों सुख पांदे ने मावां नूं तड़पावण वाले आप कदों सुख पांदे गामू जी वार्डन जी ऐ तेरा खाते मियां अल्ला फट पढ़ के भी सुना देना हां भाई ओ सलाम दुआ तो बाद लिखते ने कि जिस तरह असा तेन पहलिया खतां दे विच लिखिया सी कि असा तेरी हमशीरा दी शादी बड़े अच्छे कारज कर दिती है उसे तरह ही हुण असी तेन दूजी मुबारक लिखने आ कि तू एक बच्ची का मामा बन गए खैर मुबारक खैर मुबारक ਅੱਲਾ ਦੇ ਅਨੇਕ ਬੰਦਿਆ ਸਾਡੇ ਮੋਢਿਆਂ ਦੇ ਉੱਤੇ ਅਸਾਨਾ ਦੀਆਂ ਪੰਡਾਂ ਹੀ ਸੁੱਟੀ ਜਾ ਰਹੇ ਵਾਲਡਨ ਜੀ ਇਹ ਉਹ ਬਜ਼ੁਰਗ ਨੇ ਜਿਨ੍ਹਾਂ ਦੇ ਪੈਰਾਂ ਦੀਆਂ ਜੁੱਤੀਆਂ ਵੀ ਮੈਂ ਆਪਣੇ ਚੰਮ ਦੀਆਂ ਬਣਵਾ ਦੇਵਾਂ ਤੇ ਇਹਨਾਂ ਦੇ ਅਹਿਸਾਨ ਫੇਰ ਵੀ ਮੇਰੇ ਤੇ ਬਹੁਤ ਹਾਂ ਮੀਆਂ ਇਸ ਦੁਨੀਆਂ ਚ ਹਾਲੀ ਇਹੋ ਜਿਹੇ ਲੋਕ ਬਾਕੀ ਨੇ ਅੱਗੇ ਕੀ ਲਿਖਿਆ ਨੇ ਅਗਾਂ ਉਹਨਾਂ ਨੇ ਆਪਣਾ ਨਵਾਂ ਪਤਾ ਲਿਖਿਆ ਕੋਠੀ ਨੰਬਰ 10B ਗੁਲਬਰਗ ਲਾਹੌਰ ਮੇਰੀ ਇਹ ਬੰਗਲਿਆਂ ਵਿੱਚ ਰਹਿਣ ਵਾਲੀ ਭੈਣੇ ਮੇਰੀ ਸਜ਼ਾ ਦਾ ਵੀ ਥੋੜਾ ਹੀ ਅਰਸਾ ਰਹਿ ਗਿਆ ਫਿਰ ਮੈਂ ਵੇਖਾਂਗਾ ਕਿ ਤੂੰ ਮੇਰੀਆਂ ਅੱਖਾਂ ਤੋਂ ਕਿਸ ਤਰ੍ਹਾਂ ਓਲੇ ਰਹਿਣੀ ਬੇਬੀ ਦੀ ਗੱਡੀ ਚ ਨੀ ਜਗ੍ਹਾ ਦੇਣਾ ਚਲਾਇਆ ਕਰ ਡਾਕਟਰ ਨੇ ਕਿਹਾ ਹੋਰ ਕੋਈ ਤਕਲੀਫ ਨਹੀਂ ਸਿਰਫ ਤੇਰੀ ਵਜ੍ਹਾ ਨਾਲ ਗੜਬੜ ਹੋਊਗੀ ਆਪ ਐਸਾ ਨਹੀਂ ਹੋਏਗਾ ਬੇਬੀ ਖਾਸ
ਭਾਈ ਮੇਰੀ ਧੀ ਤੇ ਬੱਚੀ ਪਿੱਛੇ ਪਾਗਲ ਹੀ ਹੋ ਗਈ ਹੈ। ਜਿੰਨਾ ਤੁਸੀਂ ਧੀ ਦੇ ਪਿੱਛੇ ਪਾਗਲ ਹੋ ਸਨ ਅੱਬਾ ਜੀ, ਹਾਲੀ ਮੈਂ ਉਨੀ ਨਹੀਂ ਹੋਈ। ਕਿਹਦੇ ਪਾਗਲ ਦੀ? ਅੱਬਾ ਜੀ, ਖੁਦਾ ਦੇ ਵਾਸਤੇ ਮੇਰੀ ਮਾਂ ਦੇ ਕਾਤਲ ਦਾ ਨਾਂ ਲੈਣਾ ਮੇਰੇ ਸਾਹਮਣੇ ਛੱਡ ਦਿਓ। ਮੈਨੂੰ ਧੀ ਬਣਾਈਓ, ਕੀਮਤ ਨਾ ਲਵੋ ਮੇਰੇ ਕੋਲੋਂ ਕਿ ਮੈਂ ਆਪਣੀ ਜਾਨ ਇੱਜ਼ਤ ਮਾਂ ਦੇ ਦੁਸ਼ਮਣ ਨੂੰ ਮਾਫ਼ ਕਰ ਦਿਓ। ਬੁਰਾ ਨਾ ਬਣਾਈ ਪੁੱਤਰਾ, ਬੇ ਔਲਾਦ ਸਨ ਤੇ ਰੱਬ ਨੇ ਔਲਾਦ ਵਰਗੀ ਨਿਮਤ ਪਿਓ ਵਰਗਾ ਬੰਦਾ ਸਮਝ ਕੇ ਮੇਰੀ ਝੋਲੀ ਪਾ ਦਿੱਤੀ। ਧੀ ਨੂੰ ਤੇ ਪਿਓ ਦੇ ਇਲਾਵਾ ਮਾਂ ਬਣ ਕੇ ਵੀ ਪਾਲ ਵੇਖਿਆ, ਪਰ ਪੁੱਤਰ ਦੇ ਲਾਡ ਪਿਆਰ ਨਹੀਂ ਨਾ ਦੇਖੇ। ਇਸ ਵਾਸਤੇ ਤੇਰੇ ਨਾਲ ਗੱਲ ਕੀਤੀ ਸੀ। ਖਬਰੇ ਬਾਬਾ, ਜੰਮਣ ਵਾਲੇ ਮਾਂ ਪਿਓ ਆਦਮੀਆਂ ਕਿੰਨੀਆਂ ਕੁ ਮੰਨਦੇ ਨੇ। ਮੌਲਾ ਕਰੀਮਾ, ਮੈਨੂੰ ਓਡਾ ਕੋ ਮਾਂ ਪਿਓ ਜ਼ਰੂਰ ਬਣਾ ਦੇ। ਆਮੀਨ। ਕੌਣ ਬੋਲ? ਆਲਾ ਬੋਲਾ, ਹੁਕਮ ਦਾ ਗੋਲਾ ਤੇ ਡਾਮਾ ਡੋਲਾ। ਮੇਰਾ ਨਾਂ ਖਾਰਾ ਕਾਂਸਨ। ਓ ਮੈਂ, ਤੂੰ ਕਿਸ ਕੋ ਢੂੰਢਦਾ? ਹਮ ਆਇਆ ਹਾਂ। ਹਮ ਕਿਆ ਹੈ, ਮੁੱਢ ਤਾਂ ਬਗੋਰੀ ਤੇਰੇ ਰਾਹ ਵਿੱਚ ਪਿਆ ਹੈ, ਤੱਕਦਾ ਹੀ ਰਿਹਾ ਹੈ, ਤੂੰ ਦਿਲ ਖਿੱਚ ਲਿਆ ਹੈ, ਮੈਂ ਵੀ ਦੁੱਖ ਗਿਆ ਹੈ ਕਾਂਸਨ। ਓ ਅੰਡਰਸਟੈਂਡ, ਥੈਂਕਸ। ਤੂੰ ਹਾਮ ਕੋ ਲਾਫ ਕਰਨਾ ਮੰਗਤਾ? ਓਏ ਮੰਗਤਾ ਹੌਲੀ ਕੋ ਆਇਆ ਬੇਗ ਮੈਂ ਮੰਗਤਾ ਵਕੀਲਾ ਤੇ ਗਦਾਂ ਕਰਾਂਗਾ, ਪਰ ਉਸ ਤਰ੍ਹਾਂ ਪਰੰਡਾ ਹੀ ਹੋਈ ਹੈ ਤੇ ਬਈਓ ਖਾਲਾ ਬਈ ਹੈ। ਤੂੰ ਕਿਤਾ ਅੱਛਾ ਵਾਲਾ ਆਦਮੀ ਹੈ। ਓਏ ਅੱਜ ਤੋਂ ਅੱਛਾ ਨਹੀਂ ਹੈ, ਅੱਜ ਤੋਂ ਤਿੰਨ ਸਾਲ ਪਹਿਲੇ ਕਾ ਅੱਛਾ ਹੈ। ਓ ਮੈਂ, ਤੂੰ ਹਮ ਕੋ ਇਤਨਾ ਦੇਰ ਸੇ ਜਾਣਤਾ? ਉਸ ਵੇਲੇ ਖਿਆਲ ਆਇਆ ਥਾ ਕਿ ਜਾ ਕੇ ਤੁਹਾਡੇ ਪਿਓ ਕੇ ਸਾਹਮਣੇ ਗੋਡੇ ਮੂੰਹ ਤੇ ਮਾਰ ਕੇ ਬੈਠ ਜਾਊਂ ਤੇ ਉਹਨੂੰ ਕੋ ਆਖੂ ਕਿ ਵਿਲੀਅਮ ਸਾਹਿਬ ਆਪਣੀ ਆਇਆ ਬੇਗਮ ਕਾ ਸਾਗ ਮੈਨੂੰ ਕੋ ਦੇ ਦਿਓ। ਓਏ ਐਸੇ ਕਾ ਪੈਸਾ ਕਰ ਸਕਣਾ ਆਇਆ ਬੇਗ ਮੈਂ, ਜੇ ਤੂੰ ਮੇਰੀ ਥੋੜੀ ਜੀ ਮਦਦ ਇਮਦਾਦ ਜਾਂ ਹੈਲਪ ਕਰੇ ਤੇ। ਓ ਮਿੱਠੇ ਕਹਿ ਰਹਾ, ਤੁਮ ਕੋ ਹਮਰੇ ਘਰ ਕਾ ਡਰਾ ਲੋ ਆਲਮ ਫਿਰ ਤੁਮ ਐਸਾ ਕਰ, ਹਮਰਾ ਫਾਦਰ ਕੋ ਮਿਲ ਲੋ, ਮਕਾਨ ਕਾ ਆਧਾ ਵਾਲਾ ਹਿੱਸਾ ਕਿਰਾਏ ਤੇ ਦੇਨੇ ਕੋ ਮਾਂਗਤਾ। ਓ ਮੇਰੇ ਕੋ ਸਾਰਾ ਪਤਾ, ਵੋ ਜਨਾਨੀ ਵਾਲੇ ਕੋ ਮਾਂਗਤਾ, ਕੱਲੇ ਕੋ ਵਾਰਸ ਛਾਂਗਤਾ ਤੇ ਕੋਲੋ ਵੀ ਨਹੀਂ ਲਾਂਗਤਾ। ਬਸ ਬਸ, ਮੈਨੂੰ ਕੋ ਤੇਰੀ ਜਾਨ ਦੀ ਲੋੜ ਸੀ, ਹੁਣ ਤੇ ਐਸਾ ਚੱਕਰ ਚਲਾਉਂਗਾ ਕਿ ਤੇਰੇ ਪਿਓ ਦੀਆਂ ਗੁੱਡੀਆਂ ਕਮਾਊਂਗਾ ਤੇ ਪਹਿਲੇ ਫੇਰੇ ਜਾਊਂਗਾ। ਕਾਂਸਨ ਚਲਾਉਣਾ ਲੈ ਕੇ ਮਕਾਨ ਨੀ ਰੁਕ ਸਕਦਾ ਹੈ। ਕਮਾਨ ਖੈਰਾ ਕੰਸਨ ਜੀ, ਮੇਰਾ ਨਾਂ ਕੰਸਨ ਚ ਨਹੀਂ ਜੇ, ਖੈਰਾ ਕੰਸਨ ਚ ਆਓ ਮਾਲੂਮ ਭਰਾ ਕੰਸਨ ਯੂਰ ਫੈਸ ਕਰਾ, ਮਕਾਨ ਮਿਲ ਗਿਆ ਤੇ ਰਿਕ ਕਾ ਗੈੜਾ ਹੋ ਜਾਵਾਂ। ਮਿਸਟਰ ਕਾਇਰਾ, ਤੁਮ ਬੋਲਾ ਤੁਮ ਸਾਰੇ ਕੁਦਾ, ਬਸ ਤੁਮਾਰਾ ਸਾਰੇ ਕਿਦਰ? ਸ਼ਾਦੀ? ਓ ਜੀ, ਸ਼ਾਦੀ ਲਾਲ ਦੀ ਕੋਠੀ ਜਨਾਬ, ਸਾਡੇ ਤੇ ਸੌਰਨ ਨੇ ਮਾਈ ਬਾਪ, ਸਾਡੇ ਕੋਲ ਮਕਾਨ ਦੀ ਦੱਸ ਪਈ ਸੀ ਕਿ ਤੁਸੀਂ ਇੱਕ ਸ਼ਰੀਫ ਸ਼ਾਦੀ ਸੁਦਗਾਨ ਨੂੰ ਮਕਾਨ ਦੇਣ ਲਈ ਤਿਆਰ। ਆਓ ਚਲੋ
ਚਲੋ ਫਿਰ ਟਰੋ 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 ਨਾ ਨਾ ਮਿਸਟਰ ਕਾਇਰਾ ਥਰੋ ਮੀਨ ਠੀਕ ਹੈ ਠੀਕ ਹੈ ਠੀਕ ਹੈ ਆਲਮ ਆਲਮ ਮੈਂ ਕਿਹਾ ਜੇ ਫਿਰ ਠੀਕ ਹੈ ਤਾਂ ਚਾਬੀ ਉਡਾਵਾਓ ਐਡੀ ਬਕਬਕ ਦੀ ਕਿਹੜੀ ਲੋੜ ਹੈ ਮਿਸਟਰ ਕਾਇਰਾ ਹਮਰਾ ਇੱਕ ਸ਼ਰਤ ਹੈ ਉਹ ਵੀ ਲਾ ਕੇ ਵੇਖ ਲਓ ਅਸੀਂ ਕਿਸੇ ਕੋਲੋਂ ਘੱਟ ਆ ਕੰਸਾ ਨੀ ਨਾ ਨਾ ਮਿਸਟਰ ਟੋਂਕ ਕਾਇਰਾ ਸ਼ਰਤ ਲਗਾਉਣ ਵਾਲਾ ਨਹੀਂ ਹੈ ਹਮ ਐਸਾ ਆਦਮੀ ਹੋ ਮਾਂਗਤਾ ਹੈ ਜੋ ਦਿਨ ਕੋ ਖੁਦ ਇਸ ਘਰ ਮੇ ਹੋਏ ਔਰ ਨਾਇਕ ਕੋ ਉਸਕਾ ਬੀਵੀ ਲੋ ਇਹ ਕੀ ਕਹਿ ਗਿਆ ਜੇ ਘੋੜੇ ਦੇ ਮੂੰਹ ਵਾਲਾ ਔਰ ਤੇ ਮੈਂ ਕਿਹਾ ਬੀਵੀ ਕੋਲ ਕੌਣ ਰਹੇਗਾ ਹਨੇਰੀ ਸਾਹਿਬ ਹਮ ਰਹੇਗਾ ਹੈ ਗੜਬੜ ਵਾਲਾ ਕੋਈ ਬਾਤ ਨਹੀਂ ਦੌੜ ਤੂੰ ਅਰੇ ਮਿਸਕਾਰਾ ਜੈਸਾ ਹਮਾਰਾ ਮਾਮੀ ਹਮਾਰਾ ਬੇਟੀ ਵੈਸਾ ਤੁਮਹਾਰਾ ਬੀਵੀ ਤੁਮਹਾਰਾ ਬੇਟੀ ਓਏ ਕੀ ਪਹਿਚਾਣਦੇ ਹੋ ਸਾਹਿਬ ਜੀ ਸਾਰੇ ਮਿਸਕਾਰਾ ਤੁਮਹਾਰਾ ਬੀਵੀ ਹਮਾਰਾ ਬੇਟੀ ਸਾਲੋ ਇਹ ਗੱਲ ਤੇ ਸੋਲਾ ਨੇ ਠੀਕ ਹੈ ਇੱਕ ਹੋਰ ਤੁਹਾਨੂੰ ਖੁਸ਼ਖਬਰੀ ਦਿਆਂ ਕੰਸਣੀ ਕਿ ਦਿਨ ਦੀ ਸ਼ਿਫਟ ਖੈਰ ਨਾਲ ਤੁਹਾਡੀ ਨੂੰਹ ਬਾਹਰ ਹੁੰਦੀ ਹੈ ਤੇ ਰਾਤ ਦੀ ਸ਼ਿਫਟ ਮੈਂ ਓ ਕੋਟ ਕੋਟ ਵਾਰੇ ਗੁਰ ਮਿਸਕਾਰਾ ਤੁਮ ਜੈਸਾ ਕਿਰਾਏਦਾਰ ਹਮਾਰਾ ਕਿਰਾਏਦਾਰ ਹੋਣੇ ਕੋ ਸਕਤਾ ਯੂ ਅੰਡਰਸਟੈਂਡ ਪਲੀਜ਼ ਸਿਟ ਡਾਊਨ ਮਿਸਟਰ ਖਾਰਾ ਹਮ ਇਹ ਬਾਤ ਇਸ ਲਈ ਬੋਲਤਾ ਤੇਰੇ ਕੋ ਹਮਾਰਾ ਮੋਮਿਨ ਜਵਾਨ ਹੈ ਔਰ ਆਜ ਕੱਲ ਕਾ ਲੜਕਾ ਲੋ ਬਹੁਤ ਖਰਾਬ ਹੈ ਬਹੁਤ ਖਰਾਬ ਇਹ ਗੱਲ ਤੇ ਠੀਕ ਹੈ ਸਾਹਿਬ ਜੀ ਲੇਕਿਨ ਵੇਖੋ ਨਾ ਜੀ ਸਿਆਣੇ ਆਖਦੇ ਹੈ ਕਿ ਘਰ ਰੱਖੀ ਆਪਣਾ ਸਾਂਭ ਕੇ ਤੇ ਚੋਰ ਕਿਸੇ ਕੋ ਆਖੀਏ ਨਾ ਹੈ ਨੀ ਗੱਲ ਤੇ ਮੇਰੀ ਸਮਝ ਗਿਆ ਨਾ ਤੇ ਮੈਂ ਫਿਰ ਹੁਣ ਚੱਲਾਂ ਤੇ ਸ਼ਾਮ ਕੋ ਆਪਦੀ ਨੂੰਹ ਕੋਈ ਭੇਜਾਂਗਾ ਉਹ ਹੀ ਆ ਕੇ ਆਪਣੇ ਕੋਲੋਂ ਚਾਬੀ ਲੈਗੀ ਮੈਂ ਤੇ ਆਪਦੀ ਕਾਕੀ ਕੇ ਮੱਥੇ ਨੀ ਲੱਗਣਾ ਚਾਹੁੰਦਾ ਚਲੋ ਖੈਰ ਨਾ ਹੁਣ ਫਿਰ I'll remember the tall people with coals and the pockets tall time and when the mess is What is the dangerous news when men die cold and the pockets tall when it's humming and the toys of the men? My God, what's the problem? Who is there? And the ball of the men behind cold. ਫਿਰ ਉਹ ਟੋਨ ਅਖੇ ਤੂੰ ਕੌਣ ਤੇ ਮੈਂ ਕੌਣ ਅਖੇ ਮੈਂ ਆ ਜੀ ਫੇਰੇ ਦੇ ਘਰੋਂ ਫੇਰ ਨਾਲ ਫੇਰ ਸਫਰ ਤੂੰ 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 ਫੇਰ ਕਾ ਵਾਈ ਪੋਏਗਾ ਚਾਬੀ ਲੈਣੇ ਆਇਆ ਫੇਰ ਵੀ ਸਾਥ ਪੋਏਗਾ ਮੋਮੀ ਤੁਮ ਜਰਾ ਇਸ ਕਮਰੇ ਕੰਦ ਚਲੇ ਜਾ ਫੇਰ ਤੁਮ ਕੋ ਦੇਖੇਗਾ ਹਮ ਐਸਾ ਨਹੀਂ ਹੁਣ ਕੁਮਾਂ ਸਹਾਏ ਐਵੇਂ ਨਹੀਂ ਮੰਗਦਾ ਵਾਰੀ ਅੰਦਰ ਆ ਲੈਂਦੇ ਬੁੱਢਸ ਫੇਰ ਤੈਨੂੰ ਦੱਸਾਂਗਾ ਕਿ ਆਨੇ ਕੋ ਮੰਗਤਾ ਕਿ ਨਹੀਂ ਮੰਗਤਾ ਕੰਸਾ ਨੇ ਕਮਨ ਬਾਤ ਆ ਫਿਓ ਤੁਮ ਦੋਨੋਂ ਅੰਦਰ ਆਨੇ ਕੋ ਸਕਤਾ ਹੋਏ ਮਾਈ ਗੁੱਡ ਲਵ ਫਿਓ ਜੇ ਕੈਰੀ ਐਂਡ ਕੈਰਾ ਆਏ ਬਟ ਕਾਇਰਾ ਕਿਧਰ ਕੋ ਹੈ ਤੂੰ ਮੇਰੇ ਕੋ ਬੋਲ ਕਾਇਰਾ ਸਾਥ ਆਏ ਮੈਂ ਕਿਆ ਖੈਰ ਨਾਲ ਕਿਆ ਸੀ ਮੇਰੇ ਭੋਲੇ ਚਾਚਾ ਜੀ ਕੱਲ ਹੈ ਮੈਂ ਮਰ ਗਈ ਔਰ ਤੇਰੀ ਕੰਡੀ ਪੀਣਾ ਗਈ ਮੈਂ ਕਿਹਾ ਤੁਸੀਂ ਭੁੱਲ ਕਿਉਂ ਜਾਂਦੇ ਹੋ ਕਿ ਦਿਨ ਦੀ ਸ਼ਿਫਟ ਤੇ ਮੈਂ ਬਾਹਰ ਹੁੰਨੀ ਆ ਤੇ ਰਾਤ ਦੀ ਸ਼ਿਫਟ ਤੇ ਤੁਹਾਡਾ ਪੁੱਤਰ ਆਉ ਕੋਈ ਯਾਦ ਪਰਾ
मॉमी अब तुम बाहर आने को सख्त है, इधर कायरी है कायरी कायर का वाज बिल्कुल तुम्हारा मार है, इसको रूम दिखाओ। इधर खड़ा खड़ा क्या देखता है, चलो अपने रूम को देखो, चलो चलो हला हला। हाय मैं मर गई, मैं क्या बीबी जी कमरा दे बाबा जी है तो है, फिर मेरा मतलब है कि अस दोनों जी इतने बड़े आराम न लवांगे। और रहना मांग तो रखो, हम को ऐसा बात बात बोलो, और देखो ये कमरे का फ्लास का हमने नया नया कराया है, इधर से कीज नहीं ठोकना, अंडरस्टैंड? अल्लाह की कसम बीबी जी, मैं तानू आप रखना सी कि उधरों की कील ना ठोक गया जे, नहीं तो साढ़े आराम खाली हराएगा। बोलो हाँ मीजल बारी का बेटी है यूसी, तुम हमको फिर इस तरह बोलोगे हम तुमको बाहर निकाल देगा, अंडरस्टैंड? हाय मैं क्या दीदी जी, तुम आधी साढ़े आराम के दुश्मन बन गए हो कान, हाय मैं मर गई, एक कान भी तीर अजी भी न गई। ये तो जब हमको कहरा मिलेगा हम उसको बोलेगा, उधर हमको बोलता हम बिल्कुल अनवेरिड है, इधर अपने माफी पे वाइफ को भेजता, जलील कमीना इज्जत। मैं क्या तुम कोई आज उन्होंने 500 गाला कटिया ने ते ए ओ गाला ने जड़िया मेरी समझ में आ गई ने, तो जड़िया तू अपने अब्बे की जुबान में कटिया ने ओ खबरे किन्या को कटिया ने जड़िया के मैं समझी नहीं, ते मैं क्या अगो तो मुंह संभाल के गाल करी, ओ मरा मजाजी खुदा भी है आ ऐसे का पैसा कल सर, ओ मैं के मन पावे ना मन, ओ बकूब तू हम तो ऐसा बोलता हम तो बाहर निकालेगा, जब तक मैं क्या करा हथ रोक के, मैं बड़ी सुपत्ती रानी हाँ, मैं तेन दस दिता ही मैं कोई लिहाज नहीं हूँ करना, मता मैं क्या मैं दुध मखना की पली हुई हाँ, पर तेरी तरह चाह बिस्कुट ते नहीं लगी हुई, बस तू हाँ तो फिर गाल देता हाँ तो ठीक करेगा तू की भी ओह कहना तुम अस्सलाम वालेकुम कहना, तुम कितना अच्छा वाला आदमी है, बस ये सब क्या किया? और ना कुछ लिया ना कुछ दिया, मर्द को थोड़े दिन ली औरत किया, तेरे पियो का क्यों पिया कैंसा ने? कहना हमारा डैडी को इस बात का पता चलेगा कि शादी भी तुम और शुदा भी तुम, तो फिर क्या होएगा? और होना क्या है, कन्ना की खिड़कियाँ तुम खुलिया रखना, और ये खिड़की मैं नहीं बंद हूँ, उधरों खतरे का अलार्म से मैं उधरों बाहर हूँ कैंसा ने? ठीक है अगर कुछ दिन इस बात का हमारे डैडी को पता न चला तो हम डैडी को मना लेगा, बट इधर तुम अपना करैक्टर ठीक रखने को मांगता। फिर मांगता और तनु किन्नी बारी आख्या किसी मैम के मैं को मांगता ना आख्या कर, बाकी रह गई करैक्टर वाली गल ओदी मैं कोई परवाह नहीं, मैं कर रहा तुम ही घर दी मुलाकात तो हाथ खिंच के रखी कंसा ने। अंडरस्टैंड अंडरस्टैंड और पेट का फराइया खा रहा। अच्छा जी पेट भी नहीं कस रही मदद आता रहते कमीने पेट कस ओ भाई ओ बाप साजना और जलील आदमी है नहीं।
ਮੈਂ ਕਿਹਾ ਉਸਤਾਦ ਜੀ ਮੈਨੂੰ ਨੀ ਜਦ ਪਤਾ ਲੱਗਦਾ ਕਿ ਉਹ ਕਿਹੜਾ ਉਤਾਰਦਾ ਮੈਂ ਤੇਰਾ ਥੱਲੇ ਆਉਂਦਾ ਦੱਸੋ ਠਹਿਰ ਜਾ ਮੈਂ ਆ ਰਿਹਾ ਵਾਸੀ ਡੰਡਿਆਂ ਦੀ ਪੌੜੀ ਏ ਤੇ ਤਿੰਨਾਂ ਬੰਦਿਆਂ ਨੇ ਭਾਣਾ ਉਂਝ ਟੁੱਟ ਜਾਏਗੀ ਤਿੰਨਾਂ ਬੰਦੇ ਤਿੰਨ ਕਿਹੜਾ ਤਿੰਨ ਕਿਹੜੇ ਅੱਜ ਵੇਖਣਾ ਦੋ ਤੁਸੀਂ ਤੇ ਇੱਕ ਮੈਂ ਦੋ ਮੈਂ ਮੈਂ ਦੋ ਨਾ ਤੁਸੀਂ ਇਸ ਤਰ੍ਹਾਂ ਮੈਨੂੰ ਆ ਕੇ ਦੱਸ ਦੇ ਜਾ ਤੇ ਮੈਂ ਤੁਹਾਨੂੰ ਫੜਾਉਂਦਾ ਜਾਊਂਗਾ ਤੂੰ ਬਹੁਤ ਕੰਮ ਚੋਰ ਹੋ ਗਿਆ ਜਾਂ ਇਸ ਕੋਠੀ ਦੇ ਮਾਲੀ ਨੂੰ ਬੁਲਾ ਕੇ ਲਿਆ ਉਹਨੂੰ ਸਾਰੇ ਔਜ਼ਾਰਾਂ ਦਾ ਪਤਾ ਸਾਰੇ ਹੈਂ ਉਹ ਪਹਿਲਾਂ ਵਿਕੋ ਚ ਲੱਗਣ ਸੀ ਇਹ ਨਹੀਂ ਮੈਨੂੰ ਪਤਾ ਤੂੰ ਚੱਲ ਚੱਲ ਮਾਲੀ ਹਾਂ ਮਾਲੀ ਮੈਂ ਕਿਹਾ ਮਾਲੀ ਸਾਹਿਬ
ਦੀਪ ਰੱਖੋ ਬੁਰਾ ਨਾ ਮਨਾਇਆ ਜੇ ਕੀ ਗੱਲ ਅਸਲਮ ਇਹ ਕੌਣ ਅੰਕਲ ਇਹ ਬਦਮਾਸ਼ ਅੰਦਰ ਜਾਣ ਰਿਹਾ ਨਹੀਂ ਜੀ ਮੈਂ ਕੋਈ ਗਮਲੇ ਚੁੱਕਣਾ ਲੈਂਦਾ ਨਹੀਂ ਮੈਂ ਤਾਂ ਮਿਸਤਰੀ ਵਜ਼ੀਰ ਹੋ ਜਾਂਦਾ ਸ਼ੁਕਰ ਅੰਦਰ ਕਿਹੜੀ ਖੁਸ਼ੀ ਚ ਵੇਖ ਰਿਹਾ ਹੋਰ ਮਾਰੇ ਸਰੀਰ ਨੂੰ ਇੱਕ ਮਹੀਨੇ ਆਉਂਦੇ ਇਹੋ ਜਿਹੇ ਇਹ ਕੋਠੀ ਨੌਕਰੀ ਦੇ ਬਾਰੇ ਦਾਖਲ ਹੋ ਕੇ ਤੇ ਚੋਰੀ ਤੱਕ ਕਰ ਲੈਂਦੇ ਨੇ ਮੈਂ ਤੇ ਕਹਿੰਦਾ ਅਸਲਮ ਮੈਨੂੰ ਪੁਲਿਸ ਦੇ ਹਵਾਲੇ ਕਰਦੇ ਪੁਲਿਸ ਜਾਣਦੇ ਇਸ ਕਮੀਨੇ ਨੂੰ ਹਾਂ ਇਹ ਦੱਸੋ ਤੁਸੀਂ ਕਿਸ ਤਰ੍ਹਾਂ ਆਏ ਸੋ ਦਰਅਸਲ ਗੱਲ ਇਹ ਅੰਕਲ ਕਿ ਇੱਕ ਬੜਾ ਹੀ ਜ਼ਰੂਰੀ ਚਲੋ ਉਹਨੂੰ ਤੜਕੇ ਗੱਲ ਕਰਦੇ ਹਾਂ ਥੈਂਕ ਯੂ ਅੰਕਲ ਹਾਂ ਹੁਣ ਦੱਸੋ ਕੀ ਪ੍ਰੋਗਰੈਸ ਹੈ ਮੇਰਾ ਮਤਲਬ ਹੈ ਕੰਮ ਕਿੰਨਾ ਖਤਮ ਹੋਇਆ ਇਹ ਤੇ ਮੈਂ ਪਹਿਲਾਂ ਵੀ ਅਰਜ਼ ਕਰ ਚੁੱਕਾ ਅੰਕਲ ਕਿ ਮੈਂ ਆਪਣਾ ਸ਼ਹਿਰ ਵਾਲਾ ਮਕਾਨ ਵੇਚ ਕੇ ਤੇ ਫੈਕਟਰੀ ਲਈ ਜ਼ਮੀਨ ਖਰੀਦ ਲਈ ਸੀ ਹਾਂ ਹਾਂ ਇਹ ਤਾਂ ਮੈਨੂੰ ਪਤਾ ਹੈ ਤੇ ਕੁਝ 10-12 ਹਜ਼ਾਰ ਮੇਰੇ ਕੋਲ ਹੋ ਰਿਹਾ ਸੀ ਅੰਕਲ ਉਹ ਮੈਂ ਬੁਨਿਆਦਾਂ ਦੀ ਖੁਦਾਈ ਤੇ ਸੀਮਟ ਵਗੈਰਾ ਅਰੇਂਜ ਕਰ ਲਿਆ ਸ਼ਾਬਾਸ਼ ਹਾਂ ਅਸਲ ਬੇਟੇ ਮੈਂ ਇਹ ਚਾਹੁੰਦਾ ਵਾਂ ਕਿ ਉਧਰ ਤੇਰੀ ਫੈਕਟਰੀ ਕੰਪਲੀਟ ਹੋਵੇ ਤੇ ਇਧਰ ਮੈਂ ਆਪਣੀ ਬੇਟੀ ਸਲਮਾ ਦੀ ਸ਼ਾਦੀ ਕਰ ਦੇਵਾਂ ਤਾਂ ਕਿ ਦੁਨੀਆ ਨੂੰ ਮੈਂ ਇਹ ਦੱਸ ਸਕਾਂ ਕਿ ਮੇਰਾ ਹੋਣ ਵਾਲਾ ਦਾਮਾਦ ਫੈਕਟਰੀ ਆਉਣਾ ਹੈ ਇਹ ਤਾਂ ਠੀਕ ਹੈ ਅੰਕਲ ਲੇਕਿਨ ਮੈਂ ਅਰਜ਼ ਕਰਨਾ ਸੀ ਕਿ ਸ਼ਾਇਦ ਇਸ ਤੋਂ ਅੱਗੇ ਮੈਂ ਫੈਕਟਰੀ ਦਾ ਕੰਮ ਜਾਰੀ ਨਾ ਰੱਖ ਸਕਾਂ ਕਿਉਂ ਕੁਝ ਪੈਸੇ ਦੀ ਜ਼ਰੂਰਤ ਹੈ ਜੀ ਅੰਕਲ ਕਿੰਨੀ ਮਾਮੂਲੀ ਜਿਹੀ ਗੱਲ ਲਈ ਪਰੇਸ਼ਾਨ ਹੋ ਰਿਹਾ ਦੱਸੋ ਬੇਟਾ ਜਾਨ ਕਿੰਨੇ ਕੁ ਪੈਸੇ ਚਾਹੀਦੇ ਜੀ ਕੁਝ 50,000 ਹੋ ਜਾਵੇ ਤੇ ਠੀਕ ਹੈ ਮੈਂ ਉਹਦੇ ਨਾਲ ਸੀਮੈਂਟ ਸਰੀਆ ਲੱਕੜੀ ਤੇ ਹੋਰ ਅਮਾਦਰੀ ਜ਼ਰੂਰੀਅਤ ਦੀਆਂ ਜਿਹੜੀਆਂ ਚੀਜ਼ਾਂ ਨੇ ਨਾ ਉਹਨਾਂ ਦੀਆਂ ਕੰਪਨੀਆਂ ਨੂੰ ਐਡਵਾਂਸ ਦੇ ਸਕਾਂਗਾ ਦਰਅਸਲ ਅੰਕਲ ਅੱਜ ਕੱਲ੍ਹ ਮਟੀਰੀਅਲ ਬਹੁਤ ਬਲੈਕ ਹੋ ਰਿਹਾ ਤੇ ਮੈਂ ਕਿਸੇ ਨੂੰ ਨਜਾਇਜ਼ ਪੈਸਾ ਨਹੀਂ ਦੇਣਾ ਚਾਹੁੰਦਾ ਵੈਰੀ ਗੁੱਡ ਬਰਖੋਦਰ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਤੂੰ ਸਰ 25,000 ਰੁਪਏ ਲੈ ਜਾਵੇ 50,000 ਦੇ ਚੈੱਕ ਕਰ ਦਿਓ ਅੰਕਲ ਨਹੀਂ ਤੇ ਫਿਰ 8-10 ਦਿਨ ਬਾਅਦ ਆਉਣਾ ਪਵੇਗਾ ਫਿਰ ਕੀ ਹੋਇਆ ਆ ਜਾਈ ਇਸੇ ਬਹਾਨੇ ਅਸੀਂ ਆਪਣੇ ਬੇਟੇ ਨੂੰ ਦੁਬਾਰਾ ਵੇਖ ਲਾਂਗੇ ਅੱਛਾ ਅੰਕਲ ਖੁਦਾ ਜੀ ਤੇਰੇ ਸਲਮਾ ਮੈਨੂੰ ਜਾਣ ਦੇ ਜਾਨ ਨਹੀਂ ਦੇ ਦਿਆਂਗੇ ਜਨਾਬ ਨੂੰ
ਦਿਲ ਦੇਣ ਤੋਂ ਬਾਅਦ ਜਾਨ ਅਸਾਂ ਕੋਲ ਲੱਗ ਕੇ ਕੀ ਕਰਨੀ ਹੈ? ਸਲਮਾ, ਮੇਰਾ ਮੂਡ ਬਿਲਕੁਲ ਆਫ ਹੈ, ਮੇਰੇ ਨਾਲ ਕੋਈ ਗੱਲ ਨਾ ਕਰ ਪਲੀਜ਼। ਸਿਰਫ ਇੰਨੀ ਗੱਲ ਤੋਂ ਕਿ ਤੂੰ 50,000 ਰੁਪਿਆ ਮੰਗਿਆ ਸੀ ਤੇ ਡੈਡੀ ਨੇ 25 ਦਿੱਤਾ। ਸ਼ਾਇਦ ਇਹ ਪਤਾ ਨਹੀਂ ਜਨਾਬ ਨੂੰ ਕਿ ਤੁਹਾਡੀ ਇਸ ਗੁਲਾਮ ਦਾ ਵੀ ਕੋਈ ਪਰਸਨਲ ਅਕਾਊਂਟ ਹੈ। ਅਸੀਂ ਤੁਹਾਨੂੰ ਮੂਡ ਆਫ ਕਰਕੇ ਨਹੀਂ ਜਾਣ ਦਿਆਂਗੇ। ਇਹ ਲੋ ਫੜੋ 25,000 ਰੁਪਏ ਦਾ ਚੈੱਕ। ਨਹੀਂ ਸਲਮਾ, ਮੈਂ ਤੇਰੇ ਕੋਲੋਂ। ਮੈਂ ਸਮਝ ਗਈ ਹਾਂ, ਡੈਡੀ ਦੇਣਗੇ ਤੇ ਵਾਪਸ ਕਰ ਦੇਣਾ। ਆਪਣਾ ਕੰਮ ਤੇ ਚਲਾਓ, ਮੂਡ ਤੇ ਆਫ ਨਾ ਕਰੋ। ਓ ਮਾਈ ਸਵੀਟ ਸਲਮਾ, ਤੂੰ ਕਿੰਨੀ ਗ੍ਰੇਟ ਹੈ। ਚੱਲ ਖੁਸ਼ ਰਿਹਾ ਕਰ ਅੱਛੂ। ਅਸਲਮ ਸਾਹਿਬ, ਸਾਰੇ ਲੈਣਦਾਰ ਅੰਦਰ ਆ ਕੇ ਬੈਠੇ ਨੇ, ਕੋਠੀ ਵਾਲਾ, ਫਰਨੀਚਰ ਵਾਲਾ, ਗੱਡੀ ਵਾਲਾ। ਉੱਥੇ ਫੇਰ ਕੀ ਹੋਇਆ, ਘਬਰਾ ਕਿਉਂ ਗਏ ਹੋ? ਐਲਾ ਜੱਗੀ, ਉਹਨਾਂ ਸਾਰਿਆਂ ਨੂੰ ਇੱਕ ਇੱਕ ਸਾਲ ਦਾ ਐਡਵਾਂਸ ਦੇ ਦੇ, ਰਸੀਦਾਂ ਲੈ ਲਈ। ਨਾਲੇ ਉਹਨਾਂ ਨੂੰ ਕਹਿ ਦੇ ਕਿ ਇੱਕ ਸਾਲ ਤੱਕ ਉਹਨਾਂ ਚੋਂ ਕੋਈ ਬੰਦਾ ਇੱਥੇ ਨਜ਼ਰ ਨਾ ਆਇਆ ਹੋਣ। ਬਹੁਤ ਅੱਛਾ ਅਸਲਮ ਸਾਹਿਬ, ਅਸੀਂ ਤੇ ਸੋਚਿਆ ਸੀ ਤੁਸੀਂ ਆਓਗੇ ਤੇ ਇਹਨਾਂ ਨੂੰ ਫੈਂਟੀ ਲਾਣੀ ਪਏਗੀ। ਅਸੀਂ ਤੇ ਨਾਲ ਇਮਾਨ ਦੇ ਤਿਆਰ ਹੋ ਕੇ ਬੈਠੇ ਸਾਂ। ਬਸ ਕਰੀ ਕੰਮ
ਆਇਆ ਹੋਇਆ ਜ਼ਮਾਨਾ ਸੀ ਨਾ ਰੁੱਖ ਸੀ ਨਾ ਟਹਿਣੀ ਜਿਸ ਤੇ ਕਦੀ ਠਿਕਾਣਾ ਸੀ ਕਾਮੂ ਪਤਾ ਹੀ ਨਾ ਭੈਣ ਤੇਰੇ ਕੋਲੋਂ ਰੁੱਸੀ ਹੋਈ ਰੁੱਸੀ ਹੋਈ ਭੈਣ ਨੂੰ ਮਨਾਉਣਾ ਹੀ ਤੇ ਉਹਦੀ ਵੀ ਹੋ ਗਈ ਹੋਣੀ ਜਦੋਂ ਤੇਰੀ ਉਂਗਲ ਫੜ ਕੇ ਭੈਣ ਦੇ ਸਾਹਮਣੇ ਲੈ ਜਾਏਗੀ ਨਾ ਤੇ ਉਹਦੇ ਸਾਰੇ ਗੁੱਸੇ ਰੇਤ ਦੀ ਕੰਧ ਵਾਂਗੂ ਟੈ ਪੈਣਗੇ ਚੱਲ ਗਾਮੂ ਗਾਮੂ ਨਾਮੀ ਬੰਦਾ ਤੁਹਾਨੂੰ ਮਿਲਣਾ ਚਾਹੁੰਦਾ ਹੈ ਗਾਮੂ ਤੇ ਮੈਂ ਉਹਨੂੰ ਕਿਹਾ ਤੁਸੀਂ ਬਿਮਾਰ ਹੋ ਫਿਰ ਕਿਸੇ ਵੇਲੇ ਆਵੀ ਨਹੀਂ ਨਹੀਂ ਮਾਜੀ ਉਹਨੂੰ ਮਿਲਣ ਵਾਸਤੇ ਤੇ ਮੈਂ ਮਰ ਵੀ ਰਿਹਾ ਹੋਵਾਂ ਤੇ ਮੌਤ ਕੋਲੋਂ ਵੀ ਮੁਹਲਤ ਮੰਗ ਲਾਂਗਾ ਤੂੰ ਇਹ ਦੱਸ ਤੇਰਾ ਸਾਹਿਬ ਤੇ ਬੀਬੀ ਘਰ ਹੀ ਨੇ ਨਹੀਂ ਬਾਜ਼ਾਰ ਗਏ ਨੇ ਠੀਕ ਹੈ ਤੇ ਫਿਰ ਤੂੰ ਉਹਨੂੰ ਜਲਦੀ ਨਾਲ ਭੇਜ ਦੇ ਪਰ ਮੈਂ ਉਹਦੇ ਨਾਲ ਗੱਲ ਕੀ ਕਰਾਂਗਾ ਉਹਨੂੰ ਕਿਸ ਤਰ੍ਹਾਂ ਦੱਸਾਂਗਾ ਕਿ ਜਿਸ ਭੈਣ ਨੂੰ ਦੇਖਣ ਵਾਸਤੇ ਤੇਰੀਆਂ ਅੱਖਾਂ ਤਰਸ ਗਈਆਂ ਨੇ ਗਾਮੂ ਉਹਦੀਆਂ ਅੱਖਾਂ ਤੇ ਤੈਨੂੰ ਦੇਖਣਾ ਵੀ ਨਹੀਂ ਚਾਹੁੰਦੀਆਂ ਸ਼ੇਖ ਜੀ ਬਿਸਮਿਲਾ ਆ ਪੁੱਤਰ ਜੀ ਆਇਆਂ ਨੂੰ ਮੇਰੀ ਥਾਂ ਇਹ ਜੇ ਸ਼ੇਖ ਜੀ ਪੈਦਾ ਕਰਨ ਵਾਲੇ ਦੀ ਕਸਮੇ ਜੀ ਕਰਦਾ ਕਿ ਜੇਲ੍ਹ ਦੇ ਬਾਅਦ ਦੀ ਸਾਰੀ ਜ਼ਿੰਦਗੀ ਇਹਨਾਂ ਕਦਮਾਂ ਚ ਗੁਜ਼ਾਰ ਦੇ ਅੱਲਾਹ ਤੈਨੂੰ ਇੱਜ਼ਤ ਦੀ ਜ਼ਿੰਦਗੀ ਦੇਵੇ ਪੁੱਤਰਾ ਆ ਬੈਠ ਮਾਸ਼ਾਅੱਲਾਹ ਸ਼ੇਖ ਜੀ ਇਹ ਜਿਹੜੀ ਸਾਹਮਣੇ ਵਾਲੀ ਮੂਰਤ ਹੈ ਇਹ ਮੇਰੀ ਤਾਜੀ ਭੈਣ ਦੀ ਹੈ ਨਾ ਹਾਂ ਬੇਟਾ ਤੇ ਨਾਲ ਮੁਮਤਾਜ਼ ਦਾ ਸ਼ੌਹਰ ਹੈ ਮਿੱਟੀ ਦੀਆਂ ਨਿੱਕੀਆਂ ਨਿੱਕੀਆਂ ਰੋਟੀਆਂ ਪਕਾਉਣ ਵਾਲੀਏ ਤੂੰ ਆਪ ਹੀ ਵੱਡੀ ਨਹੀਂ ਹੋਈ ਨਾ ਵੀ ਵੱਡਾ ਕਰ ਲਈ ਸ਼ੇਖ ਜੀ ਮੈਨੂੰ ਇਹਦਾ ਮੂੰਹ ਐਡਾ ਗੁੱਸੇ ਵਾਲਾ ਤੇ ਨਹੀਂ ਲੱਗਦਾ ਜਿੱਡਾ ਮੇਰੇ ਨਾਲ ਕੀਤਾ ਹੋਇਆ ਸੀ ਸ਼ੇਖ ਜੀ ਤੁਸੀਂ ਕੋਈ ਮੇਰੇ ਕੋਲੋਂ ਗੱਲ ਲੁਕਾ ਰਹੇ ਹੋ ਲੁਕਾ ਨਹੀਂ ਰਿਹਾ ਗਾਮੂ ਸੋਚ ਨਾ ਪਿਆ ਪਤਾ ਨਹੀਂ ਕੀ ਨਾਂ ਸੀ ਉਸ ਬੰਦੇ ਦਾ ਉਹ ਵੀ ਤੇਰੇ ਵਾਂਗਰ ਇੱਕ ਭੈਣ ਦਾ ਭਰਾ ਸੀ ਬੜੀਆਂ ਮੁਸੀਬਤਾਂ ਤੇ ਦੁੱਖ ਕੱਟ ਕੇ ਬੜੇ ਚਿਰ ਪਿੱਛੋਂ ਘਰ ਆਇਆ ਤੇ ਉਹਨੇ ਵੇਖਿਆ ਕਿ ਉਹਦੀ ਭੈਣ ਬੜੀ ਸੁਖੀ ਹੈ ਮੈਂ ਵੀ ਤੇ ਇੱਥੇ ਆ ਕੇ ਇਹੋ ਹੀ ਵੇਖਿਆ ਸ਼ੇਖ ਸਾਹਿਬ ਕਿ ਮੇਰੀ ਭੈਣ ਬੜੀ ਸੁਖੀ ਹੈ ਪਰ ਯਾਰ ਉਹਨੇ ਤੇ ਕਮਾਲ ਹੀ ਕਰ ਦਿੱਤਾ ਸੀ ਗਾਮੂ ਉਹਨੇ ਆ ਕੇ ਇਹ ਵੇਖਿਆ ਕਿ ਉਹਦੀ ਭੈਣ ਸਾਡੀ ਮੁਮਤਾਜ਼ ਵਾਂਗਰ ਕਿਸੇ ਬਹੁਤ ਵੱਡੇ ਖਾਨਦਾਨ ਦੀ ਬੇਗਮ ਬਣ ਚੁੱਕੀ ਹੈ ਤੇ ਉਹਨੇ ਇਹ ਕਹਿ ਕੇ ਆਪਣੀ ਜ਼ਿੰਦਗੀ ਨੂੰ ਇੱਕ ਪਾਸੇ ਕਰ ਲਿਆ ਕਿ ਮੈਂ ਇਸ ਭਾਗਾਂ ਵਾਲੀ ਨੂੰ ਜਹੇਜ਼ ਤੇ ਕੁਝ ਦੇ ਨਹੀਂ ਸਕਿਆ ਹੁਣ ਆਪਣੇ ਆਪ ਨੂੰ ਇਹਦੀ ਜ਼ਿੰਦਗੀ 'ਚ ਸ਼ਾਮਿਲ ਕਰਕੇ ਇਹਨੂੰ ਸ਼ਰੀਕੇ ਤੇ ਬਿਰਾਦਰੀ ਦੇ ਮਿਹਣੇ ਵੀ ਕਿਉਂ ਦਵਾਵਾਂ
ਮੈਂ ਸਮਝ ਗਿਆ ਸ਼ੇਰ ਜੀ, ਜ਼ਮਾਨੇ ਦੇ ਦੁੱਖ ਠੋਕਰਾਂ ਤੇ ਮੁਸੀਬਤਾਂ ਨੇ ਮੈਨੂੰ ਇੰਨਾ ਕੁ ਸਿਆਣਾ ਜ਼ਰੂਰ ਕਰ ਦਿੱਤਾ ਕਿ ਤੁਸੀਂ ਜੋ ਕੁਛ ਆਖ ਰਹੇ ਹੋ ਉਹਨੂੰ ਮੈਂ ਸਮਝ ਸਕਾਂ। ਸ਼ੇਖ ਸਾਹਿਬ, ਮੈਂ ਜ਼ਿੰਦਗੀ 'ਚ ਆਪਣੀ ਭੈਣ ਨੂੰ ਕੁਛ ਦੇ ਤੇ ਨਹੀਂ ਸਕਿਆ, ਤੇ ਤੁਸੀਂ ਯਕੀਨ ਕਰੋ ਮੈਨੂੰ ਉਹਦੇ ਮੂੰਹੋਂ ਭਰਾ ਖਵਾਉਣ ਦਾ ਵੀ ਕੋਈ ਹੱਕ ਨਹੀਂ। ਮੈਨੂੰ ਤੇ ਜੇਲ੍ਹ 'ਚ ਇਹੋ ਹੀ ਪਤਾ ਸੀ ਕਿ ਮੇਰੀ ਤਾਜੀ ਭੈਣ ਇੱਕ ਬਦਮਾਸ਼ ਕਾਤਲ ਤੇ ਕੈਦੀ ਭਰਾ ਨੂੰ ਬੁਰਾ ਸਮਝਦੀ ਹੈ, ਪਰ ਇੱਥੇ ਆ ਕੇ ਪਤਾ ਲੱਗਾ ਕਿ ਮੇਰੀ ਮੁਮਤਾਜ਼ ਭੈਣ ਆਪਣੇ ਗਰੀਬ ਭਰਾ ਨੂੰ ਮਿਲਣਾ ਵੀ ਨਹੀਂ ਚਾਹੁੰਦੀ। ਗਾਮੂ, ਯਾ ਅੱਲਾ, ਵਾਸਤਾ ਹੀ ਆਪਣੇ ਰਹਿਮ ਤੇ ਕਰਨ ਦਾ, ਮੈਨੂੰ ਇਹਨਾਂ ਦੋਵਾਂ ਬੱਚਿਆਂ ਦਾ ਪਿਓ ਬਣਨ ਦਾ ਹੱਕ ਤਾਂ ਫਰਮਾ ਦੇ ਮਾਲਾ, ਮੇਰੇ ਕੋਲ ਇਹਨਾਂ ਨੂੰ ਦੁੱਖ ਨਹੀਂ ਦੇਖਿਆ ਜਾਣਾ। ਜਿਸ ਪੁੱਤਰ ਦੇ ਦੁੱਖੋਂ ਯਾਰੋ ਮਰ ਜਾਂਦੀ ਏ ਮਾਂ, ਉਹਦੇ ਸਿਰ ਤੇ ਫੇਰ ਨੀ ਆਉਂਦੀ ਰਹਿਮਤ ਵਾਲੀ ਛਾਂ। ਆਪਣੇ ਵੀ ਨਹੀਂ ਬਣਦੇ ਆਪਣੇ ਦਰ ਦਰ ਠੋਕਰ ਖਾਂਦੇ ਨੇ, ਉਹ ਮਾਵਾਂ ਨੂੰ ਤੜਫਾਵਣ ਵਾਲੇ ਆਪ ਦੋਂ ਸੁੱਖ ਪਾਉਂਦੇ ਨੇ। ਅੱਬਾ ਜੀ, ਮੈਂ ਤੁਹਾਡੇ ਲਈ ਵੀ ਦਵਾਈ ਲੈ ਲਈ। ਚੰਗਾ ਕੀਤਾ ਜੀ ਪੁੱਤਰ, ਪਰ ਮੇਰਾ ਇਲਾਜ ਤੇ ਤੇਰੇ ਕੋਲ ਹੈ, ਮੇਰਾ ਡਾਕਟਰ ਤੇ ਤੂੰ ਹੈ। ਮਾਲੂਮ ਹੁੰਦਾ ਕਿ ਫਿਰ ਉਸ ਕੈਦੀ ਕਾਤਲ ਤੇ ਬਦਮਾਸ਼ ਦਾ ਖਤ ਆਇਆ ਤੁਹਾਨੂੰ? ਨਹੀਂ ਅੱਲਾ ਦੀ ਸਰ, ਅੱਜ ਤੇ ਖਤ ਨਹੀਂ ਆਇਆ। ਅੱਬਾ ਜੀ, ਇਹ ਖਿਡੌਣੇ ਕੌਣ ਲਿਆਇਆ? ਇਹ ਖਿਡੌਣੇ ਪੁੱਤਰ, ਇਹ ਤੇਰੇ ਵਾਂਗ ਮੇਰਾ ਇੱਕ ਪੁੱਤਰ ਬਣਿਆ ਆਇਆ ਸੀ, ਉਹ ਤੇਰੀ ਬੱਚੀ ਦਾ ਮਾਮੂ ਬਣ ਕੇ ਉਹਦੇ ਵਾਸਤੇ ਦੇ ਗਿਆ, ਇਹਨਾਂ ਨੂੰ ਸੰਭਾਲ ਕੇ ਰੱਖੀ ਬੇਟੇ। ਜੇ ਉਹ ਮੇਰੀ ਬੱਚੀ ਦਾ ਮਾਮੂ ਬਣ ਕੇ ਦੇ ਗਿਆ ਤਾਂ ਫਿਰ ਇਹ ਸੰਭਾਲ ਕੇ ਰੱਖਣ ਲਈ ਨਹੀਂ, ਮੇਰੀ ਬੱਚੀ ਖੇਡੇਗੀ ਵੀ ਤੇ ਤੋੜੇਗੀ ਵੀ। ਖਿਡੌਣੇ ਨਾ ਤੋੜੀ। ਉਹ ਮੈਂ ਛੋੜ ਬੇਬੀ ਕੋ, ਹੁਣ ਤੇ ਮੈਂ ਤੈਨੂੰ ਇਸੇ ਆਸਤੇ ਮਿਲਦਾ ਰਵਾਂਗਾ ਧੀਰਾਣੀ, ਕਿ ਜਿਸ ਦਿਨ ਤੂੰ ਮੈਨੂੰ ਮਾਮਾ ਆਖ ਕੇ ਤੇ ਮੇਰੀ ਬਾਂਹ ਫੜ ਕੇ ਆਪਣੀ ਮਾਂ ਕੋਲ ਲੈ ਜਾਏਗੀ, ਤੇ ਫਿਰ ਮੈਂ ਦੇਖਾਂਗਾ ਕਿ ਮੇਰੀ ਭੈਣ ਮੈਨੂੰ ਕਿਵੇਂ ਘਰੋਂ ਬਾਹਰ ਦਿੱਕੇ ਦੇ ਕੇ ਕਰਦੀ। ਉਹ ਮੈਂ ਬੇਬੀ ਸੇ ਦੋ ਬਾਤ ਕੀਆ, ਤੂੰ 20 ਰੁਪਏ ਦਿਆ, ਆਪ ਕਬ ਮਿਲੇਂਗਾ? ਆਇਆ ਜੀ, ਤੁਸੀਂ ਇਹਨੂੰ ਖਿਡਾਉਣ ਕਿੱਥੇ ਲੈ ਜਾਂਦੇ ਹੁੰਦੇ ਹੋ? ਕਿਆ ਬੋਲਤਾ? ਇਹਨੂੰ ਖਿਡਾਉਣ ਵਾਸਤੇ, ਖਿਡਾਉਣ ਵਾਸਤੇ। ਓ
आई सी उधर पीछे बेबी लोग का बाग में। अच्छा इन्फॉर्म करूंगा। ओ ठीक है। हाँ सच पूछो सार जी ते साल जेल इच काट के आ ही रहा हूँ। ओ माय गॉड चलो चलो हमारे पास तुम्हारे लिए कोई काम नहीं है चलो। मियाँ कम की कर सकना जी वान वाट सकना चक्की पी सकना पोचा शोचा दे सकना जी। ओए तू किधर जेलों तो नहीं आया बोलता नहीं जवाब दे भाई। मियाँ सानते ऐसे ड्राइवर की लोड़ हैगी जो नाल मकैनिक भी हो। मैं सारे काम जानना जनाब पर मेरे को लसेंस नहीं है। लसेंस की तू फिक्र ना करो असि तेन आप बनवा देंगे। पर तू कि वर्कशॉप च काम करता रहा जेल सारा काम सिखाने ने जी। वो तू कैसी है चल मिया फोटो तो तेन ड्राइवर की लड़ है मुलजम की ने चल चल जा भी। तीन दिहाड़ियां ते तेरियां लग ही गई। अज एक दिहाड़ी दे पैसे लैके रोटी खा लै कम करी आ मर नहीं जांदा। ठेकेदार जी की गल है गामू? ठेकेदार जी एक दिहाड़ी दे पैसे दे दियो मैं रोटी रोटी खानी है। ओए पैसे मांग ले नहीं शुक्र कर मैं तेनू काम दे दिता। वो ते रब दा लख लख शुक्र है कि तुसी मैनू काम दे दिता तुहाडी बड़ी मेहरबानी। ठेकेदार जी मैं भुखिया मर जाना सी पर रोटी किसे कोलो नहीं सी मंगनी। तुसी इस तरह करो मैनू रोटी जोगे पैसे दे दियो फिर मैं दो तीन दिन कट जावांगा। नहीं मियां नहीं मैं तीन दिहाड़ियां थले रख के फिर पैसे देना ना ते सात आठ दिहाड़ियां मार के जवाब भी दे देवांगा। ओए खैरिया जलील कमीना की बकवास कीती हो? जलील कमीना तू आप ते बकवास मैं नहीं कीती सच बोलिया सत्तां दिनों पुछे सानू काम चोरा के जवाब नहीं दे दिता सही। ओए तेरी ऐसी तैसी हुण जावी ना। मैं क्या मार बिना शक दी मार और रोटी दे तेरा पैसा भी खा नहीं सके मार जरूर खावेगा। मार मार ठेकेदार जी
ਮੈਨੂੰ ਤੇ ਪੈਸੇ ਦਿਓ, ਮੈਂ ਰੋਟੀ ਖਾ ਕੇ ਕੰਮ ਤੇ ਲੱਗਣ ਵਾਲਾ ਬਣਾ। ਕਰ ਲੈਣਾ ਗੱਲ ਤੇਰੇ ਨਾਲ ਵੀ, ਉਹ ਤੇ ਫਿਰ ਕਰ ਲੈਣਾ। ਮੈਨੂੰ ਕੀ ਕਰ ਲੈ, ਉਹ ਦਫਾ ਜਾ ਇੱਥੋਂ, ਤੈਨੂੰ ਕਿਹਾ ਨਹੀਂ ਜਾਂਦਾ। ਤੈਨੂੰ ਕਿਹਾ, ਤੂੰ ਦਲੀਲ ਏ, ਕਮੀਨਾ ਏ, ਹੱਕ ਤਲਫ ਏ, ਮੈਂ ਤੈਨੂੰ ਆਪਣਾ ਹੱਕ ਨਹੀਂ ਰੱਖਣ ਦਿਆਂਗਾ। ਕੱਢ ਮੇਰੀਆਂ ਤਿੰਨਾਂ ਦਿਹਾੜੀਆਂ ਦੇ ਪੈਸੇ, ਲੈ ਇੱਕ ਤੇ ਫਿਰ। ਸਾਡੀ ਤੇ ਮਜ਼ਦੂਰੀ ਗਈ ਪੁੱਤਰਾ, ਪਰ ਅੱਗੇ ਤੋਂ ਤੂੰ ਕਿਸੇ ਮਜ਼ਦੂਰ ਦਾ ਹੱਕ ਨਹੀਂ ਰੱਖੇਗਾ। ਸ਼ੇਰ ਜਵਾਨਾ, ਮੈਂ ਕਿਹਾ ਕਦੀ ਤੂੰ ਇਹ ਮਾਰ ਕੁਟਾਈ ਵਾਲਾ ਕੰਮ ਸ਼ੁਰੂ ਕਰ ਲੈਣਾ ਤੇ ਰੋਟੀ ਆਪ ਆਵੇ ਤੇਰੇ ਕੋਲ ਤੁਰ ਕੇ। ਚੱਲ ਚੱਲ ਕੰਮ ਕਰ ਜਾ ਕੇ ਆਪਣਾ। ਗਾਮੋ ਪੁੱਤਰ, ਰੋਟੀ ਖਾਣੀ ਜੀ? ਰੋਟੀ ਤੇ ਖਾਣੀ, ਪਰ ਤੁਸੀਂ ਕਿਸ ਸਿਲਸਿਲੇ 'ਚ ਰੋਟੀ ਖਵਾ ਰਹੇ ਹੋ? ਉਹ ਪੁੱਛੀਦਾ ਨਹੀਂ, ਨਾਲ ਤੁਰ ਪਈਦਾ। ਨਿਆਜ ਦਿੱਤੀ ਹੋਣੀ ਹੈ? ਨਿਆਜ ਦਿੱਤੀ ਤੇ ਨਹੀਂ, ਪਰ ਜੇ ਮੱਲੇ ਦੇ ਲੋ ਫਿਰ ਮੁੰਡਿਆਂ ਕੋਲੋਂ ਮੇਰੀ ਖਲਾਸੀ ਹੋ ਜਾਏ ਤੇ ਇਨਸ਼ਾਅੱਲਾ ਨਿਆਜ ਜ਼ਰੂਰ ਦਿਆਂਗਾ। ਚੋਰਾਂ, ਲੋਫਰਾਂ, ਲਫੰਗਿਆਂ ਤੇ ਤਲੰਗਿਆਂ ਦੇ ਤਾਂ ਅਸੀਂ ਜਾਨੀ ਦੁਸ਼ਮਣ ਆ। ਵੇਖਿਆ ਨਹੀਂ ਆਪਣੇ ਯਾਰ ਖੈਰੇ ਤੋਂ ਚਿੜ ਕੇ ਉਸ ਠੇਕੇਦਾਰ ਚੋਰ ਦੇ ਪੁੱਤਰ ਨੂੰ ਕਿਸ ਤਰ੍ਹਾਂ ਮਾਰਿਆ ਨੇ? ਵੇਖ ਕੇ ਗੱਲ ਕੀਤੀ ਹੈ ਕਾਕਾ, ਤੁਸੀਂ ਮੇਰੇ ਨਾਲ ਚੱਲੋ ਤੇ ਆਪਣੀ ਅੱਖੀਂ ਵੇਖ ਲਵੋ। ਜੇ ਉਹ ਬੰਦੇ ਚੰਗੇ ਹੋਣ ਤੇ ਬੇਸ਼ੱਕ ਮੈਨੂੰ ਧੱਕੇ ਮਾਰ ਕੇ ਆ ਜਾਣਾ। ਠੀਕ ਹੈ ਜੀ, ਠੀਕ ਹੈ, ਸਾਨੂੰ ਜ਼ਰੂਰ ਹੈ। ਮੈਂ ਕਿਹਾ ਯਾਰ ਉੱਠ ਪਾਓ, ਅੱਜ ਦੀ ਤੇ ਰੋਟੀ ਕਮਾ ਕੇ ਖਾ ਲਈਏ, ਕੱਲ ਦਾ ਅੱਲਾ ਵਾਰਸ। ਚਲੋ ਜੀ ਚਲੋ। ਹਾਂ ਮੇਰਾ ਭਰਾ, ਆ ਜਾ ਆ ਜਾ ਆ ਜਾ ਯਾਰ ਆ ਜਾ। ਓਏ ਕੁੜੀਆਂ ਲੈ, ਓਏ ਨਵੇਂ ਸਾਹ ਕਿੱਥੋਂ ਲੈ ਆਇਆ? ਉਮੀਦਵਾਰ ਤੇ ਅਸੀਂ ਬੈਠੇ ਹਾਂ। ਸੁਣ ਲੈ ਗੰਮ, ਓਏ ਲੋਫਰੋ, ਤੁਹਾਨੂੰ ਸ਼ਰਮ ਨਹੀਂ ਆਉਂਦੀ ਸਾਡੇ ਪਿਓਾਂ ਬਜਾਵੇ? ਓਏ ਅਸੀਂ ਤੈਨੂੰ ਸਹੁਰਿਆਂ ਬਜਾ ਸਮਝਨੇ ਆ, ਜੇ ਤੂੰ ਮੈਨੂੰ ਪਿਓ ਬਣਾ ਕੇ ਲੈ ਆ ਤੇ ਆ ਜਾ ਸਾਹਮਣੇ। ਲੈ ਬਜ਼ੁਰਗ, ਤੁਸੀਂ ਜਾ ਕੇ ਰੋਟੀ ਦਾ ਬੰਦੋਬਸਤ ਕਰੋ। ਬੰਦੇ ਤਿੰਨੇ ਕੰਮ ਦੇ ਪਲਾਨ ਆ, ਪਰ ਸਾਡਾ ਨਵਾਂ ਨਵਾਂ ਕੰਮ ਹੈ ਜੇ ਬੋਹਣੀ ਕਰਨੀ ਹੈ, ਤੁਸੀਂ ਜਾ ਕੇ ਰੋਟੀ ਦਾ ਇੰਤਜ਼ਾਮ ਕਰੋ। ਕੋਈ ਗੱਲ ਨੀ, ਧਿਆਨ ਰੱਖੋ, ਕੋਈ ਗੱਲ ਨੀ, ਧਿਆਨ ਰੱਖੋ।
ਗਾਮੂ ਸ਼ੇਰ ਬਹਾਦਰਾ ਹੁਣ ਕੁਛ ਨਾ ਕਵੀ ਚੱਲ ਉਧਰ ਰੋਟੀ ਠੰਡੀ ਹੋ ਰਹੀ ਹੋਣੀ ਏ ਆਹੋ ਯਾਰ ਆਹੋ ਬਾਜੀ ਚੱਲ ਪੁੱਤਰ ਗਾਮੂ ਅੱਲਾ ਤੈਨ ਤੱਤੀ ਵਾਹ ਨਾ ਲਾਇਓ ਸ਼ੇਰ ਜਵਾਨਾ ਉਹ ਲੋ ਫਿਰ ਮੁੰਡੇ ਬਾਹਰ ਆ ਕੇ ਪੈਰੀ ਪੈ ਰਹੇ ਸਨ ਮੇਰੇ ਅਸੀਂ ਤੇ ਇਹ ਗੱਲ ਜਾਣਦੇ ਆ ਬਜ਼ੁਰਗਾ ਕਿ ਇਮਾਨਦਾਰੀ ਨਾਲ ਕੋਈ ਵੀ ਕਾਰੋਬਾਰ ਕੀਤਾ ਜਾਏ ਨਾ ਅੱਲਾ ਤਾਲਾ ਉਹਦੇ ਚ ਜ਼ਰੂਰ ਬਰਕਤ ਪਾਉਂਦਾ ਕੰਸਾਂ ਨੇ ਗਾਮੂ ਪੁੱਤਰਾ ਜੇ ਰਹਿਣ ਵਾਸਤੇ ਕੋਈ ਚੰਗੀ ਥਾਂ ਨਾ ਨਾ ਹੋਵੇ ਤੇ ਇੱਥੇ ਹੀ ਆ ਜਾਇਆ ਕਰ ਇਹ ਵੀ ਤੇਰਾ ਹੀ ਘਰ ਏ ਉਹ ਨਾ ਨਾ ਬਜ਼ੁਰਗਾ ਮੈਂ ਵੀ ਤੇ ਇੱਥੇ ਹੀ ਰਹਿਣਾ ਮੈਂ ਵੀ ਮਕਾਨ ਕਿਰਾਏ ਤੇ ਲਿੱਤਾ ਹੋਇਆ ਤੇ ਮੇਰਾ ਭਰਾ ਏ ਮੇਰਾ ਦਿਲ ਏ ਮੇਰਾ ਜਿਗਰ ਏ ਮੇਰੇ ਕੋਲ ਹੀ ਰਹੇਗਾ ਕਾਜੀ ਸਾਹਿਬ ਅਸਲਾ ਮੈਨੂੰ ਫਰਾਡੀਆ ਮਾਲੂਮ ਹੋਇਆ ਜੀ ਵੇਖ ਲਓ ਸੇਠ ਸਾਹਿਬ ਪਿਛਲੇ 2 ਸਾਲ ਦੇ ਅਰਸੇ ਚ ਸਾਤੋਂ 2.5 ਲੱਖ ਰੁਪਿਆ ਲੈ ਚੁੱਕਾ ਔਰ ਇਮਾਰਤ ਦਾ ਕੰਮ ਉੱਥੇ ਜਿੱਥੇ ਅੱਜ ਤੋਂ 2 ਸਾਲ ਪਹਿਲੇ ਸੀ ਜਦੋਂ ਉਹਨੇ ਮੇਰੇ ਕੋਲ ਪਹਿਲੀ ਕਿਸ਼ਤ ਵਸੂਲ ਕੀਤੀ ਸੀ ਸ਼ੌਕਤ ਅਸਲਮ ਆਵੇ ਤਾਂ ਮੇਰੇ ਕੋਲ ਕੋਠੀ ਭਿਜਵਾ ਦੀ ਕਈ ਸੇਠ ਸਾਹਿਬ ਬੁਲਾ ਗਏ ਨੇ ਬਹੁਤ ਅੱਛਾ ਜਨਾਬ ਆਓ ਕਾਜੀ ਸਾਹਿਬ ਕਹਿੰਦੇ ਸਨ ਆਪਣੇ ਸਾਹਿਬ ਨੂੰ ਜੇ ਕੰਮ ਦੇ ਮੁਤਾਬਕ ਪੁੱਛਦੇ ਸਨ ਕਿ 2 ਸਾਲਾਂ ਦੇ ਅਰਸੇ 'ਚ ਇਹ ਕੰਮ ਹੋਇਆ ਓਏ ਮਰਵਾ ਦਿੱਤੇ ਜ਼ਾਲਮਾ ਤੂੰ ਉਹਨਾਂ ਨੂੰ ਉੱਥੇ ਆਉਣ ਹੀ ਕਿਉਂ ਦਿੱਤਾ ਸੀ ਅੱਛਾ ਮੈਂ ਹੁਣੇ ਆਇਆ ਯੂਸਫ ਮੇਰੀ ਫਾਈਲ ਲੈ ਕੇ ਛੇਤੀ ਆ ਮੈਨੇਜਰ ਉੱਥੇ ਪਹੁੰਚ ਗਏ ਨੇ ਜਿੱਥੇ ਹਾਲੀ ਸਿਵਾ ਬੁਨਿਆਦਾਂ ਦੇ ਹੋਰ ਕੁਝ ਵੀ ਨਹੀਂ ਖੈਰ ਮੇਰੇ ਕੋਲ ਵੀ ਸਾਰੇ ਬਿੱਲ ਮੌਜੂਦ ਬਾਕੀ ਕੋਈ ਗੱਲ ਰਹਿ ਗਈ ਤੇ ਮੈਂ ਮੈਨੇਜਰ ਕਾਜੂ ਕੋਲ ਪੁੱਛ ਲਾਂਗਾ ਉਹ ਮੇਰੀ ਬੜੀ ਮੰਗਦਾ ਹੈ ਉਹ ਰੁਪਿਆ ਮੈਂ ਜਿਸ ਜਿਸ ਕੰਪਨੀ ਨੂੰ ਐਡਵਾਂਸ ਦਿੱਤਾ ਹੈ ਮਸਲ ਸੀਮਿੰਟ ਸਰੀਆ ਲੱਕੜੀ ਬਜਰੀ ਵਗੈਰਾ ਉਹਨਾਂ ਸਭ ਦੀਆਂ ਰਸੀਦਾਂ ਇਸ ਫਾਈਲ 'ਚ ਮੌਜੂਦ ਨੇ ਅੰਕਲ ਚੈੱਕ ਕਰੋ ਕਾਜੀ ਸਾਹਿਬ ਅੰਕਲ ਮੈਂ ਗੱਲ ਕਹਿਣ ਤੇ ਮਜਬੂਰ ਹੋ ਗਿਆ ਅਗਰ ਤੁਸੀਂ ਮੇਰੀ ਫੈਕਟਰੀ ਆਉਣਾ ਸੀ ਤਾਂ ਪਹਿਲਾਂ ਮੈਨੂੰ ਇਤਲਾਹ ਕਰਨੀ ਚਾਹੀਦੀ ਸੀ ਇਸ ਲਈ ਕਿ ਮੈਂ ਕੋਈ ਚੋਰ ਨਹੀਂ ਫਰਾਡੀਆ ਨਹੀਂ ਤੁਸੀਂ ਅਚਾਨਕ ਛਾਪਾ ਮਾਰ ਕੇ ਤੇ ਮੇਰੇ ਮੁਲਾਜ਼ਮਾਂ ਦੇ ਸਾਹਮਣੇ ਮੇਰੀ ਤੋਹੀਨ ਕੀਤੀ
ਜਿਨ੍ਹਾਂ ਫਰਮਾਂ ਦਾ ਇਹਨਾਂ ਨੇ ਜ਼ਿਕਰ ਫਰਮਾਇਆ ਉਹਨਾਂ ਸਭ ਦੀਆਂ ਰਸੀਦਾਂ ਇਸ ਫਾਈਲ 'ਚ ਮੌਜੂਦ ਨੇ ਸੇਠ ਸਾਹਿਬ। ਇਹਨਾਂ ਨੇ ਸਿਰਫ ਆਪਣੇ ਅਜ਼ੀਜ਼ ਤਰੀ ਰਿਸ਼ਤੇਦਾਰ ਨੂੰ ਦਲੀਲ ਕਰਨ ਲਈ ਸਾਹਿਬ ਇਹ ਫਾਈਲ ਤੁਸੀਂ ਮੰਨਦੇ ਦਿਓ। ਜੋਸ਼ ਖਾਨ ਅਸਲਮ ਜਾ, ਕਾਜ਼ੀ ਸਾਹਿਬ ਤੁਸੀਂ ਉਹਨਾਂ ਫਰਮਾਂ ਨੂੰ ਫੋਨ ਕਰਕੇ ਕਨਫਰਮ ਕਰੋ। ਅੰਕਲ, ਇਹ ਮੇਰੀ ਇੱਜ਼ਤ ਦਿਆਨਤ ਤੇ ਸ਼ਰਾਫਤ ਤੇ ਤੁਹਾਡਾ ਤੀਸਰਾ ਹਮਲਾ ਹੈ। ਮੇਰੀ ਗੈਰਤ ਕਦੀ ਵੀ ਬਰਦਾਸ਼ਤ ਨਹੀਂ ਕਰ ਸਕਦੀ ਕਿ ਤੁਸੀਂ ਚੋਰਾਂ ਦੀ ਤਰ੍ਹਾਂ ਮੇਰੀ ਛਾਨਬੀਨ ਕਰੋ। ਸਲਮਾ, ਤੇਰੇ ਡੈਡੀ ਨੇ ਮੈਨੂੰ ਮੇਰੇ ਮੁਲਾਜ਼ਮਾਂ ਤੇ ਆਪਣੇ ਮੈਨੇਜਰ ਦੇ ਸਾਹਮਣੇ ਬੇਇੱਜ਼ਤ ਕਰਕੇ ਕੋਈ ਚੰਗੀ ਗੱਲ ਨਹੀਂ ਕੀਤੀ। ਉਹਨੂੰ ਸ਼ਾਇਦ ਇਹ ਪਤਾ ਲੱਗ ਗਿਆ ਮੈਂ ਤੇਰੇ ਬਗੈਰ ਜ਼ਿੰਦਾ ਨਹੀਂ ਰਹਿ ਸਕਦਾ। ਨਹੀਂ ਅਸਲਮ, ਤੂੰ ਵੀ ਜ਼ਿੰਦਾ ਰਹੇਗਾ ਤੇ ਡੈਡੀ ਨੂੰ ਵੀ ਆਪਣਾ ਫੈਸਲਾ ਬਦਲਣਾ ਪਵੇਗਾ। ਗੱਲ ਕਰੋ ਕਾਜ਼ੀ ਸਾਹਿਬ, ਖਾਮੋਸ਼ ਕਿਉਂ ਹੋ ਗਏ? ਤੁਸੀਂ ਜੋ ਕੁਝ ਸੋਚਿਆ ਸੀ ਉਹ ਬਿਲਕੁਲ ਦਰੁਸਤ ਹੈ ਸੇਠ ਸਾਹਿਬ, ਇਹ ਸਾਰੀਆਂ ਰਸੀਦਾਂ ਬੋਗਸ ਨੇ। ਮੇਰੇ ਅਹਿਸਾਨਾਂ ਦੇ ਬਦਲ ਤਾਂ ਸ਼ਖਸ ਨੇ। ਅਫਸੋਸ ਨਾ ਕਰੋ ਸੇਠ ਸਾਹਿਬ, ਬਲਕਿ ਖੁਦਾ ਦਾ ਸ਼ੁਕਰ ਅਦਾ ਕਰੋ ਕਿ ਉਸਨੇ ਬਹੁਤ ਪਹਿਲੇ ਇਸ ਬੰਦੇ ਦੀ ਨੀਅਤ ਦਾ ਤੁਹਾਡੇ ਤੇ ਇਨਕਸ਼ਾਫ ਕਰ ਦਿੱਤਾ। ਮੈਨੇਜਰ ਸਾਹਿਬ, ਮਾਲੂਮ ਹੋਇਆ ਕਿ ਆਪਣੇ ਵੱਲੋਂ ਮੇਰੇ ਡੈਡੀ ਨੂੰ ਤੁਸੀਂ ਗੁੰਮਰਾਹ ਕਰ ਰਹੇ ਹੋ। ਨਹੀਂ ਨਹੀਂ ਸਲਮਾ ਬੇਟੀ, ਇਸ ਸ਼ਖਸ ਨੇ ਸਿਰਫ ਮੇਰੇ ਯਕੀਨ ਦੀ ਤਾਇਦ ਕਰਵਾਈ ਹੈ। ਮੈਂ ਤੇ ਖੁਦਾ ਦਾ ਲੱਖ ਲੱਖ ਸ਼ੁਕਰ ਅਦਾ ਕਰਨਾ ਕਿ ਮੇਰੀ ਸਿਰਫ ਦੌਲਤ ਗਈ ਹੈ, ਇੱਜ਼ਤ ਨਹੀਂ ਗਈ ਬੇਟੇ। ਨਹੀਂ ਡੈਡੀ, ਤੁਸੀਂ ਬੜੇ ਭੋਲੇ ਹੋ, ਇਸ ਮੈਨੇਜਰ ਕਿਸਮ ਦੇ ਲੋਕਾਂ ਨੂੰ ਤੁਸੀਂ ਨਹੀਂ ਜਾਣਦੇ। ਮਿਸ ਸਲਮਾ, ਮੈਂ ਮੁਲਜ਼ਮ ਨਹੀਂ ਸੇਠ ਸਾਹਿਬ ਦਾ ਮੁਲਾਜ਼ਮ ਹੈ। ਇਸ ਫਾਈਲ ਦੇ ਵਿੱਚ ਸਾਰੇ ਟੈਲੀਫੋਨ ਨੰਬਰ ਮੌਜੂਦ ਨੇ, ਖੁਦ ਰਿਆਤ ਕਰ। ਮੈਂ ਕੁਝ ਸੁਣਨਾ ਨਹੀਂ ਚਾਹੁੰਦੀ। ਵੇਖੋ ਬਾਬੂ ਜੀ, ਕੋਈ ਜ਼ਾਲਮ ਗੱਡੀ ਵਾਲਾ ਮੇਰੇ ਪੁੱਤਰ ਨੂੰ ਕੁਚਲ ਕੇ ਲੰਘ ਗਿਆ ਜੀ। ਉਹ ਖੁਦਾ ਵਾਸਤੇ ਮੇਰੀ ਮਦਦ ਕਰੋ, ਇਹਨੂੰ ਹਸਪਤਾਲ ਤੱਕ ਪਹੁੰਚਾ ਦਿਓ, ਇਹਦਾ ਕੋਈ ਕੋਈ ਸਹਾਇ ਹੈ ਜੀ, ਸਾਚੀ ਜਾਏ। ਉਹ ਇਹਨੂੰ ਜਲਦੀ ਨਾਲ ਗੱਡੀ 'ਚ ਪਾਓ। ਮਿਸ ਸਲਮਾ, ਕਾਜ਼ੀ ਸਾਹਿਬ ਦਾ ਖੂਨ ਵੀ ਸੇਠ ਸਾਹਿਬ ਦੇ ਗਰੁੱਪ ਦਾ ਨਹੀਂ ਨਿਕਲਿਆ। ਖੂਨ ਸਾਨੂੰ ਕਿਸੇ ਹੋਰ ਆਦਮੀ ਦਾ ਟਰਾਈ ਕਰਨਾ ਪਏਗਾ ਔਰ ਇਹ ਕੰਮ ਫੌਰੀ ਹੋਣਾ ਚਾਹੀਦਾ। ਓਹ ਮੇਰੇ ਅੱਲਾ, ਕਾਜ਼ੀ ਸਾਹਿਬ ਤੁਸੀਂ ਇੱਥੇ ਕਹਿ ਰਹੇ, ਮੈਂ ਹੁਣੇ ਆਈ। ਡੈਡੀ ਨੂੰ ਕਿਸੇ ਜ਼ਾਲਮ ਨੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ, ਉਹਨਾਂ ਨੂੰ ਖੂਨ ਦੀ ਜ਼ਰੂਰਤ ਹੈ। ਤੂੰ ਆਪ ਵੀ ਚੱਲ ਤੇ ਆਪਣੇ ਮੁਲਾਜ਼ਮਾਂ ਨੂੰ ਲੈ ਜਾ। ਖੂਨ? ਮੈਂ ਅਗਲੇ ਦਿਨ ਡਾਕਟਰ ਕੋਲ ਟੈਸਟ ਕਰਾਇਆ ਤੇ ਪਤਾ ਲੱਗਿਆ ਕਿ ਮੇਰਾ ਖੂਨ ਠੀਕ ਨਹੀਂ ਰਹਿ ਗਿਆ। ਇਹਨਾਂ ਮੁਲਾਜ਼ਮਾਂ ਦਾ ਸਵਾਲ, ਓਏ ਤੁਹਾਡੇ ਚੋਂ ਸੇਠ ਸਾਹਿਬ ਵਾਸਤੇ ਕਿਹੜਾ ਕਿਹੜਾ ਖੂਨ ਦੇਣ ਨੂੰ ਤਿਆਰ ਹੈ? ਮੈਂ ਖੁਦਾ ਦੀ ਕਸਮ ਖਾ ਕੇ ਕਹਿੰਦੀ ਹਾਂ, ਮੈਂ ਆਸ ਆਦਮੀ ਦੀ ਸਾਰੀ ਉਮਰ ਖਿਦਮਤ ਕਰਦੀ ਰਵਾਂਗੀ ਜਿਹਦਾ ਖੂਨ ਮੇਰੇ ਡੈਡੀ ਨੂੰ ਜ਼ਿੰਦਗੀ ਦੇਵੇਗਾ। ਸਾਡੇ ਵਿੱਚ ਅੱਗੇ ਖੂਨ ਨਹੀਂ ਹੈਗਾ ਸਲਮਾ ਬੇਗਮ,
ਤੁਸੀਂ ਜਾ ਕੇ ਕਿਸੇ ਹੋਰ ਆਦਮੀ ਨੂੰ ਲੱਭੋ। ਅਸਲਮ ਮੇਰੇ ਬਾਪ ਦੀ ਜ਼ਿੰਦਗੀ ਦਾ ਸਵਾਲ ਹੈ, ਉਹਨੂੰ ਬਚਾ ਲੈ। ਮੈਂ ਤੇ ਤੈਨੂੰ ਪਹਿਲਾਂ ਹੀ ਦੱਸ ਬੈਠਾ ਸਲਮਾ, ਮੇਰਾ ਖੂਨ ਠੀਕ ਨਹੀਂ। ਮੈਨੂੰ ਬੜੀ ਦੇਰ ਬਾਅਦ ਸਮਝ ਆਈ ਹੈ, ਮੈਨੂੰ ਉਦੋਂ ਹੀ ਸਮਝ ਆਉਣਾ ਚਾਹੀਦਾ ਸੀ ਜਦੋਂ ਮੇਰੇ ਡੈਡੀ ਨੇ ਕਿਹਾ ਸੀ ਕਿ ਤੇਰਾ ਖੂਨ ਠੀਕ ਨਹੀਂ। ਸਲਮਾ, ਜੇ ਤੂੰ ਤੇ ਕਹਿੰਦਾ ਸੀ ਮੈਂ ਤੇਰੇ ਬਗੈਰ ਮਰ ਜਾਵਾਂਗਾ, ਅੱਜ ਮੈਂ ਮਰ ਰਹੀ ਹਾਂ ਤਾਂ ਤੂੰ ਦੋ ਕਤਰੇ ਖੂਨ ਨਹੀਂ ਦੇ ਸਕਦਾ। ਮੈਂ ਸਮਝ ਗਈ ਹਾਂ ਤੂੰ ਕੀ ਹੈ। ਮੇਨ ਸਾਹਿਬ, ਸਾਨੂੰ ਗਰੀਬਾਂ ਨੂੰ ਇਸ ਬਹਾਨੇ ਵੀ ਮੌਤ ਨਹੀਂ ਆ ਸਕਦੀ। ਤੇਰੇ ਵਰਗੇ ਇੱਕ ਗਰੀਬ ਤੇ ਝੂਠੇ ਜ਼ਖਮੀ ਤੇ ਰਾਤੀ ਤਰਸ ਖਾ ਕੇ ਮੇਰੇ ਅੱਬਾ ਜੀ ਨੇ ਉਹਨੂੰ ਗੱਡੀ 'ਚ ਬਿਠਾ ਲਿੱਤਾ ਤੇ ਉਸ ਦੇ ਦਰਦੀ ਨੇ ਹਮਦਰਦੀ ਦਾ ਬਦਲਾ ਇਹ ਦਿੱਤਾ ਕਿ ਗੱਡੀ 'ਚ ਬੈਠੇ ਮੇਰੇ ਅੱਬਾ ਜੀ ਨੂੰ ਚਾਕੂ ਮਾਰ ਦਿੱਤਾ ਤੇ ਹੁਣ ਉਹਨਾਂ ਨੂੰ ਖੂਨ ਦੇਣ ਵਾਲਾ ਵੀ ਕੋਈ ਨਹੀਂ ਲੱਭਦਾ। ਇਹ ਗਰੀਬ ਖੂਨ ਲੈਣ ਵਾਲਾ ਨਹੀਂ ਮੇਨ ਸਾਹਿਬ, ਖੂਨ ਦੇਣ ਵਾਲਾ ਵੀ। ਤੁਸੀਂ ਮੈਨੂੰ ਉੱਥੇ ਲੈ ਚਲੋ ਜਿੱਥੇ ਤੁਹਾਡੇ ਅੱਬਾ ਜੀ ਨੇ। ਸੱਚ ਸੱਚ ਤੇ ਤਾਂ ਹੋਵੇਗਾ ਮੇਨ ਸਾਹਿਬ ਜੇ ਮੇਰਾ ਖੂਨ ਤੁਹਾਡੇ ਪਿਓ ਦੀ ਜਾਨ ਗਿਆ। ਖੂਨ ਤੇ ਬੜਾ ਸਹੀ ਹੈ ਮੌਲਾ ਕਰੀਮਾ, ਪਰ ਕਿਸੇ ਦੇ ਕੰਮ ਜ਼ਰੂਰ ਆ ਜਾਣਾ ਚਾਹੀਦਾ ਹੈ। ਮੁਬਾਰਕ ਹੋਵੇ, ਸੇਠ ਸਾਹਿਬ ਬਚ ਜਾਣ। ਡੈਡੀ ਬਚ ਜਾਣਗੇ, ਪਰ ਉਹ ਆਦਮੀ ਕਿੱਥੇ ਵੇ? ਉਹ ਤੇ ਚਲਾ ਗਿਆ। ਚਲਾ ਗਿਆ? ਮਿਸਟਰ, ਮੈਂ ਤੇਰੀ ਕੁਝ ਖਿਦਮਤ ਕਰਨਾ ਚਾਹੁੰਦੀ ਹਾਂ। ਇਹ ਲੈ 1000 ਰੁਪਿਆ। ਜੀ? 2000, 4000, 10000, ਇਹ ਜ਼ਿੰਦਗੀ ਤੇ ਮੈਨੂੰ ਲੱਖਾਂ ਰੁਪਿਆ ਤੋਂ ਸਸਤੀ ਸੀ। ਪਰ ਇਹ ਨੇਕੀ ਤੇ ਮੈਂ ਕਰੋੜਾਂ ਰੁਪਿਆ ਦੇ ਬਦਲੇ ਵੀ ਨਹੀਂ ਜੇ ਵੇਚਣੀ। ਮੇਨ ਸਾਹਿਬ, ਸਾਰੀ ਉਮਰ ਚ ਕੋਈ ਤੇ ਨੇਕੀ ਦਾ ਕੰਮ ਕੀਤਾ ਹੈ। ਪਰ ਤੂੰ ਹੈ ਕੌਣ? ਰਹਿਣਾ ਕਿੱਥੇ ਨੇ? ਨਾ ਕੀ ਤੇਰਾ? ਨਾ ਪਤੇ ਨੂੰ ਛੱਡੋ ਮੇਮ ਸਾਹਿਬ, ਮੈਂ ਖੂਨ ਇਸ ਲਈ ਵੀ ਦਿੱਤਾ ਕਿ ਜਦੋਂ ਤੁਸੀਂ ਉਸ ਖੂਨ ਕੱਢਣ ਵਾਲੇ ਗਰੀਬ ਨੂੰ ਬੁਰਾ ਖੁਕਰੋਗੇ ਤੇ ਤੁਹਾਨੂੰ ਇਹ ਵੀ ਗਰੀਬ ਯਾਦ ਆ ਜਾਇਆ ਕਰੇਗਾ ਤੇ ਇਸੇ ਬਹਾਨੇ ਗਰੀਬਾਂ ਦੀ ਇੱਜ਼ਤ ਰਹਿ ਜਾਏਗੀ। ਮਾਲੂਮ ਹੁੰਦਾ ਕਿ ਚੰਗੇ ਲੋਕ ਹਾਲੀ ਇਸ ਦੁਨੀਆਂ ਚ ਖਤਮ ਨਹੀਂ ਹੋਏ। ਇਸ ਜ਼ਲੀਲ ਆਦਮੀ ਖੂਨ ਨਾ ਦਿੰਦਾ ਤੇ ਮੈਂ ਲੱਖਾਂ ਦੀ ਜਾਇਦਾਦ ਦਾ ਮਾਲਕ ਹੋ ਸਕਦਾ। ਮੇਰਾ ਫਰਾਡ ਕੇਸ ਵੀ ਖਤਮ ਹੋ ਜਾਣਾ ਸੀ। ਅਸਲਮ ਸਾਹਿਬ, ਇਹਨੂੰ ਲਾ ਦੀਏ। ਔਰ ਜ਼ਲੀਲਾ, ਤੂੰ ਪਹਿਲਾਂ ਵੀ ਕਹਿੰਦਾ ਸੀ ਸੇਠ ਇੱਕ ਤੋਂ ਬਾਅਦ ਦੂਜਾ ਨਹੀਂ ਮੰਗੇਗਾ, ਇਸ ਲਈ ਇਹਨੂੰ ਵੀ ਮਾਰੇਗਾ? ਨਹੀਂ, ਹੁਣ ਐਸੀ ਗਲਤੀ ਕਦੇ ਨਹੀਂ ਹੋਵੇਗੀ। ਤੇ ਫਿਰ ਲਾ ਦਿਓ।
ਜਿਨ੍ਹਾਂ ਨੂੰ ਵੀ ਕਿਸੇ ਨੇ ਬੰਦਾ ਵਿਖਾ ਕੇ ਰੋਟੀ ਖਵਾਉਣੀ ਸੀ, ਪਰ ਪੁੱਤਰੋ ਮੇਰਾ ਨਾਮ ਹੀ ਗਾਮੂ ਖਾ, ਇਨਸ਼ਾਅੱਲਾ ਅੱਜ ਫਾਕੇ ਹੀ ਰਹੋਗੇ। ਸਮੋਸਾ ਨੂੰ ਜ਼ਰੂਰ ਮਿਲਣਾ ਚਾਹੁੰਦਾ ਜਿਹਨੇ ਮੈਨੂੰ ਨਵੀਂ ਜ਼ਿੰਦਗੀ ਦਿੱਤੀ ਸੀ। ਤੋਬਾ ਯਾ ਅੱਲਾ, ਡੈਡੀ ਹੁਣ ਮੈਂ ਤੁਹਾਨੂੰ ਕਿਸ ਤਰ੍ਹਾਂ ਸਮਝਾਵਾਂ ਕਿ ਮੈਂ ਉਸ ਦਾਤੇ ਸ਼ਰੀਫ ਨੂੰ ਲੱਭਣ ਦੀ ਇੰਤਹਾਈ ਕੋਸ਼ਿਸ਼ ਕੀਤੀ। ਤੇ ਫਿਰ ਮੈਂ ਆਪਣੀ ਸਿਹਤ ਦੀ ਖੁਸ਼ੀ ਵਿੱਚ ਓਨੀ ਦੇਰ ਕੁਝ ਵੀ ਨਹੀਂ ਕਰਾਂਗਾ ਜਿੰਨੀ ਦੇਰ ਤੱਕ ਉਹ ਅਜ਼ੀਮ ਇਨਸਾਨ ਮੈਨੂੰ ਮਿਲ ਜਾਂਦਾ। ਮੇਰਾ ਖਿਆਲ ਹੈ ਸਲਮਾ, ਤੂੰ ਇਹ ਸਮਝ ਕੇ ਵੀ ਉਹਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਤੇਰਾ ਬਾਪ ਗਰੀਬਾਂ ਨਾਲ ਨਫ਼ਰਤ ਕਰਦਾ ਸੀ। ਡੈਡੀ ਯਕੀਨ ਮੰਨੋ, ਮੈਂ ਉਹਨੂੰ ਇਸ ਨਜ਼ਰੀਏ ਨਾਲ ਵੀ ਲੱਭਿਆ ਕਿ ਜੇ ਗੁਰਬਤ ਇਹੋ ਜਿਹੇ ਇਨਸਾਨਾਂ ਨੂੰ ਜਨਮ ਦਿੰਦੀ ਹੈ ਤੇ ਮੈਂ ਉਹ ਅਮੀਰ ਹੀ ਛੱਡਣ ਲਈ ਤਿਆਰ ਹਾਂ ਜਿਹੜੀ ਅਸਲਮ ਵਰਗੇ ਫਰਾਡੀਆਂ ਨੂੰ ਜਨਮ ਦਿੰਦੀ ਹੈ। ਤੇ ਫਿਰ ਕੀ ਵਜ੍ਹਾ ਬੇਟੇ, ਤੇ ਤੈਨੂੰ ਉਹਦੇ ਘਰ ਦਾ ਵੀ ਪਤਾ ਨਾ ਹੋਵੇ? ਅੱਲਾ ਦੀ ਕਸਮ ਡੈਡੀ, ਤੁਸੀਂ ਪਤਾ ਤੇ ਕਹਿੰਦੇ ਹੋ, ਮੈਨੂੰ ਤੇ ਉਸ ਬੰਦੇ ਨੇ ਆਪਣਾ ਨਾਮ ਹੀ ਨਹੀਂ ਦੱਸਿਆ। ਨਾ ਮੇਰਾ ਕੁਛ ਦਿਓ ਦੁੱਖ ਵਾਂ ਗਰੀਬ ਦਾ, ਨਾ ਮੇਰਾ ਕੁਛ ਦਿਓ ਦੁੱਖ ਵਾਂ ਗਰੀਬ ਦਾ, ਕਰਮ ਦਹਾਰਿਆ ਤੇ ਮਾਰਿਆ ਨਸੀਬ ਦਾ, ਨਾ ਮੇਰਾ ਕੁਛ ਦਿਓ ਦੁੱਖ ਵਾਂ ਗਰੀਬ ਦਾ, ਨਾ ਮੇਰਾ ਰੋਟੀ ਦਾ ਸਵਾਲ ਏ ਜਵਾਬ ਜਿਹਦਾ ਰੋਟੀ ਏ, ਵੱਡੇ ਸਾਰੇ ਲੋਕਾਂ ਲਈ ਏ ਗੱਲ ਬੜੀ ਛੋਟੀ ਏ। ਰੋਟੀ ਦਾ ਸਵਾਲ ਏ ਜਵਾਬ ਜਿਹਦਾ ਰੋਟੀ ਏ, ਵੱਡੇ ਸਾਰੇ ਲੋਕਾਂ ਲਈ ਏ ਗੱਲ ਬੜੀ ਛੋਟੀ। ਲੱਭ ਨਵਾਂ ਘਰ ਇਸ ਰੋਗ ਦੇ ਤਬੀਬ ਦਾ, ਨਾ ਮੇਰਾ ਕੁਛ ਦਿਓ ਦੁੱਖ ਵਾਂ ਗਰੀਬ ਦਾ, ਨਾ ਮੇਰਾ ਕੁਛ ਦਿਓ ਦੁੱਖ ਵਾਂ ਗਰੀਬ ਦਾ। ਮੇਰੇ ਵਾਂਗੂ ਕਿਸੇ ਤੋਂ ਨਹੀਂ ਜਿਹੜੇ ਰੋਟੀ ਮੰਗਦੇ, ਸੋਚਣਾ ਵਾ ਉਹਨਾਂ ਦੇ ਇਹ ਦਿਨ ਕਿਵੇਂ ਲੰਘਦੇ। ਮੇਰੇ ਵਾਂਗੂ ਕਿਸੇ ਤੋਂ ਨਹੀਂ ਜਿਹੜੇ ਰੋਟੀ ਮੰਗਦੇ, ਸੋਚਣਾ ਵਾ ਉਹਨਾਂ ਦੇ ਇਹ ਦਿਨ ਕਿਵੇਂ ਲੰਘਦੇ। ਮੌਤ ਦੁੱਖ ਕੱਟ ਲੈਂਦੀ ਹੋਣੀ ਏ ਗਰੀਬ ਦਾ, ਨਾ ਮੇਰਾ ਕੁਛ ਦਿਓ ਦੁੱਖ ਵਾਂ ਗਰੀਬ ਦਾ, ਨਾ ਮੇਰਾ ਕੁਛ ਦਿਓ ਦੁੱਖ ਵਾਂ ਗਰੀਬ ਦਾ।
ਬਹਾਨਾ ਕੋਈ ਨੀ ਲੱਭਦਾ ਅੱਲਾ ਜਾਣੇ ਮੈਂ ਕੀ ਵਿਗਾੜ ਬੈਠਾ ਰੱਬ ਦਾ ਮੈਨੂੰ ਜ਼ਿੰਦਾ ਰਹਿਣ ਲਈ ਬਹਾਨਾ ਕੋਈ ਨੀ ਲੱਭਦਾ ਅੱਲਾ ਜਾਣੇ ਮੈਂ ਕੀ ਵਿਗਾੜ ਬੈਠਾ ਰੱਬ ਦਾ ਬੁਰਾ ਸਹੀ ਮੈਂ ਬੰਦਾ ਦੇਵਾਂ ਅੱਲਾ ਦੇ ਹਬੀਬ ਦਾ ਨਾਂ ਮੇਰਾ ਪੁੱਛਦੇ ਹੋ ਦੁੱਖਵਾਂ ਗਰੀਬ ਦਾ ਨਾਂ ਮੇਰਾ ਪੁੱਛਦੇ ਹੋ ਦੁੱਖਵਾਂ ਗਰੀਬ ਦਾ ਕਰਮ ਦਾ ਹਾਰਿਆ ਤੇ ਮਾਰਿਆ ਨਸੀਬ ਦਾ ਨਾਂ ਮੇਰਾ ਪੁੱਛਦੇ ਹੋ ਦੁੱਖਵਾਂ ਗਰੀਬ ਦਾ ਨਾਂ ਮੇਰਾ ਗਾਮੂ ਰੋਟੀ ਖਾਣੀ ਪਹਿਲੇ ਬੰਦਾ ਵਖਾਲ ਹੈ ਬੰਦਾ ਤੇ ਹੋਵੇ ਨਗਦ ਪੈਸੇ ਲੈ ਸੂ ਮੰਗਣਾ ਤੇ ਦਿੰਦਾ ਕੋਈ ਨੀ ਫਿਰ ਸੀ ਪਰਚਾ ਮੇਰੇ ਕੋਲ ਕੋਈ ਨੀ ਕੋਈ ਗਵਾਹ ਹੈਗਾ ਉਸ ਲਈ ਮੇਰੇ ਤੇ ਆਪਣੇ ਦਰਮਿਆਨ ਅੱਲਾ ਨੂੰ ਗਵਾਹ ਬਣਾਇਆ ਸਾ ਜੇ ਅੱਲਾ ਨੂੰ ਗਵਾਹ ਬਣਾਇਆ ਸਾ ਸੁਣ ਤੇ ਫਿਰ ਇਹ ਤੁਹਾਡੇ ਪੈਸੇ ਨੀ ਮਾਰ ਸਕਦਾ ਬਜ਼ੁਰਗੋ ਆਓ ਮੇਰੇ ਨਾਲ ਕਿਉਂ ਬਈ ਮੀਆਂ ਤੂੰ ਇਹਨਾਂ ਬਾਬੇ ਹੋਰਾਂ ਦੇ ਕੋਈ ਪੈਸੇ ਦੇਣੇ ਨੇ ਆਹੋ ਦੇਣੇ ਨੇ ਪਰ ਤੂੰ ਪੁੱਛਣ ਵਾਲਾ ਮਾਮਾ ਲੱਗਦਾ ਬਜ਼ੁਰਗੋ ਤੁਸੀਂ ਜਾਓ ਰੋਟੀ ਦਾ ਬੰਦੋਬਸਤ ਕਰੋ ਮਾਮਾ ਤੇ ਮੈਂ ਜਿਹਦਾ ਲੱਗਣਾ ਲੱਗਣਾ ਹੀ ਆ ਇਸ ਲਈ ਮੈਂ ਤੇਰੇ ਕੋਲੋਂ ਇਹਨਾਂ ਦੇ ਪੈਸੇ ਲੈਣ ਆਇਆ ਵਾਂ ਲੈ ਫਿਰ ਹੁਣ ਗਿਣਦਾ ਜਾ ਆਇਆ ਹੀ ਪਹਿਲਾਂ ਨੋਟ ਅਫਸੋਸ ਤੇ ਵੇ ਪੁੱਤਰਾ ਕਿ ਮੇਰੇ ਨੋਟਾਂ ਦਾ ਤੈਨੂੰ ਹਿਸਾਬ ਹੀ ਨੀ ਰਹਿਣਾ ਗੱਡੀ ਵਿੱਚ ਉਹ ਮੈਨੂੰ ਰੋਟੀ ਤੇ ਖਾ ਲੈਂਦੇ ਭੁੱਖੇ ਦਾ ਲਓ ਫੇਰ ਲੈਣ ਆ ਗਈ ਹੈ ਮੈਂ ਤੇ ਅੱਗੇ ਬੜੀ ਮਿਹਨਤ ਨਾਲ ਰੋਟੀ ਕਮਾਈ ਹੈ ਜਿੰਨੀ ਤਕਲੀਫ ਨਾ ਮੈਂ ਤੈਨੂੰ ਲੱਭਿਆ ਨਾ ਤੇਰੀ ਇੰਨੀ ਮਿਹਨਤ ਨਹੀਂ ਹੋ ਸਕਦੀ ਚੱਲ ਤੁਰ ਮੇਰੇ ਨਾਲ ਔਰ ਰਕਮ ਵਸੂਲ ਕਰਨ ਵਾਲਿਆ ਤਾਇਆ ਔਰ ਮੇਰੀ ਰੋਟੀ ਦਾ ਖਿਆਲ ਰੱਖੀ ਸਰਾਣੇ ਬੈਠਾ ਰਹੀ ਹੈ ਤੇ
ਔਰ ਚਾਚਾ ਮੇਰੇ ਆਣ ਤੱਕ ਰੋਟੀ ਦੇ ਮੱਖੀਆਂ ਛੱਕੀਆਂ ਨਾ ਬਹਿਣ ਨਹੀਂ, ਮੇਰਾ ਕੁੱਤਾ ਚੁੱਕ ਕੇ ਲੈ ਜਾ। ਜਿਹਦੇ ਖੂਨ ਨੇ ਤੁਹਾਨੂੰ ਨਵੀਂ ਜ਼ਿੰਦਗੀ ਦਿੱਤੀ ਤੇ ਮੈਨੂੰ ਹੀ ਮਰਨ ਤੋਂ ਬਚਾ ਲਿਆ। ਆ ਜਵਾਨਾ, ਮੇਰੇ ਗਲੇ ਨਾਲ ਲੱਗ ਜਾ। ਮੈਂ ਸਾਹਿਬ ਜੀ, ਆਹੋ ਮੇਰੇ ਮੌਸਮ, ਮੇਰੇ ਤੇ ਕੱਪੜੇ ਮਿੱਟੀਓ ਮਿੱਟੀ ਜੇ। ਇਹ ਹੁਣ ਤੋਂ ਘੜੀ ਕੁ ਪਹਿਲਾਂ ਆਪਣੇ ਭੈੜੇ ਵਕਤ ਨਾਲ ਘੁਲ ਕੇ ਰੋਟੀ ਖੋਈ ਸੀ, ਉਹ ਵੀ ਇਹਨੇ ਨਹੀਂ ਜੇ ਖਾਣ ਦਿੱਤੀ। ਰੋਟੀ ਇੱਧਰ ਤੇ ਵੇਖ ਜਵਾਨਾ, ਇਸ ਪੂਰੀ ਟੇਬਲ ਤੇ ਤੇਰੇ ਲਈ ਖਾਣੇ ਲੱਗੇ ਸਨ। ਜੇ ਤੂੰ ਨਾ ਮਿਲਦੋ ਤੇ ਸਾਡੇ ਤੇ ਵੀ ਹਰਾਮ ਸਨ। ਸਾਹਿਬ ਜੀ, ਇਹ ਤੁਸੀਂ ਮੈਨੂੰ ਮੇਰੀ ਨੇਕੀ ਦਾ ਬਦਲਾ ਦੇ ਰਹੇ ਹੋ, ਇੱਕ ਗੱਲ ਦਾ ਬੁਰਾ ਨਾ ਮਨਾਣਾ। ਮੈਂ ਨੇਕੀ ਵੇਚਣੀ ਨਹੀਂ ਜੇ, ਇਹਦਾ ਅਜਰ ਤੇ ਮੈਂ ਆਪਣੇ ਰੱਬ ਕੋਲੋਂ ਹੀ ਲਵਾਂਗਾ। ਨੇਕੀ ਕਦੋਂ ਖਰੀਦੀ ਜਾ ਸਕਦੀ ਬਰਖੁਰਦਾਰ? ਮੈਂ ਤਾਂ ਤੈਨੂੰ ਆਪਣਾ ਪੁੱਤਰ ਬਣਾਉਣ ਲਈ ਬੁਲਾਇਆ ਸੀ ਜੀ। ਤੁਸੀਂ ਇਹ ਕੀ ਗੱਲ ਪਿਆ ਕਰਦੇ ਹੋ ਸਾਹਿਬ ਜੀ? ਤੁਸੀਂ ਐਡੇ ਵੱਡੇ ਆਦਮੀ ਤੇ ਮੈਂ ਤੇ ਨਿਰਾ ਗਾਮੂ ਜੇ ਰੋਟੀ ਤੋਂ ਲੜ ਪੈਣ ਵਾਲਾ। ਪਹਿਲਾਂ ਮੇਰਾ ਪੁੱਤਰ ਰੋਟੀ ਖਾਏਗਾ ਤੇ ਫਿਰ ਬਾਕੀ ਦੇ ਦੁੱਖ ਵੀ ਇਨਸ਼ਾਅੱਲਾ ਦੂਰ ਹੋ ਜਾਣਗੇ। ਚੱਲ ਹੁਣ ਰੋਟੀ ਖਾ ਲੈ। ਹੈਲੋ, ਹਾਂ ਹਾਂ, ਕਾਜੀ ਸਾਹਿਬ ਬੋਲ ਰਹੇ ਨੇ ਜੀ? ਹਾਂ, ਸੁਣੋ ਜੀ, ਮੈਂ ਤੁਹਾਨੂੰ ਖੁਦ ਟੈਲੀਫੋਨ ਕਰਨ ਵਾਲਾ ਸੀ ਕਿ ਸਾਹਿਬ ਇੱਕ ਮੇਰੀ ਕਬੀਜ਼ ਨੇ, ਉਹਨਾਂ ਦਾ ਨਾਮ ਮਿਸਟਰ, ਇੱਕ ਮਿੰਟ ਹੋਲਡ ਕਰਨਾ। ਮਿਸਟਰ ਗਾਮੂ, ਗੁਲਾਮ ਅਹਿਮਦ ਤੋਂ ਵਿਗੜਿਆ ਨਾ ਲੱਗਦਾ ਤੇ ਸ਼ਕਲੋਂ ਸੁਰਤੋਂ ਮਾਸ਼ਾ ਅੱਲਾ ਪਠਾਨ ਮਲੂਮ ਹੁੰਦਾ। ਹਾਂ ਜੀ, ਉਹ ਤੁਹਾਡੇ ਕੋਲ ਮਿਸਟਰ ਜੀ ਐਮ ਖਾਨ ਸਾਹਿਬ ਆ ਰਹੇ ਨੇ, ਉਹਨਾਂ ਨੂੰ ਫੈਕਟਰੀ ਵਿੱਚ ਅੱਛੀ ਤੋਂ ਅੱਛੀ ਜਗ੍ਹਾ ਦੇ ਦਿਓ। ਤੇ ਗੱਲ ਸੁਣੋ, ਇਤਰਾਜ਼ ਨਾ ਕਰਨਾ ਜੀ। ਬਹੁਤ ਅੱਛਾ। ਅੱਛਾ ਜੀ, ਸਲਾਮ ਅਲੈਕੁਮ ਜੀ ਐਮ ਖਾਨ। ਤੇਰੀਆਂ ਤੂੰ ਜਾਣੇ ਮੇਰੇ ਵੱਲ ਕਿਉਂ ਨਹੀਂ ਤੱਕਦਾ? ਕਿਉਂ? ਮੈਂ ਜੋ ਤੈਨੂੰ ਤੱਕ ਨਹੀਂ ਪਈ। ਰੋਟੀ ਰੱਜ ਕੇ ਖਾਣ ਦੇ, ਨਜ਼ਰ ਨਾ ਲਾ ਦੇ। ਪਿਆਰ ਨਾਲ ਤੱਕਣ ਵਾਲਿਆਂ ਦੀ ਨਜ਼ਰ ਨਹੀਂ ਲੱਗਦੀ ਹੁੰਦੀ ਗਾਮੂ, ਤੂੰ ਤੱਕ ਤੇ ਸਹੀ।
ਔਰ ਨਾ ਭਾਈ ਨਾ ਇਹ ਜਿਹੜਾ ਤੱਕਣ ਦੁਕਾਨ ਦਾ ਕੰਮ ਹੈ ਨਾ ਇਹ ਰੱਜ ਕੇ ਰੋਟੀ ਖਾਣ ਵਾਲਿਆਂ ਦਾ ਵੇ ਪਹਿਲੇ ਮੈਨੂੰ ਰੱਜ ਕੇ ਰੋਟੀ ਖਾ ਲੈਂਦੇ ਫਿਰ ਮੈਂ ਤੇਰੇ ਲਈ ਤੱਕਾਂਗਾ ਜੇ ਮੈਨੂੰ ਨੀਂਦਰ ਨਾ ਆ ਗਈ ਤਸ਼ੀਫ ਰੱਖੋ ਖਾਨ ਸਾਹਿਬ ਖਾਨ ਸਾਹਿਬ ਹਾਂ ਹਾਂ ਸੇਠ ਸਾਹਿਬ ਨੇ ਤੁਹਾਡਾ ਨਾਂ ਖਾਨ ਸਾਹਿਬ ਹੀ ਦੱਸਿਆ ਸੀ ਨਾ ਅੱਛਾ ਅੱਛਾ ਜੇ ਉਹਨਾਂ ਨੇ ਦੱਸਿਆ ਤਾਂ ਫਿਰ ਠੀਕ ਹੀ ਹੋਣੇ ਬੱਲੇ 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 ਕਿੱਡੀ ਸੋਹਣੀ ਥਾਂ ਬਣਾਈ ਉਹਨਾਂ ਨੇ ਸਾਡੇ ਪੈਣ ਵਾਸਤੇ ਮੈਂ ਕਿਹਾ ਤੁਹਾਨੂੰ ਕਿੰਨੇ ਕੁ ਰੁਪਏ ਮਿਲ ਜਾਂਦੇ ਹੋਣਗੇ ਖਾਨ ਸਾਹਿਬ ਔਰਤ ਤੋਂ ਉਹਦੀ ਉਮਰ ਤੇ ਮਰਦ ਤੋਂ ਉਹਦੀ ਆਮਦਨ ਨਹੀਂ ਪੁੱਛੀ ਵੈਸੇ ਹਜ਼ਾਰ ਕੁ ਰੁਪਇਆ ਮਿਲ ਹੀ ਜਾਂਦਾ ਚਲੋ ਸ਼ੁਕਰ ਹੈ ਅੱਲਾ ਦਾ ਇੱਜ਼ਤ ਤੇ ਲੱਖਾਂ ਦੀ ਹੈ ਨਾ ਇੱਥੇ ਮੈਂ ਕਿਹਾ ਗੁਜ਼ਾਰਾ ਤੇ ਠੀਕ ਠਾਕ ਹੋ ਜਾਂਦਾ ਨਾ ਹਾਂ ਖਾਨ ਸਾਹਿਬ ਠੀਕ ਠਾਕ ਹੀ ਹੋ ਜਾਂਦਾ ਹੈਲੋ 200 ਰੁਪਇਆ ਪੇਸ਼ਗੀ ਤਨਖਾਹ ਤੁਹਾਡੀ 350 ਰੁਪਇਆ ਲੱਗੀ ਜੀ ਕੰਮ ਸਿਰਫ ਇੰਨਾ ਤੁਹਾਡਾ
ਕਰਕੇ ਮਜ਼ਦੂਰਾਂ ਦੀ ਨਿਗਰਾਨੀ ਕਰਨੀ। ਉਹ ਕਿਉਂ ਨਹੀਂ ਕਰਾਂਗੇ ਕਾਲੀ ਸਾਹਿਬ, ਕੰਮ ਮਿਲਿਆ ਤੇ ਅਸੀਂ ਕੋਈ ਕੰਮ ਚੋਰ ਆ। ਮੈਂ ਕਿਹਾ ਇਹ 100 ਰੁਪਇਆ ਤੁਸੀਂ ਨਹੀਂ ਰੱਖ ਲੈਂਦੇ, ਮੇਰਾ ਮਤਲਬ ਹੈ ਬਾਲਾਂ ਲਈ ਖਿਡੌਣੇ ਲੈ ਜਾਣ। ਨਹੀਂ ਨਹੀਂ ਖਾਨ ਸਾਹਿਬ, ਅੱਲਾ ਮੈਨੂੰ ਹੱਕ ਹਲਾਲ ਦੀ ਰੋਜ਼ੀ ਦੇ ਰਿਹਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮੈਂ ਤੁਹਾਨੂੰ ਰਿਸ਼ਵਤ ਤੇ ਨਹੀਂ ਦੇ ਰਿਹਾ ਕਾਲੀ ਸਾਹਿਬ, ਤੁਸੀਂ ਇਹ ਸਮਝ ਲੈਣਾ ਕਿ ਤੁਹਾਡੇ ਭਰਾ ਨੇ ਦਿੱਤੇ ਨੇ ਆਪਣੀ ਨੌਕਰੀ ਦੀ ਖੁਸ਼ੀ। ਮੈਂ ਫਿਰ ਵੀ ਮਾਫੀ ਚਾਹਾਂਗਾ ਖਾਨ ਸਾਹਿਬ, ਇਸ ਲਈ ਕਿ ਮੇਰੀ ਤਨਖਾਹ ਜ਼ਿਆਦਾ ਹੈ ਤੇ ਤੁਹਾਡੀ ਥੋੜੀ। ਔਰ ਦਿਲ ਤੇ ਥੋੜਾ ਨਹੀਂ ਹੈਗਾ ਕਾਲੀ ਸਾਹਿਬ, ਤੁਸੀਂ ਖੁਦਾ ਦੀ ਕਿਸਮੇ ਰੱਖ ਲਓ, ਮੈਨੂੰ ਬੜੀ ਖੁਸ਼ੀ ਹੋ ਗਈ। ਇਹ ਵਿਆਜ 100 ਰੁਪਇਆ ਤੇ ਮੇਰੇ ਹੱਥੇ ਹਰਾਮ ਸੇ, ਇਸ ਤਰ੍ਹਾਂ ਲੈ ਗਏ ਖਾਨ ਸਾਹਿਬ। ਕੀ ਸ਼ੈ ਵੇ ਬੰਦਾ ਦੀ, ਮਾਲੂਮ ਹੁੰਦਾ ਕਿ ਬੜਾ ਹੀ ਮੁਖਲਿਸ ਆਦਮੀ ਹੈ। ਮੈਂ ਹਮਨੇ ਤੁਹਾਰੇ ਲਈ ਆਪਣੇ ਘਰ ਕਾ ਪਤਾ ਲਿਖਾ। ਬੁਝਿਸ਼ ਬਾਰੇ ਮੇਮ ਸਾਹਿਬ, ਦੇਖੋ ਆਣਾ ਜ਼ਰੂਰ ਬੋਲਣਾ ਨਹੀਂ ਹਾਰ। ਓਏ ਆਵਾਂਗਾ ਕਿਉਂ ਨਹੀਂ ਮੇਮ ਸਾਹਿਬ, ਤੈਨੂੰ ਕੀ ਪਤਾ ਹੋਵੇ, ਤੇਰੇ ਕੋਲੋਂ ਤੇ ਮੈਨੂੰ ਆਪਣੀ ਜ਼ਿੰਦਗੀ ਦਾ ਲਾਲਚ ਹੈ। ਓ ਮੈਂ ਹਮਾਰਾ ਜ਼ਿੰਦਗੀ ਵੀ ਤੁਹਾਰਾ ਲਈ ਹਾਰ। ਚਲੋ ਓ ਰਾਣੀ ਬਣੇਗੀ, ਰਾਣੀ ਬਣੇਗੀ, ਰਾਣੀ ਬਣੀ। ਲਓ ਮੇਮ ਸਾਹਿਬ ਹੁਣ ਮੈਂ ਚੱਲਣਾ। ਓਕੇ ਫਿਰ ਮਿਲਾਂਗਾ ਇਨਸ਼ਾਅੱਲਾ। ਕੀ ਖਾਲ ਕੀ ਖਾਲ। ਮੈਂ ਜੋ ਕੁਛ ਵੇਖਿਆ, ਜੋ ਕੁਛ ਸੁਣਿਆ, ਕਿਆ ਸਭ ਠੀਕ ਹੈ? ਤੂੰ ਮੈਂ ਸਭ ਬੋਲਦਾ ਤਾਂ ਹਾਂ ਬੋਲਦਾ, ਠੀਕ ਹੈ ਠੀਕ ਹੈ ਠੀਕ ਹੈ। ਆ ਤੇਰੇ ਤੇ ਠੀਕ ਦੀਆਂ ਮੈਂ ਲੱਤਾਂ ਬਾਹਰੋਂ ਪਵਾ ਦੇਵਾਂਗਾ ਆਪਣੇ ਯਾਰ ਕੋਲੋਂ। ਮੈਂ ਕਿਹਾ ਮੈਂ ਚੱਲੇ ਹੀ ਆਪਣੇ ਯਾਰ ਨੂੰ ਲੈਣ ਤੇ ਤੂੰ ਵੇਖਦੀ ਨਹੀਂ, ਓਏ ਉੱਥੇ ਰੋਟੀ ਤੋਂ ਬੰਦਾ ਮਾਰ ਦਿੰਦਾ। ਚੱਲ ਚੱਲ ਇਡੀਅਟ। ਸ਼ੇਖ ਜੀ ਇਹ ਬੱਚੀ ਤੇ ਮੇਰੀ ਆਸ ਹੈ, ਇਹਨੂੰ ਮਿਲਣ ਤੋਂ ਮੈਨੂੰ ਨਾ ਰੋਕੋ। ਮੇਰਾ ਮਤਲਬ ਇਹ ਬੇਟੇ ਕਿ ਅੱਜ ਮੈਂ ਤੈਨੂੰ ਦੇਖਿਆ ਕਿ ਤੂੰ ਬੱਚੀ ਨੂੰ ਪਿਆਰ ਕਰ ਰਿਹਾ, ਕੱਲ ਨੂੰ ਜੇ ਮੁਮਤਾਜ਼ ਨੇ ਦੇਖ ਲਿਆ ਤੇ ਤੇਰੀ ਜਿਹੜੀ ਦਿਲ ਸ਼ਿਕਨੀ ਹੋਵੇਗੀ ਉਹਦੇ ਤੋਂ ਮੇਰਾ ਦਿਲ ਡਰਦਾ। ਮੈਂ ਤੇ ਆਪ ਮਿਲ ਕੇ ਤੈਨੂੰ ਇਹ ਗੱਲ ਕਹਿਣੀ ਸੀ, ਕਿਉਂਕਿ ਮੈਂ ਹੱਜ ਨੂੰ ਜਾ ਰਿਹਾ ਤੇ ਮੈਂ ਨਹੀਂ ਚਾਹੁੰਦਾ ਕਿ ਮੇਰੇ ਬਾਅਦ ਤੁਹਾਨੂੰ ਭੈਣ ਭਰਾਵਾਂ ਨੂੰ ਕੋਈ ਦੁੱਖ ਪਹੁੰਚੇ। ਹੱਜ ਤੇ ਜਾ ਰਹੇ ਹੋ ਸ਼ੇਖ ਜੀ, ਦੋ ਜਹਾਨਾਂ ਦੇ ਵਾਲੀ ਦੇ ਰੋਜ਼ੇ ਤੇ ਹੱਥ ਚੁੱਕ ਕੇ ਮੇਰੇ ਵੱਲੋਂ ਦੁਆ ਮੰਗਣਾ, ਆਖਣਾ ਕਿ ਗਰੀਬਾਂ ਤੇ ਬੇਸਹਾਰਿਆਂ ਨਾਲ ਪਿਆਰ ਕਰਨ ਵਾਲਿਆ ਸੋਹਣਿਆ, ਸਾਰੀ ਦੁਨੀਆ ਰੁੱਸਿਆ ਮੈਨੂੰ ਕੋਈ ਪਰਵਾਹ ਨਹੀਂ, ਪਰ ਇੱਕ ਵਾਰੀ ਮੇਰੀ ਭੈਣ ਮੰਨ ਜਾ ਕਿ ਮੈਂ ਉਹਦਾ ਭਰਾ ਹਾਂ। ਮੈਂ ਇਨਸ਼ਾਅੱਲਾ ਆਪਣੇ ਖਲੂਸ ਨਾਲ ਦੁਆ ਕਰਾਂਗਾ, ਔਰ ਮੈਨੂੰ ਉਮੀਦ ਹੈ ਕਿ ਫਿਰ ਭੈਣ ਤੈਨੂੰ ਧੱਕੇ ਮਾਰ ਕੇ ਘਰੋਂ ਬਾਹਰ ਨਹੀਂ ਕੱਢ ਸਕੇਗੀ। ਸ਼ੇਖ ਜੀ ਮੇਰੇ ਮਾਲਕਾਂ ਦੀ ਗੱਡੀ ਆ ਗਈ ਹੈ, ਮੈਂ ਹੁਣ ਚੱਲਣਾ ਵਾਂ। ਉਹ ਆ ਵੀ ਜਾਏਗਾ ਤਾਂ ਕੀ ਕਰੇਗਾ, ਤੂੰ ਤੇ ਤੇਰੇ ਪਿਓ ਨੇ ਰਲ ਕੇ ਮੇਰੀ ਜ਼ਿੰਦਗੀ ਦਾ ਸਾਰਾ ਸਰਮਾਇਆ ਖੋਲਿਆ, ਜਿਸ ਦੋ ਟਗੇ ਦੇ ਆਦਮੀ ਨੂੰ ਕੁਰਬਾਨੀ ਦਾ ਬੱਕਰਾ ਬਣਾ ਕੇ ਮੇਰੇ ਸਾਹਮਣੇ ਲਿਆ ਫੁਲਾ ਰਿਹਾ, ਮੈਂ ਉਹਨੂੰ ਖਰੀਦ ਵੀ ਸਕਦਾ ਵਾਂ। ਜਾ ਅਸਲਮ, ਜਿਹਨੂੰ ਤੂੰ 2 ਟਕੇ ਦਾ ਆਦਮੀ ਕਿਹਾ ਨਾ, ਉਹਦਾ ਸੌਦਾ ਤੂੰ 2 ਕਰੋੜ ਵਿੱਚ ਹੀ ਮੁਕਾ ਲਵੇ, ਤੇ ਮੈਂ ਕਸਮ ਖਾਂਦੀ ਹਾਂ ਕਿ ਡੈਡੀ ਕੋਲੋਂ ਬਾਗੀ ਹੋ ਕੇ ਤੇਰੇ ਨਾਲ ਸ਼ਾਦੀ ਕਰਾਂਗੀ। ਓਏ ਉਹ ਤੇ ਉਹਨੂੰ ਪਤਾ ਲੱਗ ਹੀ ਗਿਆ, 1 ਕਰੋੜਪਤੀ ਬੇਜ਼ੁਬਾਨੇ ਆਦਮੀ ਦੀ ਲੜਕੀ ਉਹਦੇ ਨਾਲ ਪਿਆਰ ਕਰਦੀ ਹੈ, ਉਹ ਮੇਰੇ ਅੱਗੇ ਕਿਉਂ ਵਿਕੇਗਾ? ਉਹਨੂੰ ਖਰੀਦਣ ਦੀ ਕੋਸ਼ਿਸ਼ ਤੇ ਕਰ ਅਸਲਮ, ਮੈਂ ਦੂਸਰੀ ਵਾਰ ਕਸਮ ਖਾਣੀ ਹੈ ਕਿ ਉਹਦੀ ਕੀਮਤ ਵੀ ਮੈਂ ਅਦਾ ਕਰਾਂਗੀ ਤੇ ਸ਼ਾਦੀ ਫਿਰ ਵੀ ਤੇਰੇ ਨਾਲ ਕਰਾਂਗੀ। ਸ਼ਾਇਦ ਉਹ ਆ ਗਿਆ ਤੇ ਮੇਰਾ ਖਿਆਲ ਹੈ ਹੁਣ ਉਹਦੇ ਨਾਲ ਸੌਦੇ ਦੀ ਗੱਲ ਕਰਕੇ ਹੀ ਜਾਣੀ। ਮੇਰਾ ਖਿਆਲ ਹੈ ਸਲਮਾ ਉਹਦੇ ਨਾਲ ਮੈਂ ਹੁਣ ਸੌਦੇ ਦੀ ਗੱਲ ਐਦੀ ਜ਼ੁਬਾਨ ਵਿੱਚ ਕਰਾਂਗਾ, ਪਰ ਇੱਥੇ ਨਹੀਂ ਕਿਸੇ ਹੋਰ ਥਾਂ। ਕੌਣ ਸੀ ਸਲਮਾ? ਹੈ ਸੀ
ਜਦੋਂ ਖੂਨ ਦੀ ਅਜ਼ਮਾਇਸ਼ ਦਾ ਵੇਲਾ ਆਇਆ ਸੀ ਤੇ ਇਹਦਾ ਖੂਨ ਠੀਕ ਨਹੀਂ ਸੀ ਨਿਕਲਿਆ। ਡੈਡੀ ਆਏ ਨੇ ਸਾਹਿਬ ਜੀ ਤੇ ਕਾਲੀ ਸਾਹਿਬ ਦਫ਼ਤਰ ਚ ਬੈਠੇ ਹੋਏ ਨੇ। ਤੁਸੀਂ ਉਸ ਫਰਾਡੀਆਂ ਨੂੰ ਉਹਨੇ ਬੋਗਸ ਰਸੀਦਾਂ ਦਾ ਕੀ ਮੁਕਾਇਆ? ਜੀ ਮੈਂ ਉਹਨੂੰ ਉਦੋਂ ਹੀ ਮਿਲ ਪਿਆ ਸਾਂ ਤੇ ਉਹਨੇ ਅਗਲੇ ਮਹੀਨੇ ਦੀ 4 ਤਰੀਕ ਦਾ ਵਾਅਦਾ ਕੀਤਾ। ਤੁਹਾਨੂੰ ਮੇਰੇ ਵੱਲੋਂ ਮੁਕੰਮਲ ਇਜਾਜ਼ਤ ਹੈ। ਤੁਸੀਂ ਉਹਦੇ ਨਾਲ ਦੋ ਟੋਕ ਗੱਲ ਕਰੋ ਜੀ ਤੇ ਉਹ ਰਕਮ ਖੁਦ ਵਾਪਸ ਕਰ ਦੇ। ਉਹ ਜ਼ਰਾ ਵੀ ਗੜਬੜ ਕਰੇ ਤੇ ਕੇਸ ਨੂੰ ਪੁਲਿਸ ਦੇ ਹਵਾਲੇ ਕਰ ਦਿਓ ਜੀ। ਬਹੁਤ ਬਿਹਤਰ। ਔਰ ਇਹ ਮਤ ਸਮਝਣਾ ਕਿ ਮੈਂ ਕਦੇ ਉਹਦੇ ਨਾਲ ਆਪਣੀ ਲੜਕੀ ਦਾ ਰਿਸ਼ਤਾ ਤੈਅ ਕੀਤਾ ਸੀ। ਮੈਂ ਆਪਣੀ ਧੀ ਲਈ ਵਾਰ ਤਲਾਸ਼ ਕਰ ਲਿਆ। ਮਰੇ ਵੀ ਕਿਧਰੇ ਮੈਨੂੰ ਕੋਈ ਜਨਾਨੀ ਕਾ ਪਾਠ ਕਰਦੇ ਤੇ ਨਹੀਂ ਵੇਖ ਲਿਆ ਤੂੰ ਕਾਂਸਾਣੀ ਚ? ਹਮਕੋ ਕੁਛ ਨਹੀਂ ਮਾਲੂਮ ਕਹਿ ਰਹਾ। ਦੇਖੋ ਅਗਰ ਤੁਮ ਕੋਈ ਸਕੀਮ ਨਹੀਂ ਬਣਾਏਗਾ ਤੋ ਤੁਮਾਰਾ ਹਮਾਰਾ ਹਮੇਸ਼ਾ ਕੇ ਲਈ ਬਾਈਕਾਟ ਹੋ ਜਾਏਗਾ। ਬਾਈਕਾਟ? ਇਹ ਬਾਈਕਾਟ ਮੈਨੂੰ ਕੋਈ ਨਵੀਂ ਬਾਈ ਮਾਲੂਮ ਹੁੰਦੀ ਹੈ, ਇਹ ਰੰਗ ਕਾਟ ਦੀ ਕਾਕੀ। ਸੁਣ ਮੈਮ, ਤੇਰਾ ਪਿਉ ਤੇਰੇ ਨਵੇਂ ਮੰਗੇਤਰ ਕੋ ਲੈ ਕੇ ਆਏ, ਜਿਸ ਤਰ੍ਹਾਂ ਆਏ ਉਸੀ ਤਰ੍ਹਾਂ ਜਾਏ, ਤੈਨੂੰ ਕੋ ਹੱਥ ਵੀ ਨਾ ਲਾਏ, ਨਾ ਤਰਫੇ ਨਾ ਤਰੇਰ ਕੈਸਾ। ਹਮਕੋ ਕੁਛ ਨਹੀਂ ਸਮਝ ਪੜਾ ਕਹਿ ਰਹਾ, ਤੁਮ ਕਿਆ ਬੋਲਤਾ ਅੰਡਰਸਟੈਂਡ? ਕੀ ਅੰਡਰਸਟੈਂਡ ਅੰਡਰਸਟੈਂਡ ਆਈ ਯੂ ਕੈਨੂ ਰੇ ਕਾਟ। ਜੇ ਉਹ ਆ ਗਿਆ ਤੇ ਅਸੀਂ ਉਹਨੂੰ ਇਹੋ ਹੀ ਕੰਮ ਵਿਖਾਵਾਂਗੇ ਕੈਂਸਰ। अब कह रहे हम लोग हैं, दरवाजा खोलो। मामी किधर है? उसको बोलो मैं सब ब्रैकेट में साथ है। मैं कल अभी हो जा रेडी फटाफट। डोंट यू वरी मिस्टर तारा, सब काम बिल्कुल ठीक होगा। अच्छा तो चल फिर तू अंदर, तो मैं चलिया बाहर बल्दी के बूथे के कंसा नहीं। चलती चलो चलती। आओ जी आओ, अंदर तशरीफ ले आओ। ਹਾਏ ਮੈਂ ਮਰ ਗਈ। ਆਓ ਜੀ ਆਓ ਅੰਦਰ ਤਸ਼ਰੀਫ ਲਿਆਓ ਨਾ। ਮੈਂ ਕਿਹਾ ਤਨ ਭਾਗ ਸਾਡੇ ਕਿ ਤੁਸੀਂ ਸਾਡੇ ਘਰ ਕਦਮ ਰੰਡਾ ਫਰਮਾਇਆ। ਇਹਨਾਂ ਦਾ ਨਾ ਖੈਰ ਹੈ? ਯੈਸ ਮਿਸਟਰ ਬ੍ਰੈਕਟ। ਲੋ ਬ੍ਰੈਕਟ ਸੌਰੀ, ਇਹ ਤੇ ਬੜੇ ਬਾਤਮੀਜ਼ ਨੇ ਬਜ਼ੁਰਗੋ। ਮੈਂ ਸਿਰਫ ਇੰਨੀ ਅਰਜ਼ ਕਰਾਂਗਾ ਕਿ ਜੋ ਕੁਛ ਮੈਂ ਦੇਖਣਾ ਮੈਂ ਦੇਖ ਲਿਆ। ਤੁਸੀਂ ਵਿਆਹ ਦੀ ਤਿਆਰੀ ਕਰੋ, ਮੈਂ ਚੰਜ ਲੈ ਕੇ ਆਵਾਂਗਾ। ਬਟ ਮਿਸਟਰ ਬ੍ਰੈਕਟ। ਲੋ ਬ੍ਰੈਕਟ ਸੌਰੀ ਮਿਸਟਰ ਬ੍ਰੈਕਟ, ਤੁਮਨੇ ਅਭੀ ਹਮਾਰਾ ਮਾਮੀ ਕੋ ਨਹੀਂ ਦੇਖਾ ਹੈ। ਸ਼ੀ ਇਜ਼ ਅ ਪ੍ਰੀਟੀ ਗਰਲ। ਮੈਂ ਤੁਹਾਨੂੰ ਦੱਸਾਂ, ਤੁਸੀਂ ਡੈਡੀ ਹੋਰਾਂ ਦੀ ਗੱਲ ਮੰਨ ਨਹੀਂ ਲਓ, ਜ਼ਰਾ ਤਸ਼ਰੀਫ ਤੇ ਲਿਆਓ ਨਾ। ਤੁਸੀਂ ਫਰਮਾਉਂਦੇ ਹੋ ਤੇ ਮੈਂ ਹਾਜ਼ਰ ਹੋ ਜਾਣਾ। ਪਰ ਜਾਓ ਨਾ ਆਪਣੇ ਕਮਰੇ ਮੇ ਜਾਓ। ਅੱਲਾ ਦੀ ਕਸਮ, ਤੁਹਾਡੀ ਇਸੇ ਤਬੀਅਤ ਤੋਂ ਅੱਗੋਂ ਮੰਮੀ ਦੇ ਸਾਰੇ ਰਿਸ਼ਤੇ ਟੁੱਟੇਗੇ। ਓ ਯੂ ਇਡੀਅਟ ਗਰਲ, ਗੈਟ ਆਊਟ ਫਰਮ, ਗੈਟ ਆਊਟ। ਇੱਕ ਨਵਾਂ ਪਾਸ ਆ ਗਿਆ ਨੀ, ਓ ਹਮ ਬੋਲਾ ਬਕਵਾਸ ਪਰ ਖੜੋ, ਯੇ ਬੋਲੋ ਤੁਮਾਰਾ ਹਸਬੈਂਡ ਮਿਸਟਰ ਕਾਰਾ ਕਿਧਰ ਕੋ ਹੋ? ਮਾਂ ਦੀ ਸਖਤ ਬਿਮਾਰੀ ਦੀ ਤਾਰ ਆਈ ਸਾਸੂ, ਉੱਥੇ ਚਲਾ ਗਿਆ। ਤੁਮਾਰਾ ਹਸਬੈਂਡ ਇਧਰ ਹੋਤਾ ਤੋ ਹਮ ਤੁਮ ਲੋਗੋ ਕੋ ਅਭੀ ਇਧਰ ਸੇ ਨਿਕਾਲ ਦੇਤਾ। ਲੁਕ ਮਿਸਟਰ ਬ੍ਰੈਕਟ, ਤੁਸੀਂ ਗੱਲ ਕਰੋ, ਵੇਖਣ ਮੈਨੂੰ ਉੱਧਰ ਹੀ ਦਿਓ। ਓ ਚੁੱਪ ਕਰੋ। Sit down, please, Mr. Brockett. Mommy! Mama! Apna future husband ke liye cold drink lao na. Mommy? Oh, yes. Hamara pure daughter ka name hai. Mommy, mommy. Oh, vich koi milawat thi? Oh, no, no, Mr. Brockett.
वो हमारे किराएदार का वाइफ है मिस्टर ब्रॉकट। नो बर्कट। ओ सॉरी सॉरी मिस्टर ब्रॉकट, तुम कोल्ड ड्रिंक पियो, हम अपना पाइप के वास्ते तुम्हारा खुलाने को मांगते हाय हाय। अब बोलो मिस्टर ब्रैकेट। नो बरकत। सॉरी तुमका मैरिज का नुकसान था। ऐसी गल ये मोतरी कि मैं इतने दो चार दिन रहांगा ते कुड़ी दी तबीयत नु समझांगा ताकि वो जो मेरे घर आवे ते मैनू ओदे उठन बैठन तुरन फिरन दा पता होवे। True, exactly perfect. ठीक है ठीक है। ते मैनू ए भी मालूम होना चाहिए कि लड़की किस किस गल का बुरा मनाउंदी है। True, ये तो और भी अच्छा वाला बात है। लुक मिस ब्रॉकट, नो बरकत। सॉरी सॉरी मिस ब्रॉकट, अब तुम इस घर को अपना घर का मापिक समझो। मम्मी बहुत अच्छा लड़की है, बिल्कुल तुम्हारा मापिक। अजे भी भैड़ा ना पई अपनी मम्मी का, जब ये टुल्लू का साफ ज्यादा पानी गया ना अगाम ही वेखा जाएगा कल साले च। ਮੱਥੇ ਤੇ ਟਿੱਕਾ ਹੋਵੇ, ਗਲ ਵਿੱਚ ਕੈਂਠਾ ਹੋਵੇ, ਬਾਹਾਂ ਚੂੜੇ ਨਾਲ ਭਰੀਆਂ ਹੋਣ, ਪੈਰਾਂ ਵਿੱਚ ਪਜੇਬਾਂ ਹੋਣ, ਤੇ ਜਦੋਂ ਤੂੰ ਟੁਰੇ ਤੇ ਛਨ ਛਨ ਕਰਦੀ। ਬਸ ਖਾਈ ਨਹੀਂ, ਇਹਦੇ ਬਾਅਦ ਇੱਕ ਰੰਗੀਲ ਜਿਹੀ ਗੱਡ ਹੋਵੇ, ਅੱਗੇ ਮੈਂ ਬੈਠਾ ਹੋਵਾਂ, ਪਿੱਛੇ ਤੂੰ ਬੈਠੀ ਹੋਵੇਂ, ਬਰੀਕ ਜਿਹੀ ਲਾਲ ਚੁੰਨੀ ਦਾ ਤੂੰ ਅੱਧਾ ਘੁੰਡ ਕੱਢਿਆ ਹੋਵੇ, ਤੇ ਵੇਖਣ ਵਾਲੇ ਆਖਣ ਕਿ ਰਾਂਝਾ ਆਪਣੀ ਹੀਰ ਦਾ ਮੁਕਲਾਵਾ ਗੱਡ ਤੇ ਲੈ ਕੇ ਲਗਾ ਜਾਂਦਾ। ਤੇਰੀ ਗੱਡ ਤੇ ਮੇਰਾ ਮੁਕਲਾਵਾ, ਤੇਰੀ ਗੱਡ ਤੇ ਮੇਰਾ ਮੁਕਲਾਵਾ, ਮੁੰਡਿਆ ਤਾਂ ਵੀ ਕਮਾਲਿਆ ਤੇਰੀ ਸ਼ਾਵਾ, ਮੁੰਡਿਆ ਤਾਂ ਵੀ ਕਮਾਲਿਆ ਤੇਰੀ ਗੱਡ ਤੇ ਮੇਰਾ ਮੁਕਲਾਵਾ। ਮਹਿਲਾ ਤੋਂ
ਸਾਫ ਸਾਫ ਗੱਲ ਇਹ ਵੀ ਅਸਲਮ ਸਾਹਿਬ ਕਿ ਤੁਹਾਡੀ ਮੋਹਲਤ ਖਤਮ ਹੋ ਚੁੱਕੀ ਹੈ। ਜੇ ਤੁਸੀਂ ਸੇਠ ਸਾਹਿਬ ਦੀ ਮਤਲੂਬਾ ਰਕਮ ਵਾਪਸ ਨਹੀਂ ਕਰ ਸਕਦੇ ਤੇ ਫਿਰ ਅਸੀਂ ਕਾਨੂੰਨੀ ਕਾਰਵਾਈ ਕਰਨ ਤੇ ਮਜਬੂਰ ਹੋ ਜਾਵਾਂਗੇ। ਕਾਰੀ ਸਾਹਿਬ, ਤੁਸੀਂ ਚੰਗੇ ਭਲੇ ਸਿਆਣੇ ਆਦਮੀ ਔਰ ਅੱਛੀ ਤਰ੍ਹਾਂ ਜਾਣਦੇ ਹੋ, ਮੇਰਾ ਤੇ ਸੇਠ ਸਾਹਿਬ ਦਾ ਰਿਸ਼ਤਾ ਕਿੰਨਾ ਕੁ ਨਾਜ਼ੁਕ ਹੈ। ਤੁਹਾਨੂੰ ਕਾਨੂੰਨੀ ਕਾਰਵਾਈ ਦੀ ਧਮਕੀ ਮੈਨੂੰ ਨਹੀਂ ਦੇਣੀ ਚਾਹੀਦੀ। ਇਹ ਸੋਚਦੇ ਹੋਇਆ ਕਿ ਸਾਡੀ ਸੁਲਾਹ ਦੇ ਬਾਅਦ ਤੁਹਾਡਾ ਕੀ ਅੰਜਾਮ ਹੋਵੇਗਾ? ਅਸਲਮ ਸਾਹਿਬ, ਆਪਣੇ ਫਰਜ਼ ਨੂੰ ਇਮਾਨਦਾਰੀ ਨਾਲ ਅਦਾ ਕਰਨ ਵਾਲੇ ਮੁਲਾਜ਼ਮ ਅੰਜਾਮ ਦੀ ਕਦੀ ਪਰਵਾਹ ਨਹੀਂ ਕਰਦੇ। ਬਾਈ ਦੀ ਵੀ ਮੈਂ ਪੁੱਛ ਸਕਦਾ ਕਿ ਇਮਾਨਦਾਰੀ ਨਾਲ ਫਰਜ਼ ਦੀ ਅਦਾਇਗੀ ਦਾ ਸਿਰ ਸਿਰ ਮੁਆਵਜ਼ਾ ਕੀ ਦਿੰਦੇ ਨੇ ਜਨਾਬ ਨੂੰ? ਪੁੱਛਣ ਦਾ ਮਤਲਬ? ਖੈਰ, ਇਹ ਪੁੱਛਣ ਦੀ ਕੋਈ ਲੋੜ ਵੀ ਨਹੀਂ, 1200 ਤੋਂ ਵੱਧ ਕੀ ਦਿੰਦੇ ਹੋਣੇ? ਕਾਜ਼ੀ ਸਾਹਿਬ, ਮੇਰੇ ਕਾਗਜ਼ਾਤ ਵਾਪਸ ਕਰਨ ਚ ਅਗਰ ਤੁਸੀਂ ਮੇਰੀ ਕੋਈ ਹੈਲਪ ਕਰੋ ਤੇ ਮੈਂ 2-4 ਸਾਲ ਦੀ ਤਨਖਾਹ ਤੁਹਾਨੂੰ ਯਕਮੁਸ਼ਤ ਦੇ ਸਕਦਾ। ਲੇਕਿਨ ਮੈਨੂੰ ਆਪਣੀ 2-4 ਸਾਲ ਦੀ ਤਨਖਾਹ ਯਕਮੁਸ਼ਤ ਨਹੀਂ ਚਾਹੀਦੀ। ਜੇ ਤੁਸੀਂ ਹੁਕਮ ਕਰੋ ਅਸਲਮ ਸਾਹਿਬ, ਤੇ ਜਿਹੜੀ ਰਕਮ ਤੁਸੀਂ ਸੇਠ ਸਾਹਿਬ ਨੂੰ ਦੇਣੀ ਹੈ ਉਹਦੀਆਂ 2-4 ਕਿਸ਼ਤਾਂ ਬਣਾ ਦਿਆਂ। ਕਿਸ਼ਤਾਂ ਦੀ ਲੋੜ ਨਹੀਂ, ਜੇ ਤੁਸੀਂ ਕੁਝ ਕਰ ਸਕਦੇ ਹੋ ਤੇ 2-4 ਦਿਨ ਦੀ ਮੋਹਲਤ ਹੋਰ ਦੇ ਦਿਓ। ਉਮੀਦ ਹੈ ਮੈਂ ਆਪਣੇ ਮਕਸਦ ਚ ਕਾਮਯਾਬ ਹੋ ਜਾਵਾਂਗਾ। 2-4 ਦਿਨ ਦੀ ਮੋਹਲਤ ਵੀ ਮੈਂ ਸੇਠ ਸਾਹਿਬ ਤੋਂ ਪੁੱਛੇ ਬਗੈਰ ਨਹੀਂ ਦੇ ਸਕਦਾ। ਦਰੁਸਤ ਹੈ, ਤੁਸੀਂ ਸੇਠ ਸਾਹਿਬ ਨਾਲ ਗੱਲ ਕਰਕੇ ਮੈਨੂੰ ਟੈਲੀਫੋਨ ਕਰ ਦੇਣਾ, ਮੈਂ ਇੱਥੇ ਬੈਠਾ ਹਾਂ। ਜੀ ਅੱਛਾ। ਹੈਲੋ ਜਨਾਬ, ਮੈਂ ਕਾਜ਼ੀ ਸਾਹਿਬ ਦਫ਼ਤਰ ਯੂਸਫ ਬੋਲ ਰਿਹਾ। ਅਸਲਮ ਸਾਹਿਬ ਸਾਹਮਣੇ ਅਸਲਮ ਸਾਹਿਬ, ਉਹ ਜਨਾਬ ਫਾਈਲ ਤੇ ਇੱਥੇ ਹੀ ਹੈ ਪਰ ਸੇਫ ਦੀਆਂ ਚਾਬੀਆਂ ਕਾਜ਼ੀ ਸਾਹਿਬ ਕੋਲ। ਜੀ, ਇਹ ਸਭ ਕੁਝ ਤੇ ਮੈਂ ਕਰ ਸਕਦਾ, ਤੁਸੀਂ ਫਿਕਰ ਨਾ ਕਰੋ, ਇਹ ਸਾਰਾ ਕੰਮ ਮੈਂ ਬੜੀ ਹੁਸ਼ਿਆਰ ਨਾਲ ਕਰਾਂਗਾ। ਬੜੇ ਵੇਲੇ ਸਿਰ ਆਇਓ, ਇਸ ਵੇਲੇ ਉਹ ਮੈਨੇਜਰ ਕਾਜ਼ੀ ਮੇਰੇ ਲਈ ਉਸ ਥੜੀਏ ਗਾਮੂ ਕੋਲੋਂ ਜ਼ਿਆਦਾ ਖਤਰਨਾਕ ਆਦਮੀ ਬੰਦਾ ਜਾ ਰਿਹਾ। ਤੁਸੀਂ ਹੁਣੇ ਉਹਦੇ ਦਫ਼ਤਰ ਜਾਓ, ਯੂਸਫ ਨੇ ਸਾਰੀ ਗੱਲਬਾਤ ਠੀਕ ਕਰ ਲਈ ਹੋਵੇਗੀ। ਜੇ ਫਿਰ ਵੀ ਫਾਈਲ ਸਿੱਧਿਆਸੀ ਦਸਤਿਆਬ ਨਾ ਹੋਵੇ ਤੇ ਮੈਂ ਤੁਹਾਡੇ ਕੋਲ ਇਹ ਨਹੀਂ ਸੁਣਾਗਾ ਜੇ ਉਹਨੇ ਗੋਲੀ ਚਲਾ ਦਿੱਤੀ ਸੀ ਤੇ ਤੁਸੀਂ ਜਾਨਾ ਬਚਾ ਕੇ ਨਾ ਸਾਇਓ। ਤੁਸੀਂ ਇਹ ਸੁਣੋਗੇ ਕਿ ਗੋਲੀ ਵੀ ਉਹਨੇ ਚਲਾਈ ਤੇ ਜਾਨ ਵੀ ਉਹਦੀ ਗਈ। ਜਨਾਬ, ਸਵੇਰੇ ਸੇਠ ਸਾਹਿਬ ਦਾ ਟੈਲੀਫੋਨ ਆਇਆ ਸੀ, ਉਹਨਾਂ ਨੇ ਫਰਮਾਇਆ ਕਿ ਉਹ ਸਰਾਡੀ ਦੀ ਫਾਈਲ ਲੈ ਕੇ ਛੇਤੀ ਕੋਠੀ ਪਹੁੰਚ ਜਾ। ਇਹਨੂੰ ਕੀ ਹੋਇਆ? ਇਹ ਜਨਾਬ, ਇਹਦੀ ਕੋਈ ਖਰਾਬੀ ਹੋ ਗਈ, ਬਾਹਰੋਂ ਟੈਲੀਫੋਨ ਆ ਰਿਹਾ, ਇਧਰੋਂ ਨਹੀਂ ਜਾਂਦਾ। ਕੰਪਲੇਂਟ ਕਰ। ਬਹੁਤ ਬਿਹਤਰ ਜਨਾਬ। ਸੇਠ ਸਾਹਿਬ ਦਾ ਟੈਲੀਫੋਨ ਆਵੇ ਤੇ ਉਹਨਾਂ ਨੂੰ ਆਖੀ ਕਿ ਮੈਂ ਕੋਠੀ ਪਹੁੰਚ ਰਹੀ। ਬਹੁਤ ਅੱਛਾ ਜਨਾਬ। ਹਾਂ।
ਖੈਰ ਲਈ ਆਪਣੀ ਜਾਨ ਤਲੀ ਤੇ ਧਰ ਕੇ ਸਿਰਫ ਉਹਦੀ ਜਾਨ ਹੀ ਨਹੀਂ ਬਚਾਈ, ਉਹਦਾ ਉਹ ਮਾਲ ਵੀ ਡਾਕੂਆਂ ਤੋਂ ਖੋਇਆ ਹੈ ਖਾਨ ਸਾਹਿਬ, ਜਿਹਦੀ ਵਜ੍ਹਾ ਨਾਲ ਉਹ ਮੈਨੂੰ ਕਤਲ ਕਰਨਾ ਚਾਹੁੰਦੇ ਸਨ। ਮੈਂ ਤੇ ਇਹ ਸਮਝਣਾ ਕਾਰੀ ਸਾਹਿਬ ਕਿ ਤੁਹਾਡੀ ਜ਼ਿੰਦਗੀ ਮੇਰੀ ਮੌਤ ਕੋਲੋਂ ਵੀ ਮਹਿੰਗੀ ਹੈ। ਅੱਲਾ ਤੁਹਾਨੂੰ ਜ਼ਿੰਦਗੀ ਦੇਵੇ ਭਾਈ ਜਾਨ, ਤੇ ਆਪਣੇ ਭੈਣਾਂ ਭਰਾਵਾਂ ਦੇ ਸਿਰ ਤੇ ਸਦਾ ਸਲਾਮਤ ਰਹੋ। ਆਪਣੇ ਤੋਂ ਛੋਟਿਆਂ ਨੂੰ ਪਿਆਰ ਕਰਨ ਦੀ ਕੋਸ਼ਿਸ਼ ਤੇ ਬੜੀ ਕਰਨਾ ਭੈਣ ਜੀ, ਪਰ ਕੀ ਕਰਾਂ, ਵਕਤ ਹੀ ਸਾਥ ਨਹੀਂ ਦੇ ਰਿਹਾ। ਵਕਤ ਤੁਹਾਡੇ ਤੋਂ ਜ਼ਿਆਦਾ ਇਸ ਵੇਲੇ ਕਿਸੇ ਦਾ ਸਾਥ ਨਹੀਂ ਦੇ ਰਿਹਾ ਖਾਨ ਸਾਹਿਬ। ਤੁਹਾਨੂੰ ਸ਼ਾਇਦ ਪਤਾ ਨਹੀਂ, ਤੁਸੀਂ ਕੁਝ ਦਿਨਾਂ ਬਾਅਦ ਸੇਠ ਸਾਹਿਬ ਦੇ ਦਾਮਾਦ ਬਣਨ ਵਾਲੇ। ਹੋ ਕਾਜ਼ੀ ਸਾਹਿਬ, ਭੈਣ ਦਾ ਭਰਾ ਤੇ ਬਣ ਨਹੀਂ ਸਕਿਆ, ਤੇ ਸੇਠ ਦਾ ਦਾਮਾਦ ਕੀ ਬਣਾਂਗਾ। ਤੁਸੀਂ ਦੱਸੋ ਭੈਣ ਜੀ ਕਿ ਭੈਣ ਜਿਉਂਦੀ ਹੋਵੇ ਤੇ ਵੀਰ ਦੀ ਵਾਗ ਨਾ ਫੜੇ ਆਣ ਕੇ ਤੇ ਮੇਰੇ ਜਿਹਾ ਭਰਾ ਘੋੜੀ ਤੇ ਬਹਿੰਦਾ ਚੰਗਾ ਲੱਗਦਾ। ਉਹ ਤੇ ਕੋਈ ਬੜੀ ਜ਼ਾਲਮ ਭੈਣ ਹੋਵੇਗੀ ਭਾਈ ਜਾਨ, ਜਿਹੜੀ ਤੁਹਾਡੇ ਜਾਂ ਵੀਰ ਦੀ ਵਾਗ ਫੜਨ ਤੋਂ ਮੂੰਹ ਮੋੜੇਗੀ। ਮੈਂ ਗੱਲ ਕਰਾਂਗੀ ਉਹਦੇ ਨਾਲ, ਮੈਨੂੰ ਦੱਸੋ ਰਹਿੰਦੇ ਕਿੱਥੇ। ਤੁਹਾਨੂੰ ਪਤਾ ਦੱਸ ਦਿੱਤਾ ਤੇ ਫਿਰ ਸ਼ਾਇਦ ਤੁਸੀਂ ਵੀ ਗੱਲ ਨਾ ਕਰੋ। ਮੈਂ ਸੋਚਦੀ ਹਾਂ ਕਾਜ਼ੀ ਸਾਹਿਬ ਕਿ ਖਾਨ ਸਾਹਿਬ ਮੇਰੇ ਭਰਾ ਨੇ ਪਰ ਭਰਾ ਬਣ ਕੇ ਵਿਖਾਇਆ ਨੇ, ਤੇ ਇੱਕ ਮੇਰਾ ਵੀ ਭਰਾ ਹੈ। ਤੁਹਾਡਾ ਵੀ ਕੋਈ ਭਰਾ ਹੈਗਾ? ਲੇਕਿਨ ਮੈਂ ਇਸ ਕਾਰੀ ਚ ਉਹਦਾ ਨਾਂ ਲੈਣਾ ਵੀ ਗੁਨਾਹ ਸਮਝੀ। ਦਫ਼ਾ ਕਰੋ, ਉਸ ਜ਼ਲੀਲ ਆਦਮੀ ਦਾ ਜ਼ਿਕਰ ਇਸ ਨੇਕ ਇਨਸਾਨ ਦੇ ਅੱਗੇ ਕਿਉਂ ਕਰਦੇ? ਕਰਮ ਦਿਓ, ਕਿਹੜਾ ਗੈਰ ਅੱਗੇ ਪੈ ਕਰਦੇ ਨੇ। ਵੈਸੇ ਗੱਲਾਂ ਚੋਂ ਗੱਲ ਨਿਕਲ ਆਈਏ ਤੇ ਕਰਨੀ ਪਈਏ, ਤੁਸੀਂ ਕਦੀ ਉਸ ਜ਼ਲੀਲ ਇਨਸਾਨ ਨੂੰ ਮਿਲੇ ਹੋ? ਅੱਲਾ ਸ਼ਕਲ ਨਾ ਵਿਖਾਇਓ ਦੀ, ਮੈਂ ਤੇ ਉਸ ਘਟੀਆ ਬੰਦੇ ਨੂੰ ਪਛਾਣਦੀ ਵੀ ਨਹੀਂ। ਖੈਰ ਤੁਸੀਂ ਮੈਨੂੰ ਆਪਣੇ ਨਾਲ ਆਪਣੀ ਭੈਣ ਦੇ ਘਰ ਲੈ ਚੱਲੋ, ਜੇ ਮੈਂ ਹੁਣ ਤੁਹਾਡੇ ਪੈਰੀ ਨਾ ਪਵਾ ਦਿਆਂ ਤੇ ਮੇਰਾ ਨਾਮ ਬਦਲ ਦੇਣਾ। ਇੱਕ ਗੱਲ ਤੇ ਦੱਸ ਮੇਰੀ ਬੀਬੀ ਭੈਣ, ਤੂੰ ਆਪਣੇ ਭਰਾ ਨੂੰ ਆਪਣੇ ਘਰ ਆਣ ਦੇਵੇਂਗੀ? ਤੌਬਾ ਕਰੋ, ਮਰਨ ਤੋਂ ਬਾਅਦ ਵੀ ਨਸੀਹਤ ਕਰ ਜਾਵਾਂਗੀ ਕਿ ਉਹ ਦੁਸ਼ਮਣ ਮੇਰੀ ਮੈਯਤ ਨੂੰ ਹੱਥ ਨਾ ਲਾਵੇ। ਉਸ ਜ਼ਾਲਮ ਦੀ ਤਬੀਅਤ ਵੀ ਬਿਲਕੁਲ ਤੁਹਾਡੇ ਵਰਗੀ ਹੈ, ਉਹਨੇ ਵੀ ਇਹੋ ਹੀ ਕਹਿਣਾ ਜੋ ਕੁਛ ਤੁਸੀਂ ਆਖਿਆ। ਅੱਛਾ ਮੈਂ ਚੱਲ ਜਾਵਾਂ। ਸਲਾਮ ਅਲੈਕੁਮ। ਅਜੀਬ ਇਤਫਾਕ ਹੈ ਮੁਮਤਾਜ਼, ਤੇਰਾ ਤੇ ਖਾਨ ਸਾਹਿਬ ਦਾ ਦੁੱਖ। ਛੇਤੀ ਕਰ, ਜਿਉਂ ਬੁਢਾਰੇ ਚ ਜਾਗਦਿਆ ਉਨੀ ਅੰਗਰੇਜ਼ੀ ਖੋ ਦੇਸੀ ਹੀਰ ਖੋ ਲੈਣੀ ਹੈ। ਮੇਰੇ ਤੇ ਇਤਬਾਰ ਕਰ, ਮੈਂ ਮਰਦ ਮੁੱਛਾਂ ਜੜੀ ਕੋਈ ਨਹੀਂ। ਅੱਛਾ ਫਿਰ ਬੇੜਾ ਫਰਕ ਜਾਈ, ਸ਼ਗਨਾਂ ਦੇ ਕੰਮ ਵਿੱਚ ਕੀ ਰੋਣਾ ਪਾ ਦਿੱਤਾ ਸੀ। ਮੈਂ ਉਸ ਵਕਤ ਨੂੰ ਯਾਦ ਕਰਕੇ ਰੋਣਾ
ਜਦੋਂ ਤੂੰ ਮੇਰੇ ਘਰੋਂ ਵੀ ਨੱਸ ਗਏ। ਚੰਗਾ ਕਰ ਲੈਣਾ, ਚੱਲ ਉੱਠ। ਪਾਪਾ 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 ਵਾਟ ਹੈਪਨ? ਤੁਸੀਂ ਤਾਂ ਸੋਰੇ ਕੋ ਮਾਨਤਾ, ਉਧਰ ਹਮਾਰਾ ਫਿਊਚਰ ਹਸਬੈਂਡ ਕੈਰੀ ਕੋ ਕਿਡਨੈਪ ਕਰਕੇ ਚਲਾ ਗਿਆ ਹੈ। ਅਬ ਹਮਾਰਾ ਕਿਆ ਹੋਏਗਾ? ਯੇ ਹਮਾਰਾ ਜ਼ਿੰਦਗੀ ਮੇਂ ਟਾਈਮ ਹੁਆ ਹੈ, ਅਬ ਹਮ ਕੈਸੇ ਜਿੰਦਾ ਰਹੇਗਾ ਡੈਡੀ? ਤੁਮ ਆਪਣਾ ਬਾਤ ਛੋੜੋ ਬੇਬੀ, ਕੈਰੇ ਕਾ ਬਾਤ ਕਰੋ, ਕੈਰੇ ਕਾ ਹਮ ਉਨਕੋ ਕਿਆ ਬੋਲੇਗਾ? ਬੋਲੇਗਾ ਕਿਆ ਪਾਪਾ, ਵੋ ਹਮਕੋ ਕਿਡਨੈਪਰ ਪਰਦਾ ਫਰੋਸ਼ ਬਣਾ ਕਰ ਰਹਾ ਖਾਏਗਾ। ਓ ਸੱਚੇ ਗ੍ਰੇਟ ਟ੍ਰੈਜੇਡੀ ਵਿਦ ਅਸ ਬੇਬੀ। ਸਬਸੇ ਬੁਰਾ ਵਾਲਾ ਬਾਤ ਤੋ ਯੇ ਹੈ ਕਿ ਬ੍ਰੈਕਰ ਤੁਮਹਾਰਾ ਫਿਊਚਰ ਹਸਬੈਂਡ ਥਾ। ਪੁਲਿਸ ਕਾ ਡਾਇਰੈਕਟ ਸ਼ੱਕ ਹਮ ਪਰ ਹੋਏਗਾ। ਆਈ ਵਿਲ ਬੀ ਏ ਮੁਜਰਿਮ ਬੇਬੀ, ਆਈ ਵਿਲ ਬੀ ਏ ਮੁਜਰਿਮ। ਬਟ ਬੇਬੀ ਬ੍ਰੈਕਟ ਕੈਰੀ ਕੋ ਲੈ ਕੇ ਕਿਧਰ ਕੋ ਜਾਣੇ ਕੋ ਸਿਖਾ ਆਏ? ਮੇਰੀਆਂ ਤਾਂ ਲੱਤਾਂ ਟੁੱਟ ਗਈਆਂ ਨੇ, ਕੋਈ ਟਾਂਗੀ ਕੋਈ ਰਿਕਸ਼ਾ। ਪਾਗਲ ਖਾਨੀ ਹੈ, ਮੇਰੇ ਕੋਲੋਂ ਸਿਰਫ ਗੱਡੀ ਦਾ ਕਿਰਾਇਆ ਹੈਗਾ, ਮਰਦੀ ਕੋਈ ਜਾਣੀ ਹੈ? ਛਪਾ ਛਪ ਲਗੀ ਆ, ਛਪਾ ਛਪ ਲਗੀ ਆ, ਲੋ ਤੇ ਕੋਈ ਦਾ ਵੀ ਲਾ ਲੈਂਦੇ, ਚੱਲ ਖਾ ਰਿਹਾ ਕੱਲ ਥਾਣੀ। ਏ ਮੈਂ ਕਿਹਾ ਜੀ ਗੱਲ ਤੇ ਸੁਣੋ, ਤੂੰ ਜਾ ਕੇ ਕਿਸੇ ਮਰਦਾਨੇ ਨੂੰ ਪਿੱਛ ਪਾ, ਮੈਂ ਤੈਨੂੰ ਨਾਲ ਨਹੀਂ ਪਾ ਰਿਹਾ। ਚੰਗਾ ਚੰਗਾ, ਬੈਠ ਡਾ ਤੂੰ। ਹਮ ਬਰਬਾਦ ਹੋ ਗਏ, ਪਰ ਮੇਰੀ ਮਾਂ ਤੇ ਬਚ ਗਈ। ਕਿਆ ਬੋਲੇ, ਬੋਲਣਾ ਕਿਆ ਹੈ, ਦਿਸਦਾ ਪਿਆ ਹੈ ਤੇਰੀ ਧੀ ਵੀ ਚੰਗੀ ਭਲੀ ਹੈ ਤੇ ਤੂੰ ਆ ਵੀ ਹੱਟਾ ਕੱਟਾ ਹੈ। ਮੇਰੀ ਮਾਂ ਨੇ ਤੇ ਕਿਹਾ ਹੈ ਕਿ ਜਾ ਕੇ ਮੇਰੀ ਨੂੰ ਯਾਨੀ ਆਪਣੀ ਵਿਆਹ ਤੋਂ ਲੈ ਕੇ ਫਟਾਫਟ ਆ ਜਾ। ਕਾਇਰਾ ਅੰਦਰ ਕੀ ਤਰਫ ਮਤ ਜਾਓ। ਕਾਇਰਾ ਕਿਉਂ, ਅੰਦਰ ਕੋਈ ਲੈਣਦਾਰ ਬੈਠਾ ਹੈ ਤੁਹਾਰਾ? ਮੈਂ ਜਾਵਾਂਗਾ, ਅੰਦਰ ਮੇਰੀ ਬੀਵੀ ਯਾਨੀ ਮੇਰੀ ਵਿਆਹ ਹੈ। ਸੰਨੀ ਹਮ ਤੇਰੇ ਕੋ ਬੋਲੇ, ਹੱਥ ਜੋੜੇ ਅੰਦਰ ਮਤ ਜਾ, ਤੂੰ ਮਾਇਕ ਕਾ ਬਾਤ ਕਰ ਪੈਣਾ, ਉਹ ਇਧਰ ਨਹੀਂ ਹੈ, ਨਹੀਂ ਹੈ, ਨਹੀਂ ਹੈ।
ਕੋਈ ਗੱਲ ਨਹੀਂ, ਕੰਮ ਤੇ ਗਈ ਹੋਏਗੀ, ਹੁਣੇ ਆ ਜਾਏਗੀ, ਮੈਂ ਬਹਿਤਾ ਹੂੰ, ਆ ਜਾ ਤੂੰ ਵੀ ਬਹਿ। ਕਾਇਰਾ ਅਸਲ ਮੇਂ ਬਾਤ ਯਹ ਹੈ ਕਿ ਹਮਰਾ ਫਿਊਚਰ ਹਸਬੈਂਡ ਜੀ ਤਰ ਆਇਆ ਥਾ, ਤੁਮਰਾ ਬਾਇ ਕੁਛ ਕੇ ਸਾਥ ਥਾ ਕਿ ਹਾਂ। ਓ ਲੋਕੋ ਮੈਂ ਬਰਬਾਦ ਹੋ ਗਿਆ ਨੇ। ਟਰੂ 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 ਟਰੂ। ਕੀ ਬਤਮੀਜ਼ੀ ਹੈ, ਲੋਕਾਂ ਨੂੰ ਸੁਣਾਵਾਂਗਾ। ਸੁਣੋ ਮਹੱਲੇਦਾਰੋ ਲੋਕੋ, ਸੁਣੋ ਮਹੱਲੇਦਾਰੋ ਲੋਕੋ, ਆ ਕੇ ਮੇਰੇ ਭੈਣ ਹਾਏ। ਸੁਣੋ ਮਹੱਲੇਦਾਰੋ ਲੋਕੋ, ਆ ਕੇ ਮੇਰੇ ਭੈਣ, ਮੈਂ ਮੰਨਿਆ ਜੀ ਅੰਕਲ ਮੈਂਕਲ ਲੈ ਨਿਕਲੀ ਜੇ ਭੈਣ। ਮਹੱਲੇਦਾਰੋ ਲੋਕੋ, ਨੋ 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 ਨੋ, ਖਾ ਗਿਆ ਖਬਰੇ ਵੇਚ ਗਿਆ ਜੇ, ਹੋ ਖਾ ਗਿਆ ਖਬਰੇ ਵੇਚ ਗਿਆ ਜੇ ਸਾਲੀ ਮੇਰੀ ਦੀ ਭੈਣ। ਮਹੱਲੇਦਾਰੋ ਲੋਕੋ, ਨੋ 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 ਨੋ। ਕਿਉਂ ਰੋਤਾ ਹੈ ਮੈਂ ਨਾਲੇ, ਕਿਉਂ ਰੋਤਾ ਹੈ ਮੈਂ, ਰੋਤਾ ਹੂੰ ਕੇ ਥਾਲ ਮੇਂ ਕੁਝ ਨਹੀਂ ਹਾਏ ਹਾਏ, ਕੱਲਾ ਰਹਿ ਗਿਆ ਨਾਲ ਮੇਂ ਕੁਝ ਨਹੀਂ ਹਾਏ ਹਾਏ, ਰੋਤਾ ਹੂੰ ਕੇ ਥਾਲ ਮੇਂ ਕੁਝ ਨਹੀਂ, ਕੱਲਾ ਰਹਿ ਗਿਆ ਨਾਲ ਮੇਂ ਕੁਝ ਨਹੀਂ। ਉਂਗਲੀ ਮੁੰਗਲੀ ਕਿੰਨਾ ਕੁਪਾਰ, ਉਂਗਲੀ ਮੁੰਗਲੀ ਕਿੰਨਾ ਕੁਪਾਰ, ਐਂਗਣ ਮੈਂਗਣ ਤਲੀ ਤਲੈਂਗਣ, ਹੋ ਐਂਗਣ ਮੈਂਗਣ ਤਲੀ ਤਲੈਂਗਣ, ਕਰ ਗਿਆ ਸਫਨ ਸਫਨ। ਮਹੱਲੇਦਾਰੋ ਲੋਕੋ, ਨੋ 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 ਐਨੋ। ਜਾਓ ਜਾਓ ਲੋਕੋ, ਤੇਰਾ ਗਾਣਾ ਮਾਰਤਾ ਹੈ ਭਾਈ। ਨਾ ਜਾਣਾ ਨਾ ਜਾਣਾ ਲੋਕੋ, ਕਰ ਜਾਣਾ ਇਨਸਾਫ, ਨਾ ਜਾਣਾ ਨਾ ਜਾਣਾ ਲੋਕੋ, ਕਰ ਜਾਣਾ ਇਨਸਾਫ, ਇਹਨੇ ਮੇਰੀ ਬੁੱਢੀ ਨਸਾਈ, ਮੈਂ ਨਹੀਂ ਕਰਨਾ ਮਾਫ, ਇਹਨੇ ਮੇਰੀ ਬੁੱਢੀ ਨਸਾਈ, ਮੈਂ ਨਹੀਂ ਕਰਨਾ ਮਾਫ। ਨਸ ਜਾਣ ਵਾਲੀ ਏ ਨੀ ਤੇਰਾ ਕੱਖ ਨਾ ਰਵੇ, ਨਸ ਜਾਣ ਵਾਲੀ ਏ ਨੀ ਤੇਰਾ ਕੱਖ ਨਾ ਰਵੇ, ਨਸ ਜਾਣ ਵਾਲੀ ਏ ਨੀ ਤੇਰਾ ਕੱਖ ਨਾ ਰਵੇ, ਨਸ ਜਾਣ ਵਾਲੀ ਏ ਨੀ ਤੇਰਾ ਕੱਖ ਨਾ ਰਵੇ। ਜਿਸ ਲੱਤ ਨਾਲ ਨਸੀਏ ਉਹ ਲੱਤ ਨਾ ਰਵੇ, ਜਿਸ ਲੱਤ ਨਾਲ ਨਸੀਏ ਉਹ ਲੱਤ ਨਾ ਰਵੇ, ਤੇਰੀ ਲੱਤ ਨਾ ਰਵੇ, ਤੇਰੀ ਅੱਖ ਨਾ ਰਵੇ, ਤੇਰਾ ਪੀਲਾ ਨਾ ਰਵੇ, ਨੀਲਾ ਪੀਲਾ ਨਾ ਰਵੇ। ਮੈਨੂੰ ਛੱਡ ਕੇ ਗਈਏ ਜਿੱਥੇ, ਹੋ ਮੈਨੂੰ ਛੱਡ ਕੇ ਗਈਏ ਜਿੱਥੇ, ਤੈਨੂੰ ਉੱਥੋਂ ਲਿੱਤਰ ਪੈਣ। ਮਹੱਲੇਦਾਰੋ ਲੋਕੋ, ਨੋ 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 ਐਨ ਓ।
ਮੇਰੀ ਬੁੱਢੀ ਲਿਆਓ, ਹਾਏ ਹਾਏ ਨਹੀਂ ਤੇ ਮੈਨੂੰ ਵਿਆਹੋ, ਹਾਏ ਹਾਏ ਮੇਰੀ ਕੁੱਲੀ ਬਤਾਓ, ਹਾਏ ਹਾਏ ਮੇਰੀ ਸ਼ਾਦੀ ਬਣਾਓ, ਹਾਏ ਹਾਏ ਜਿਸਨੇ ਮੇਰੇ ਘਰ ਕੋ ਉਜਾੜਾ ਉਸਕੋ ਵੀ ਕੁਝ ਪਾਓ ਪਵਾੜਾ, ਜਿਸਨੇ ਮੇਰੇ ਘਰ ਕੋ ਉਜਾੜਾ ਉਸਕੋ ਵੀ ਕੁਝ ਪਾਓ ਪਵਾੜਾ, ਮੇਰਾ ਦੀਵਾਨਾ ਬਲਿਆ ਤੇ ਹੋ ਮੇਰਾ ਦੀਵਾਨਾ ਬਲਿਆ ਤੇ ਪੰਨ ਦਊ ਏ ਦੀਦੀ ਲਾਲ ਟੈਨ ਮਹੱਲੇਦਾਰੋ ਲੋਕੋ, ਸੁਣੋ ਮਹੱਲੇਦਾਰੋ ਲੋਕੋ ਆ ਕੇ ਮੇਰੇ ਬੈਣ, ਹਾਏ ਹਾਏ ਸੁਣੋ ਮਹੱਲੇਦਾਰੋ ਲੋਕੋ ਆ ਕੇ ਮੇਰੇ ਬੈਣ, ਮੈਂ ਮੰਨਿਆ ਸੀ ਅੰਕਲ ਮੈਂਕਲ ਇਹ ਨਿਕਲੀ ਜੇ ਦੈਣ, ਮਹੱਲੇਦਾਰੋ ਲੋਕੋ ਲੋਕੋ ਨੋ ਨੋ ਲੋਕੋ, ਮਿਸਟਰ ਵਿਲੀਅਮ ਇਹ ਕੀ ਬਕਵਾਸ, ਇਹ ਮੁਹੱਲਾ ਕੇ ਨਾਚ ਕਰ, ਅੱਲਾਹ ਦੇ ਨੇਕ ਬੰਦੇ ਮਾਲੂਮ ਹੁੰਦਾ ਕਿ ਅੱਲਾਹ ਤਾਲਾ ਨੇ ਤੈਨੂੰ ਸਿਰਫ ਇਸ ਦਿਨ ਵਾਸਤੇ ਪੈਦਾ ਕੀਤਾ ਸੀ ਕਿ ਤੂੰ ਆਏ ਔਰ ਆ ਕੇ ਮੇਰਾ ਇਨਸਾਫ ਕਰਾਏ, ਮੇਰੀ ਮਾਂ ਨੇ ਮੈਨੂੰ ਘੱਲਿਆ ਸੀ ਤੇ ਜਾ ਕੇ ਆਪਣੀ ਬੀਵੀ ਨੂੰ ਲਿਆ ਤੇ ਇੱਥੇ ਇਹਨੇ ਮੇਰੀ ਬੀਵੀ ਆਪਣੇ ਜਵਾਈ ਨਾਲ ਲਿਠਾ ਦਿੱਤੀ ਹੈ ਕੰਸੋ ਵਿੱਚ, ਦੱਸ ਹੁਣ ਮੈਂ ਉੱਥੋਂ ਕਿਹਨੂੰ ਲੈ ਕੇ ਜਾਵਾਂ। ਸੁਣ ਬਈ ਮਿਸਟਰ ਵਿਲੀਅਮ, ਇਹਦੀ ਬੁੱਢੀ ਆਪ ਨਸੀਏ ਜਾਂ ਤੂੰ ਨਸਾਈਏ, ਬਹਰਹਾਲ ਉਹ ਚਲੀ ਗਈ ਹੈ ਔਰ ਲੈ ਜਾਣ ਵਾਲਾ ਤੇਰਾ ਜਵਾਈ ਹੈ। ਬਸ ਗੱਲ ਮੁੱਕ ਗਈ, ਇਹ ਆਪਣੇ ਜਵਾਈ ਦੀ ਥਾਂ ਤੇ ਮੈਨੂੰ ਖਿਲਾਰ ਲਵੇ ਤੇ ਮੈਂ ਆਪਣੀ ਬੀਵੀ ਨੂੰ ਅੱਜ ਤੋਂ ਆਪਣੀ ਮਾਂ ਭੈਣ ਕਹਿ ਲੈਣਾ, ਉਹ ਮੇਰੀ ਮਾਂ ਉਹ ਮੇਰੀ ਭੈਣ। ਬਸ ਤੇ ਫਿਰ ਫੈਸਲਾ ਹੀ ਹੋ ਗਿਆ, ਫੈਸਲਾ ਹੋ ਗਿਆ, ਆਓ ਥਰੂ ਥਰੂ ਥਰੂ, ਠੀਕ ਹੈ ਠੀਕ ਹੈ, ਤੁਮ ਸਾਰਾ ਲੋਕ ਬੋਲਤਾ ਤੋ ਹਮ ਮੰਮੀ ਕਾ ਕਾਇਰਾ ਕੇ ਸਰ ਸ਼ਾਦੀ ਮਾਰ ਦੇਗਾ। ਓ ਨਾ ਸ਼ਾਦੀ ਹੁਣੇ ਮਾਰ ਤੇ ਨਾ ਸਾਰਿਆਂ ਦੇ ਸਾਹਮਣੇ ਮਾਰ, ਮੈਂ ਮੋਹ ਹੋਈ ਸ਼ਾਦੀ ਲੈ ਕੇ ਆਪਣੀ ਮਾਂ ਨੂੰ ਸਾਹਮਣੇ ਚਲਾ ਜਾਣਾ, ਕੰਸਲ ਪਲੀਜ਼ ਕਾਇਰਾ ਪਲੀਜ਼ ਵੇਟ ਅ ਵੇਟ, ਇੰਤਜ਼ਾਰ ਕਰੋ, ਹਮ ਮੰਮੀ ਕਾ ਸਰ ਤੁਹਾਨੂੰ ਸ਼ਾਦੀ ਮਾਰ ਦੇਗਾ। ਭਾਈਜਾਨ ਜੀ ਹਾਲੀ ਨਾ ਜਾਇਆ ਜੇ, ਦੇਖੋ ਨਾ ਮੈਨੂੰ ਨਿਕਾਹ ਦੇ ਵਿੱਚ ਗੁਆਵਾਂ ਦੀ ਵਕੀਲਾਂ ਦੀ ਪਤਾ ਨੀ ਕਿਹਨਾਂ ਕਿਹਨਾਂ ਦੀ ਲੋੜ ਪੈਣੀ ਹੈ ਤੇ ਉਹ ਮੈਂ ਸਾਰੇ ਕੋਈ ਜਾ ਕੇ ਪਿੰਡੋਂ ਤਾਂ ਨੀ ਨਾ ਲਿਆਣ, ਹੈ ਆ ਜਾਓ ਸਾਰੇ ਅੰਦਰ ਨੂੰ, ਨਾ ਮੈਂ ਲੜੀਆਂ ਤੇ ਨਾ ਮੈਂ ਬੋਲੀ ਨੀ ਮਾਂ ਮੇਰੀ, ਰੱਖ ਲੈ ਅੱਜ ਤੂੰ ਡੋਲੀ ਨੀ ਮਾਂ ਕੱਲ ਸੋਲੀ। ਉਹਦਾ ਹੋਰ ਵੀ ਕੋਈ ਟਿਕਾਣਾ ਹੈ ਸ਼ਹਿਰ ਚ? ਹਜ਼ੂਰ ਉਹਦਾ ਜਿਹੜਾ ਜਿਹੜਾ ਵੀ ਟਿਕਾਣਾ ਹੈ ਸੀ ਮੈਂ ਤੁਹਾਨੂੰ ਵਿਖਾ ਦਿੱਤਾ। ਸਦੀਕ ਤੂੰ ਇੱਥੇ ਠਹਿਰ, ਮੈਨੂੰ ਯਕੀਨ ਹੈ ਅਸਲਮ ਇੱਥੇ ਜ਼ਰੂਰ ਆਵੇਗਾ। ਬਿਹਤਰ ਜਨਾਬ, ਲੈ ਚਲੋ ਇਹਨੂੰ। ਜੋ ਵੀ ਕਰਨਾ ਬਾਬੂ ਅਸਲਮ ਅੱਜ ਹੀ ਕਰ ਗੁਜ਼ਰ, ਪਤਾ ਹੀ ਨਾ ਜਿਸ ਦਿਨ ਦਾ ਅਸੀਂ ਮੈਨੇਜਰ ਨੂੰ ਅਗਵਾ ਕਰਨ ਦਾ ਕੇਸ ਕੀਤਾ ਜੀ, ਉਸ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਨਾ ਜੰਗਲਾਂ ਚ ਪਾਗਲਾਂ ਨੂੰ ਫਿਰਦੇ। ਮੈਨੂੰ ਉਮੀਦ ਸੀ ਯਾਰ ਕੀ ਅਤਾ ਆ ਜਾਏਗਾ ਤੇ ਉਹਦੇ ਆਉਣ ਤੇ ਬਾਅਦ ਸਾਰਾ ਕੁਛ ਸੋਚਣ। ਆਪਣਾ ਤੇ ਖਿਆਲ ਹੈ ਅਤਾ ਫੜਿਆ ਗਿਆ, ਜੋ ਕੁਝ ਕਰਨਾ ਅੱਜ ਹੀ ਕਰ ਲੈ। ਤੇ ਫਿਰ ਅੱਜ ਹੀ ਕਰਾਂਗਾ ਦੋਸਤੋ, ਮੈਂ ਇਸ ਮੈਨੇਜਰ ਨੂੰ ਸੇਠ ਦੀ ਨਮਕ ਲਾਲੀ ਦਾ ਮਜ਼ਾ ਛਾ ਦਿਆਂਗਾ। ਜੇ ਇਹਨੇ ਫਾਈਲ ਵਾਪਸ ਨਾ ਕੀਤੀ ਤੇ ਆਪ ਪਾਗਲਖਾਨੇ ਪਹੁੰਚ ਜਾਏਗਾ,
ਤੇ ਬੀਵੀ ਦੀ ਕਬਰਸਤਾਨ, ਮੈਂ ਇਹਨਾਂ ਦੀ ਜ਼ਿੰਦਗੀ ਦੀ ਆਸ, ਇਹਨਾਂ ਦੀ ਉਮੀਦਾਂ ਦਾ ਖਿਡਾਉਣਾ, ਇਹਨਾਂ ਦੀ ਬੱਚੀ ਚੁਰਿਆ ਨਾਲ ਆਓ ਮੇਰੇ ਨਾਲ। ਚੁੜੇਲ, ਦੱਸ ਮੇਰੀ ਬੇਬੀ ਨੂੰ ਕਿੱਥੇ ਛੱਡ ਕੇ ਆਈ? ਮੈਂ ਤੇਰਾ ਖੂਨ ਪੀ ਜਾਂਗੀ, ਤੈਨੂੰ ਚਾਹਣਾ ਮਾਰ ਦਿਆਂਗੀ। ਬੇਬੀ ਮੁਮਤਾਜ਼, ਮੇਰੀ ਬੇਬੀ। ਮੈਨੇਜਰ, ਜੇ ਬੇਬੀ ਦੀ ਜ਼ਿੰਦਗੀ ਚਾਹੁੰਦਾ ਤਾਂ ਜ਼ਖੀਰੇ ਦੇ ਰਸਤੇ ਫਾਈਲ ਲੈ ਕੇ ਪਹੁੰਚ। ਪੁਲਿਸ ਨੂੰ ਇਤਲਾਹ ਕਰਨ ਦੀ ਕੋਸ਼ਿਸ਼ ਕੀਤੀ ਤੇ ਬੱਚੇ ਨੂੰ ਮੁਰਦਾ ਪਾਏਗਾ। ਅਸਲਮ ਬੇਬੀ। ਸੇਠ ਜੀ, ਇਸ ਫਾਈਲ ਦੀ ਸਾਰੀ ਮਤਲੂਬਾ ਰਕਮ ਮੈਂ ਆਪਣਾ ਘਰ ਬਾਰ ਵੇਚ ਕੇ ਵੀ ਅਦਾ ਕਰ ਦਿਆਂਗਾ। ਮੈਂ ਕਹਿੰਦਾ ਤੁਸੀਂ ਨਾ ਜਾਓ, ਮੈਂ ਉੱਥੇ ਪੁਲਿਸ ਭਿਜਵਾ ਦੇਣਾ। ਸੇਠ ਜੀ, ਮਲੂਮ ਹੁੰਦਾ ਤੁਹਾਨੂੰ ਆਪਣੀ ਦੌਲਤ ਜ਼ਿਆਦਾ ਪਿਆਰੀ ਹੈ, ਮੈਨੂੰ ਮੇਰੀ ਬੱਚੀ ਨਾ ਮਿਲੀ ਤਾਂ ਮੇਰਾ ਘਰ ਬਰਬਾਦ ਹੋ ਜਾਏਗਾ, ਮੇਰੀ ਬੀਵੀ ਮਰ ਜਾਏਗੀ, ਮੈਂ ਪਾਗਲ ਹੋ ਜਾਵਾਂਗਾ। ਸੇਠ ਜੀ, ਖੁਦਾ ਦੇ ਵਾਸਤੇ ਸੇਠ ਜੀ, ਇਹਨਾਂ ਤੇ ਸੋਚੋ, ਤੁਸੀਂ ਵੀ ਇੱਕ ਬੱਚੀ ਦੇ ਬਾਪ ਹੋ। ਕਾਜੀ ਸਾਹਿਬ, ਇਹ ਗੱਲ ਹੈ ਤਾਂ ਤੁਸੀਂ ਇਹ ਫਾਈਲ ਲੈ ਜਾਓ ਤੇ ਉਸ ਜ਼ਾਲਮ ਨੂੰ ਕਹਿਣਾ ਕਿ ਮੈਂ ਉੱਥੇ ਕੇਸ ਵੀ ਨਹੀਂ ਕਰਦਾ, ਪਰ ਉਹ ਤੁਹਾਡੀ ਬੱਚੀ ਤੁਹਾਨੂੰ ਵਾਪਸ ਕਰ ਦੇਵੇ। ਸੇਠ ਜੀ, ਮੈਂ ਬੇਬੀ ਦੀ ਮਾਂ, ਮੈਂ ਨਾਲ ਚੱਲਾਂਗੀ। ਰਸਤਾ ਬੜਾ ਖਰਾਬ ਹੈ ਮੁਮਤਾਜ਼, ਤੇਰੇ ਵਾਸਤੇ ਚੱਲਣਾ ਦੁਸ਼ਵਾਰ ਹੋਵੇਗਾ। ਨਾਲ ਤੇ ਲੈ ਚੱਲੋ, ਜੇ ਮੈਨੂੰ ਉਹਨਾਂ ਰਾਹਾਂ ਰੋਕ ਲਿਆ ਤੇ ਮਾਂ ਦੇ ਰੋਟ ਕਿਸੇ ਨੂੰ ਗੱਲ ਲਾ ਲੈ ਗਈ, ਮੈਂ ਉਹਨੂੰ ਲੱਭਦੀ ਲੱਭਦੀ ਮਰ ਗਈ ਤੇ ਬਚ ਜਾਵਾਂਗੀ। ਇੱਥੋਂ ਤੋਂ ਬਗੈਰ ਮੇਰੇ ਕੋਲ ਮਰਿਆ ਨਹੀਂ ਜਾਣਾ, ਅੱਲਾਹ ਦੇ ਵਾਸਤੇ ਮੈਂ ਛੱਡ ਕੇ ਨਾ ਜਾਓ। ਤੇ ਤੇਰੇ ਸੀਨੇ ਚ ਮਾਂ ਦਾ ਦਿਲ, ਤੂੰ ਉਹ ਦੁੱਖ ਸਹਿ ਨਹੀਂ ਸਕੇ। ਮਾਂ ਮੌਤ ਦਾ ਦੁੱਖ ਸਹਿ ਸਕਦੀ ਹੈ, ਪਰ ਔਲਾਦ ਕੋਲੋਂ ਦੂਰ ਨਹੀਂ ਹੋ ਸਕਦੀ। ਜੇ ਤੁਸੀਂ ਮੈਨੂੰ ਨਾਲ ਨਾ ਲੈ ਕੇ ਗਏ ਤੇ ਮੈਂ ਗੱਡੀ ਚਲੇ ਫਿਰ ਫਿਰ ਕੇ ਮਰ ਜਾਵਾਂਗੀ। ਅੱਛਾ ਤੇ ਆ ਜਾ ਫਿਰ, ਜੇ ਧੀ ਮੌਤ ਦੇ ਬਦਲੇ ਮਾਪਿਆਂ ਨੂੰ ਮਿਲਦੀ ਹੈ ਤੇ ਜੂਆ ਵੀ ਖੇਲ ਵੇਖਦੀ ਹੈ। ਹੋਈ ਹੈ ਪਰ ਇੱਥੇ ਕੋਈ ਬੰਦਾ ਨਜ਼ਰ ਨਹੀਂ ਆਉਂਦਾ। ਨਹੀਂ, ਮੇਰਾ ਦਿਲ ਕਹਿੰਦਾ ਮੇਰੇ ਜਿਗਰ ਦਾ ਟੁਕੜਾ ਇੱਥੇ ਕਿੱਦੇ ਹੈ। ਓ ਕਮੀਨੇ ਮੈਨੇਜਰ, ਚੱਖ ਲਈ ਆਪਣੀ ਨਮਕ ਲਾਲੀ ਦਾ ਮਜ਼ਾ। ਮੈਂ ਫਾਈਲ ਲੈ ਤੇ ਨਾਲੇ ਸੇਠ ਸਾਹਿਬ ਨੇ ਆਖਿਆ ਕਿ ਉਹ ਕੇਸ ਵੀ ਨਹੀਂ ਕਰਨਗੇ, ਤੁਸੀਂ ਆਪਣੀ ਚੀਜ਼ ਲੈ ਲਓ ਤੇ ਮੇਰੀ ਜ਼ਿੰਦਗੀ ਮੈਨੂੰ ਮੋੜ ਦਿਓ। ਉਹ ਫਾਈਲ ਤੇ ਹੁਣ ਮੈਂ ਖੋ ਵੀ ਸਕਦਾ, ਪਰ ਤੈਨੂੰ ਕੁਝ ਦੇਰ
ਜ਼ਰੂਰ ਤਰਪਾ ਕੇ ਮਾਰਾਂਗਾ। ਵੇ ਜ਼ਾਲਮਾ, ਮਾਲੂਮ ਹੁੰਦਾ ਤੂੰ ਕਿਸੇ ਬਾਂ ਦਾ ਪੁੱਤਰ ਨਹੀਂ, ਜੇ ਹੁਣ ਤੋਂ ਤੇ ਮਾਂ ਦੇ ਜਿਗਰ ਦਾ ਟੁਕੜਾ ਉਹਦੇ ਕੋਲੋਂ ਜੁਦਾ ਨਾ ਕਰ ਦੂ। ਬਕਵਾਸ ਬੰਦ ਕਰ, ਜਿੰਨੀਆਂ ਕੁ ਮਿੰਨਤਾਂ ਮੈਂ ਇਸ ਫਾਈਲ ਲਈ ਤੇਰੇ ਖਤਮ ਦੀਆਂ ਕੀਤੀਆਂ ਸਨ, ਹਾਲੀ ਉਹਨੀਆਂ ਕੁ ਜਿਗਰ ਤੁਹਾਡੇ ਦੋਵਾਂ ਦੀਆਂ ਨਹੀਂ ਸੁਣੀਆਂ। ਵੇ ਜ਼ਾਲਮਾ, ਜਿਸ ਵੇਲੇ ਤੇ ਤੂੰ ਮੇਰੀ ਬੱਚੀ ਖੋਈ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਮੈਨੂੰ ਸਾਰੀਆਂ ਮਾਵਾਂ ਦੇ ਰੋਨੇ ਰੋ ਬੈਠੀਆਂ, ਜਿਨ੍ਹਾਂ ਦੀਆਂ ਗੋਦਾਂ ਦੇ ਜ਼ਾਲਮਾ ਨੇ ਹਾਲੀ ਕੀਤੀਆਂ ਨੇ। ਮੈਨੇਜਰ, ਆਪਣੇ ਸੱਜੇ ਪਾਸੇ ਜਾ ਕੇ ਫਾਈਲ ਰੱਖ ਦੇ, ਤੈਨੂੰ ਤੇਰੀ ਬੱਚੀ ਮਿਲ ਜਾਏਗੀ। ਨਹੀਂ, ਇਹ ਫਾਈਲ ਮੈਂ ਰੱਖਾਂਗੀ, ਮੈਂ ਮਾਵਾਂ। ਤੁਸੀਂ ਮੇਰੀ ਬੇਬੀ ਦਾ ਖਡੌਣਾ ਤੇ ਨਹੀਂ ਸਿਖੋਇਆ, ਮੇਰੀ ਜ਼ਿੰਦਗੀ ਦੀ ਖੇਡ ਖੋਈ ਸੀ। ਦੁਸ਼ਮਣਾ, ਤੇਰੇ ਹਾਸੇ ਮੇਰੇ ਹੰਝੂਆਂ ਕੋਲ ਬਹੁਤੇ ਨਹੀਂ ਹੋ ਸਕਦੇ। ਜੇ ਜ਼ਿੰਦਗੀ ਚਾਹੁੰਦੀ ਹੈ ਤਾਂ ਅੱਗੇ ਨਾ ਵਧੀ, ਜ਼ਿੰਦਗੀ ਮੰਗਣ ਤੇ ਅੱਗੇ ਵਧੀ ਆ ਰਹੀਆਂ ਵੈਰੀਆਂ। ਮੈਂ ਗੋਲੀ ਮਾਰ ਦਿਆਂਗਾ ਪਿਆਰ ਚ। ਵੇ ਅੱਲਾ ਦਿਸਾਂ, ਤੇਰੇ ਕੋਲ ਇੰਨੀਆਂ ਗੋਲੀਆਂ ਨਹੀਂ ਆਉਣੀਆਂ ਜਿੰਨੇ ਜ਼ਖਮ ਮੇਰੇ ਸੀਨੇ ਚ। ਬੇਬੀ, ਅਸਲਮ ਪੁਲਿਸ ਆ ਗਈ ਹੋ, ਤੁਸੀਂ ਪੁਲਿਸ ਨੂੰ ਡੱਕੋ, ਮੈਂ ਇਸ ਕੰਮ ਉੱਤਰ ਹੀ ਨਾ ਨਿਪਟ ਜਾਊਂ।
ਥਾਣੇਦਾਰ ਜੀ ਇਹ ਜੀ ਅਸਲਮ ਗ੍ਰਿਫਤਾਰ ਕਰ ਲਓ ਇਹਨੂੰ ਕਾਜੀ ਸਾਹਿਬ ਹੋਸ਼ ਕਰੋ ਕਾਜੀ ਸਾਹਿਬ ਘਬਰਾਉਣ ਦੀ ਕੋਈ ਗੱਲ ਨਹੀਂ ਬੇਟਾ ਮਾਮੂਲੀ ਚੋਟ ਹੈ ਡਾਕਟਰ ਨੂੰ ਦਿਖਾਵਾਂਗਾ ਇਨਸ਼ਾਅੱਲਾ ਜਲਦੀ ਠੀਕ ਹੋ ਜਾਣਗੇ ਮੇਰੇ ਘਰ ਦੀ ਰੌਣਕ ਕੀ ਸਮਝਦੀ ਸਰ ਤੂੰ ਨਾ ਮਿਲਦੀ ਹੋ ਤੇ ਮੈਂ ਜ਼ਿੰਦਾ ਰਹਿ ਸਕਦੀ ਸਾਂ ਨਹੀਂ ਬੇਬੀ ਨਹੀਂ ਖਾਨ ਸਾਹਿਬ ਤੁਸੀਂ ਸਾਡੇ ਲਈ ਰਹਿਮਤ ਦਾ ਫਰਿਸ਼ਤਾ ਬਣ ਕੇ ਦਿੰਦੇ ਆ ਇਸ ਦੁਨੀਆਂ ਤੇ ਮੈਂ ਤੇ ਸਿਰਫ ਇਹ ਵੇਖਣ ਲਈ ਨਹੀਂ ਮਰਦੀ ਟੀਵੀ ਅੱਖਾਂ ਤੋਂ ਓਹਲੇ ਹੋ ਜਾਏ ਤੇ ਤਾਂ ਵੀ ਮਰ ਸਕਦੀ ਬਿਲਕੁਲ ਖਾਨ ਪਾਈ ਜਾਨ ਇਹ ਵੇਖ ਲਓ ਤੁਹਾਡੇ ਸਾਹਮਣੇ ਕਿਸ ਤਰ੍ਹਾਂ ਮੌਤ ਤੋਂ ਗੱਲਾਂ ਕਿ ਤੈਨੂੰ ਮਿਲੀ ਆ ਤੁਸੀਂ ਨਾ ਆਉਂਦੇ ਤੇ ਮਰ ਵੀ ਸਕਦੀ ਸਾਂ ਤੇ ਮੇਰੀ ਭੈਣ ਨੂੰ ਇਹ ਇਤਰਾਜ਼ ਹੈ ਕਿ ਮਾਂ ਸਿਰਫ ਪੁੱਤਰ ਲਈ ਮਰ ਸਕਦੀ ਹੈ ਜੀ ਆਹੋ ਹੁਣ ਤੱਕ ਹੈ ਜੀ ਮੈਂ ਸਮਝਾਵਾਂਗੀ ਉਹਨੂੰ ਕਿ ਮਾਂ ਮਾਂ ਹੀ ਹੁੰਦੀ ਹੈ ਤੇ ਔਲਾਦ ਪਿੱਛੇ ਮਰ ਵੀ ਸਕਦੀ ਹੈ ਔਲਾਦ ਪੁੱਤਰ ਹੋਵੇ ਤੇ ਭਾਵੇਂ ਧੀ ਤੁਸੀਂ ਅੱਲਾ ਦੇ ਵਾਸਤੇ ਆਪਣੀ ਭੈਣ ਨੂੰ ਮੇਰੇ ਸਾਹਮਣੇ ਤੇ ਲਿਆਓ ਸਾਹਮਣੇ ਤੇ ਖਲੋਤੀ ਹੋਈ ਹੈ ਜੀ ਆਪ ਤੇ ਬਚ ਗਈ ਪਤਾ ਨਹੀਂ ਮੈਨੂੰ ਕਿਉਂ ਮਾਰਨਾ ਚਾਹਨੀ ਇਹ ਕੀ ਪੇ ਕਹਿੰਦੂ ਖਾਨ ਜੀ ਮੇਰਾ ਨਾਂ ਗਾਮੂ ਹੈ ਤਾਜੀਏ ਜਿਹਨੂੰ ਤਕਦੀਰ ਨੇ ਕਾਤਲ ਤੇ ਸਜ਼ਾ ਯਾਫਤਾ ਬਣਾਇਆ ਤੇ ਭੈਣ ਨੇ ਨਾਲ ਬਦਮਾਸ਼ ਦਾ ਖਿਤਾਬ ਵੀ ਲਾ ਦਿੱਤਾ ਮੈਨੂੰ ਮਾਫ ਕਰ ਦੇ ਵੀਰਾ ਮੈਂ ਭੁੱਲ ਗਈ ਸਾਂ ਮੈਂ ਉਦੋਂ ਵੀ ਪਾਗਲ ਸਾਂ ਤੇ ਹੁਣ ਵੀ ਕਮਲੀ ਆ ਮੇਰੇ ਸਿਆਣਿਆ ਵੀਰਾ ਛੋਟੀ ਭੈਣ ਨੂੰ ਚੱਲੇ ਸਮਝ ਕੇ ਮਾਫ ਕਰ ਦੇ ਮਰਨ ਜੋਗੀਏ ਰੁੱਸੀ ਰੋਟੀ ਤੋਂ ਸੈ ਤੇ ਸੌ ਵੀਰ ਨੂੰ ਨਾ ਮਿਲਣ ਦੀ ਖਾ ਲਈ ਸੀ ਸਾਡਾ ਵੀ ਤੇ ਰਾਤੀ ਸੀ ਨਾ ਕਿਸੇ ਬਹਾਨੇ ਤੇਰੀ ਸੂਰਤ ਵੇਖ ਹੀ ਲੈਂਦੇ ਸੀ ਭਰਾਵਾਂ ਨੇ ਬੁਰਾ ਬਣਾ ਹੀ ਦਵੇ ਤੇ ਤੁਸੀਂ ਬੁਰਾ ਨਾ ਕਹਿਣਾ ਨਹੀਂ ਤੇ ਇਹ ਲੋਕ ਮੂੰਹ ਬੋਲੇ ਭਰਾ ਬਣ ਕੇ ਵੀ ਪੈਣਾ ਦਾ ਹੱਕ ਅਦਾ ਕਰ ਦਿੰਦੇ ਸੀ ਤੇਰੇ